सुर नर मन जन अमृत खोज दे सुर नर मन जन अमृत Good day, bye.
ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ ਜੀ, ਗੁਰਮੁਖਾਂ ਪਾਸੋਂ ਸ਼ਬਦ ਕੀਰਤਨ ਅੰਮ੍ਰਿਤ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਜਿਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਹਦੇ ਤੇ ਸਤਿਗੁਰੂ ਤਰੁੱਠਦੇ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਤਪੋਬਣ ਦੀ ਪਾਵਨ ਧਰਤੀ 'ਤੇ ਵਿਸਾਖੀ ਦੇ ਦਿਹਾੜੇ 'ਤੇ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਨੇ। ਸੋ ਹਜੇ ਵੀ ਜੇ ਕੋਈ ਰਹਿੰਦਾ ਹੈ ਭਾਈ, ਕਿਉਂਕਿ ਇਹ ਸਮਾਂ ਜਿਹੜਾ ਸਾਧ ਸੰਗਤ ਜੀ ਫਿਰ ਸਮਾਂ ਨਹੀਂ ਦਿੰਦਾ, ਮਹਾਂਪੁਰਖਾਂ ਦੀ ਵੱਡੀ ਪ੍ਰੇਰਣਾ ਹੈ। ਇਹ ਧਰਤੀ 'ਤੇ ਇਹ ਸਤ ਸੰਗਤ ਦਾ ਕੁੰਭ ਲੱਗਿਆ, ਅੰਮ੍ਰਿਤ ਮਿਲ ਰਿਹਾ ਹੈ। ਸਾਧ ਸੰਗਤ ਜੀ, ਜੇ ਕੋਈ ਰਹਿੰਦਾ ਹੈ ਵੀਰ ਭਾਈ ਬੱਚਾ ਬਜ਼ੁਰਗ ਤਿਆਰੀ ਕਰਕੇ ਆਇਆ ਜਾਂ ਹੁਣ ਵੀ ਮਨ ਵਿੱਚ ਆਉਂਦਾ ਹੈ, ਤਾਂ ਛੇਤੀ ਤੋਂ ਛੇਤੀ ਬਾਰਾਂ ਦਰੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੇਨਤੀਆਂ ਕਰੋ। ਜਿਸ ਅੰਮ੍ਰਿਤ ਨੂੰ ਭਾਲਦੇ ਰਹੇ ਸੁਰ ਨਰ ਮੁਨ ਜਨ ਦੇਵੀ ਦੇਵਤੇ, ਉਹ ਗੁਰੂ ਤੋਂ ਮਿਲ ਰਿਹਾ ਹੈ। ਆਓ ਭਾਈ ਸਾਧ ਸੰਗਤ, ਕੋਈ ਵਾਂਝਾ ਨਾ ਰਹਿ ਜਾਵੇ, ਜ਼ਰੂਰ ਹੁਣੇ ਹੁਣ ਬਾਰਾਂ ਦਰੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਆਓ, ਕੁਝ ਸਮਾਂ ਰਹਿੰਦਾ ਹੈ, ਗੁਰਮੁਖਾਂ ਪਾਸੋਂ ਅੰਮ੍ਰਿਤ ਬਾਣੀ ਕੀਰਤਨ ਦਸਮ ਬਾਣੀ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਮਹਾਂਪੁਰਖ ਵੀ, ਬਾਬਾ ਜੀ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣ ਵਾਲੇ ਨੇ, ਉਤਨਾ ਚਿਰ ਗੁਰਮੁਖਾਂ ਪਾਸੋਂ ਕੀਰਤਨ ਦੇ ਆਨੰਦ ਮਾਣਦੇ ਹਾਂ। ਜਿੰਨੀਆਂ ਵੀ ਸੰਗਤਾਂ ਤਪੋਬਣ ਵਿੱਚ ਪਹੁੰਚੀਆਂ ਨੇ, ਸਭ ਸੰਗਤਾਂ ਨੂੰ ਜੀਓ ਆਇਆਂ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ, ਪ੍ਰਸ਼ਾਦਾ ਪਾਣੀ ਛਕੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋਂ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀ ਜਾਰੋ ਚਿਤ ਨਾਇਆਵਰੀ। ਡੰਡੌਤ ਬੰਧਨ ਅਨਕਵਾ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ, ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਦੇਹਿ ਸੇਵਾ ਵਰ ਮੋਹਿ ਹੈ, ਦੇਹਿ ਮੰਗਤੇ
ਮੋਨਾ ਕਰੋ ਜੇ ਸ਼ਿਵਾ
ਮਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਅਰ ਸੋ ਜਬ ਜਾਏ ਨਰੋ ਨਿਸਚੈ ਕਰ ਆਪਣੀ ਜੀਤ ਕਰੋ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਰੂਪ ਸਾਧ ਸੰਗਤ ਜੀ ਭਾਗਾਂ ਵਾਲੇ ਆਪਾਂ ਸਾਰੇ ਜਿਨ੍ਹਾਂ ਨੂੰ ਐਸੀ ਮਹਾਨ ਤਪੋ ਭੂਮੀ 'ਤੇ ਬੈਠ ਕਰਕੇ ਖਾਲਸਾ ਜੀ ਦੇ ਸਿਰਜਣਾ ਦਿਵਸ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਸੋ ਆਪ ਜੀ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਰਹੇ ਹੋ ਜੀਓ ਆਇਆਂ ਨੂੰ ਅਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ 'ਤੇ ਬਿਰਾਜ ਜਾਓ ਕੁਝ ਸਮੇਂ ਦੇ ਵਿੱਚ ਹਜ਼ੂਰ ਮਹਾਂਪੁਰਖ ਪਹੁੰਚਣ ਵਾਲੇ ਹਨ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਤਪੋ ਭੂਮੀ 'ਤੇ ਖਾਲਸਾ ਜੀ ਦਾ ਸਿਰਜਣਾ ਦਿਵਸ ਹੈ ਉਹ ਮਨਾਇਆ ਜਾਂਦਾ ਅਤੇ ਉਸ ਤਰ੍ਹਾਂ ਹੀ ਅੱਜ ਅੰਮ੍ਰਿਤ ਵੇਲੇ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਅਤੇ ਉਪਰੰਤ ਸੰਗਤਾਂ ਨਾਲ ਦੀ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਗੁਰਬਾਣੀ ਦੇ ਜਾਪ ਅਤੇ ਨਾਲ ਦੀ ਨਾਲ ਸੇਵਾ ਦੇ ਪ੍ਰਵਾਹ ਸਿਮਰਨ ਦੇ ਪ੍ਰਵਾਹ ਸਾਧ ਸੰਗਤ ਜੀ ਲਾਭ ਲੈ ਰਹੀਆਂ ਹਨ ਅਤੇ ਹਰੀ ਜਸ ਕੀਰਤਨ ਆਪਾਂ ਸਾਰੇ ਸਤਿਗੁਰਾਂ ਦਾ ਜਸ ਕਰ ਸੁਣ ਰਹੇ ਹਾਂ ਕਲੰਗੀਧਰ ਪਾਤਸ਼ਾਹ ਨੇ ਜੋ ਬਖਸ਼ਿਸ਼ਾਂ ਕੀਤੀਆਂ ਰਾਤਰੀ ਵੀ ਸਾਧ ਸੰਗਤ ਜੀ ਨਗਰ ਸੋਹਲ ਅਤੇ ਉੱਥੋਂ ਕੀਰਤਨ ਦੀਵਾਨ ਕਰਕੇ ਹਜ਼ੂਰ ਮਹਾਂਪੁਰਖ ਰਾਤੀ ਹੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਇਸ ਤਪੋ ਭੂਮੀ 'ਤੇ ਪਹੁੰਚੇ ਹਨ ਸੋ ਉੱਥੇ ਵੀ ਖਾਲਸਾ ਜੀ ਦੇ ਸਾਧ ਸੰਗਤ ਜੀ ਜੋ ਕਲੰਗੀਧਰ ਪਾਤਸ਼ਾਹ ਨੇ ਖਾਲਸਾ ਜੀ ਨੂੰ ਬਖਸ਼ਿਸ਼ ਕੀਤੀ ਉੱਥੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਇਨ ਹੋਇਆ ਅਤੇ ਮਹਾਂਪੁਰਖ ਜਿਨ੍ਹਾਂ ਦਾ ਜੀਵਨ ਹੈ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਿਮਾ ਉਹਨਾਂ ਦੇ ਜੀਵਨ ਦਾ ਮਨੋਰਥ ਸਤਿਗੁਰਾਂ ਦੀ ਮਹਿਮਾ ਹਮੇਸ਼ਾ ਹੀ ਸਤਿਗੁਰਾਂ ਦਾ ਗੁਣਗਾਇਨ ਕਰਦੇ ਰਹਿਣਾ ਸੋ ਅੱਜ ਵੀ ਉਸੇ ਲੜੀ ਤਹਿਤ ਆਪਾਂ ਨੇ ਸਾਰਿਆਂ ਨੇ ਆਨੰਦ ਮਾਨਣਾ ਹੈ ਖਾਲਸਾ ਜੀ ਅਤੇ ਜੋ ਜੋ ਬਖਸ਼ਿਸ਼ਾਂ ਕਲੰਗੀਧਰ ਪਾਤਸ਼ਾਹ ਨੇ ਕੀਤੀਆਂ ਸਾਧ ਸੰਗਤ ਜੀ ਉਹ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਇੱਕ ਵਿਲੱਖਣਤਾ ਸੰਸਾਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਆਪਾਂ ਹਜ਼ੂਰ ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਸਰਵਣ ਕਰਦੇ ਹਾਂ ਕਿ ਕਿਵੇਂ ਕਲੰਗੀਧਰ ਪਾਤਸ਼ਾਹ ਨੇ ਨਿਮਾਣਿਆਂ ਨਿਤਾਣਿਆਂ ਨੂੰ ਲਤਾੜੇ ਹੋਏ ਲੋਕਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਗਲ ਦੇ ਨਾਲ ਲਾਇਆ ਅਤੇ ਖਾਲਸਾ ਸਾਧ ਸੰਗਤ ਜੀ ਇਹੋ ਜਿਹਾ ਬਣਾਇਆ 1999 ਦੇ ਵਿੱਚ ਸਾਧ ਸੰਗਤ ਜੀ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਉਹ ਸਮਾਂ ਕੈਸਾ ਅਲੌਕਿਕ ਸਮਾਂ ਸੀ ਪਰ ਸਾਧ ਸੰਗਤ ਜੀ ਚਲੋ ਅੱਗੇ ਆਪਾਂ ਵਿਚਾਰ ਕਰਦੇ ਹਾਂ ਅਤੇ ਕਿਉਂਕਿ ਜਦੋਂ ਵੀ ਇਹ ਵਿਸਾਖੀ ਦਾ ਦਿਨ ਆਉਂਦਾ ਤਾਂ ਸਾਧ ਸੰਗਤ ਜੀ ਧਿਆਨ ਮੱਲੋ ਮੱਲੀ ਉਹ ਸਮੇਂ ਦੇ ਵਿੱਚ ਚਲਿਆ ਜਾਂਦਾ ਸੰਗਤਾਂ ਕਿਵੇਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਅਸ਼ ਅਸ਼ ਕਰ ਉੱਠਦੀਆਂ ਉਹ ਖਾਲਸਾ ਸਰੂਪ ਜੋ ਕਲੰਗੀਧਰ ਪਾਤਸ਼ਾਹ ਨੇ ਬਖਸ਼ਿਆ ਅਤੇ ਅੱਜ ਵੀ ਸਾਧ ਸੰਗਤ ਜੀ ਵੈਸੇ ਹੀ ਵਰਤਾਰੇ ਵਰਤ ਰਹੇ ਨੇ ਹਜ਼ੂਰ ਮਹਾਂਪੁਰਖਾਂ ਦਾ ਜੀਵਨ ਹੈ ਜਿਹੜਾ ਬੜਾ ਅਦਭੁਤ ਹੈ ਇਸ ਦੇ ਬਹੁਤ ਸਾਰੇ ਪੱਖ ਨੇ ਕਿਉਂਕਿ ਇਹ ਇੱਕ ਐਸੇ ਹਜ਼ੂਰ ਮਹਾਂਪੁਰਖ ਨੇ ਐਸੇ ਰਿਸ਼ੀਵਰ ਨੇ ਐਸੇ ਸੰਤ ਨੇ ਖਾਲਸੇ ਨੇ ਜਿਹੜੇ ਇੱਕ ਸੰਸਾਰ ਦੇ ਅੰਦਰ ਵੀਰ ਰਸੀ ਫਕੀਰ ਕਰਕੇ ਵਿਚਰਦੇ ਨੇ
ਇੱਕ ਫਕੀਰ ਤੇ ਇੱਕ ਵੀਰ ਰਸ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਪਣੇ ਖਾਲਸੇ ਨੂੰ ਇਹ ਦੋਵੇਂ ਸਰੂਪ ਬਖਸ਼ਿਸ਼ ਕੀਤੇ ਨੇ ਵੀਰ ਰਸੀ ਤੇ ਸ਼ਾਂਤ ਰਸ ਇਹ ਦੋਵਾਂ ਦਾ ਸੁਮੇਲ ਵੀਰ ਰਸੀ ਫਕੀਰ ਸਾਧ ਸੰਗਤ ਜੀ ਸੰਗਤਾਂ ਆਮ ਤੌਰ ਤੇ ਮਹਾਂਪੁਰਖਾਂ ਨੂੰ ਸੰਬੋਧਨ ਕਰਦੀਆਂ ਨੇ ਸੋ ਕਲਗੀਧਰ ਪਾਤਸ਼ਾਹ ਨੇ ਜੋ ਜੋ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ ਜੀ 1699 ਜੋ ਖਾਲਸੇ ਦਾ ਸਿਰਜਣਾ ਦਿਵਸ ਉੱਥੇ ਆਪਾਂ ਰਾਤ ਵੀ ਮਹਾਂਪੁਰਖਾਂ ਤੋਂ ਸਰਵਣ ਕਰ ਰਹੇ ਸੀ ਦੀਵਾਨ ਦੇ ਅੰਦਰ ਕਿ ਕਿਵੇਂ ਸਤਿਗੁਰ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਸਟੇਜ ਤੇ ਆ ਕੇ ਆਖਿਆ ਸੀ ਇੰਨੇ ਲੱਖਾਂ ਦੇ ਇਕੱਠ ਦੇ ਵਿੱਚ ਕਿ ਉੱਠ ਕੇ ਸੀਸ ਕਰੋ ਕੋਈ ਅਰਪਣ ਅੱਜ ਮੈਂ ਪੰਥ ਸਜਾਉਣਾ ਹੈ ਤੇ ਸਾਧ ਸੰਗਤ ਜੀ ਆਓ ਆਪਾਂ ਵੀ ਕੁਝ ਲਾਈਨਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਕਲਗੀਧਰ ਪਾਤਸ਼ਾਹ ਨੇ ਸਾਧ ਸੰਗਤ ਜੀ ਉਹ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕ ਅਦਭੁਤ ਵਿਲੱਖਣ ਦਿਹਾੜਾ ਸੰਸਾਰ ਦੇ ਅੰਦਰ ਐਸਾ ਮੋੜ ਲੈ ਕੇ ਆਉਂਦਾ ਸਤਿਗੁਰਾਂ ਨੇ ਆਓ ਸਾਰੇ ਆਪਾਂ ਰਲ ਕੇ ਪੜ੍ਹੀਏ ਕਲਗੀਧਰ ਪਾਤਸ਼ਾਹ ਨੇ ਜਿਵੇਂ ਉਸ ਇਕੱਠ ਨੂੰ ਸੰਬੋਧਨ ਕੀਤਾ ਉੱਠ ਕੇ ਸੀਸ ਕਰੇ ਕੋਈ ਅਰਪਣ ਅੱਜ ਮੈਂ ਪੰਥ ਸਜਾਉਣਾ ਹੈ ਉੱਠ ਕੇ ਸੀਸ ਕਰੇ ਕੋਈ ਅਰਪਣ ਅੱਜ ਮੈਂ ਪੰਥ ਸਜਾਉਣਾ ਹੈ ਉੱਠ ਕੇ ਸੀਸ ਕਰੇ ਕੋਈ ਅਰਪਣ ਅੱਜ ਮੈਂ ਪੰਥ ਸਜਾਉਣਾ ਹੈ ਉੱਠ ਕੇ ਸੀਸ ਕਰੇ ਕੋਈ ਅਰਪਣ ਅੱਜ ਮੈਂ ਪੰਥ ਸਜਾਉਣਾ ਹੈ ਉੱਠ ਕੇ ਉੱਠ ਕੇ ਸੀਸ ਕਰੇ ਕੋਈ ਅਰਪਣ ਅੱਜ
ਸਿਖਾਉਣਾ ਹੈ ਉੱਠ
ਨਿਹਾਲ ਹੋ ਜਾਵੇ ਪੰਥ ਦੇ ਬਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਚਰਨਾਂ ਨੂੰ ਭਾਵੇ ਸੋ ਸਾਧ ਸੰਗਤ ਜੀ ਐਸਾ ਕਲਗੀਧਰ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਉਸ ਭਰਮੇ ਇਕੱਠ ਦੇ ਅੰਦਰ ਸੋ ਕਿੰਨੇ ਭਾਗਾਂ ਵਾਲੇ ਆ ਸਾਧ ਸੰਗਤ ਜੀ ਆਪਾਂ ਮਹਾਂਪੁਰਖ ਆਪਾਂ ਨੂੰ ਇਤਿਹਾਸ ਸਰਵਣ ਕਰਾਉਂਦੇ ਹੁੰਦੇ ਨੇ ਐਸਾ ਇਤਿਹਾਸ ਮਾਨੋ ਕਿਉਂਕਿ ਸਾਧ ਸੰਗਤ ਜੀ ਸੁਣਾਉਣ ਵਾਲਾ ਵੀ ਵੈਸਾ ਹੀ ਚਾਹੀਦਾ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਨਾ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖਾਂ ਆਖੀ ਕਿੰਨੀਆਂ ਹਜ਼ਾਰਾਂ ਸੰਗਤਾਂ ਦੇ ਮੁੱਖੋਂ ਇਹ ਗੱਲ ਸੁਣਦੇ ਹਾਂ ਕਿ ਜਦੋਂ ਹਜ਼ੂਰ ਮਹਾਂਪੁਰਖ ਇਤਿਹਾਸ ਸੁਣਾਉਂਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਅਸੀਂ ਬਿਲਕੁਲ ਉਸੇ ਸਮੇਂ ਦੇ ਵਿੱਚ ਚਲੇ ਗਏ ਹੋਏ ਸੱਚਮੁੱਚ ਸਾਧ ਸੰਗਤ ਜੀ ਜਿਨ੍ਹਾਂ ਨੇ ਅੱਖੀਂ ਵੇਖੇ ਨੇ ਉਹ ਨਜ਼ਾਰੇ ਇਹ ਉਹੀ ਜਾਣਦੇ ਨੇ ਸੋ ਐਸਾ ਇਤਿਹਾਸ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕਿਹੋ ਕਿਹੋ ਜਿਹੀਆਂ ਬਖਸ਼ਿਸ਼ਾਂ ਕੀਤੀਆਂ ਤੇ ਕਿਹੋ ਜਿਹਾ ਖਾਲਸਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਸੀ ਜਾਗਤ ਜੋਤ ਜਪੈ ਨਿਸਵਾਸ ਏਕ ਬਿਨਾ ਮਨ ਨਾਇਕ ਨਾ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ ਸਾਧ ਸੰਗਤ ਜੀ ਜਿਹਦੇ ਘਟ ਦੇ ਅੰਦਰ ਪੂਰਨ ਜੋਤ ਜਗਮਗਾ ਰਹੀ ਹੈ ਜਿਵੇਂ ਆਪਾਂ ਸੰਤ ਖਾਲਸਾ ਜੀ ਦੇ ਅੰਦਰ ਉਹ ਜੋਤ ਦੇ ਦਰਸ਼ਨ ਕਰਦੇ ਹਾਂ ਪ੍ਰਤੀਤ ਸਾਧ ਸੰਗਤ ਜੀ ਮਹਿਸੂਸ ਕਰਦੇ ਹਾਂ ਕਿ ਉਹ ਜੋਤ ਅੱਜ ਵੀ ਸਾਧ ਸੰਗਤ ਜੀ ਲੱਟ ਲੱਟ ਕਰਕੇ ਇਸ ਧਰਤੀ ਤੇ ਬਲ ਰਹੀ ਹੈ ਸੱਚਮੁੱਚ ਪਹਿਲਾਂ ਵੀ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਜੇ ਕਿਸੇ ਨੇ ਅੱਜ ਵੀ ਜਿਹੋ ਜਿਹਾ ਖਾਲਸਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਸੀ ਵੈਸੇ ਖਾਲਸੇ ਦੇ ਅੱਜ ਵੀ ਸਾਧ ਸੰਗਤ ਜੀ ਕਿਸੇ ਨੇ ਦਰਸ਼ਨ ਦੀਦਾਰੇ ਕਰਨੇ ਹੋਣ ਤਾਂ ਆਵੇ ਇਸ ਤਪੋ ਬਣ ਦੀ ਧਰਤੀ ਤੇ ਬੋਲੇ ਸੋ ਨਿਹਾਲ ਇਸ ਤਪੋ ਬਣ ਦੀ ਧਰਤੀ ਤੇ ਆਵੇ ਤੇ ਮਹਾਂਪੁਰਖਾਂ ਦੇ ਸੰਤ ਖਾਲਸਾ ਜੀ ਦੇ ਰੂਪ ਦੇ ਵਿੱਚ ਦਰਸ਼ਨ ਕਰੇ ਕਿਸੇ ਨੇ ਵੇਖਣਾ ਕਿ ਵੀਰ ਰਸ ਕੀ ਹੁੰਦਾ ਹੈ ਸ਼ਾਂਤ ਰਸ ਕੀ ਹੁੰਦਾ ਤਾਂ ਮਹਾਂਪੁਰਖਾਂ ਦੇ ਦਰਸ਼ਨ ਕਰੇ ਇਹ ਜੰਗਲਾਂ ਦੇ ਵਿੱਚ ਮੰਗਲ ਸਾਧ ਸੰਗਤ ਜੀ ਐਵੇਂ ਨਹੀਂ ਲੱਗ ਗਈ ਮਹਾਂਪੁਰਖ ਜੋ ਵੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਜੋ ਉਹ ਸਾਨੂੰ ਸਮਝਾਉਂਦੇ ਨੇ ਕਿ ਗੁਰਸਿੱਖੀ ਕੀ ਹੈ ਗੁਰਸਿੱਖੀ ਦੇ ਮਾਰਗ ਤੇ ਕਿਵੇਂ ਚੱਲਿਆ ਜਾਂਦਾ ਹੈ ਕਲਗੀਧਰ ਪਾਤਸ਼ਾਹ ਨੇ ਕੀ ਬਖਸ਼ਿਸ਼ਾਂ ਕੀਤੀਆਂ ਨੇ ਧਾਰਨਾ ਪੜ੍ਹਦੇ ਹੁੰਦੇ ਨੇ ਨਾ ਸੰਤ ਖਾਲਸਾ ਜੀ ਕਿ ਬਖਸ਼ੀਆਂ ਸਰਦਾਰੀਆਂ ਸਾਂਭ ਕੇ ਰੱਖੋ ਸਿੱਖੋ ਸਾਧ ਸੰਗਤ ਜੀ ਇਹ ਕਹਿਣ ਮਾਤਰ ਨਹੀਂ ਉਹਨਾਂ ਨੇ ਸੰਭਾਲੀਆਂ ਨੇ ਇਸ ਅਸਥਾਨ ਤੇ ਦਰਸ਼ਨ ਕਰਦੇ ਹਾਂ ਤਾਂ ਸਾਧ ਸੰਗਤ ਜੀ ਹਾਥੀ ਘੋੜੇ ਊਠ ਇਹ ਬੱਗੀਆਂ ਅਸਤਰ ਵਸਤਰ ਸ਼ਸਤਰ ਇਹ ਖਾਲਸਾ ਹੀ ਸ਼ਾਨਾ ਸਾਧ ਸੰਗਤ ਜੀ ਇਹ ਕਲਗੀਧਰ ਪਾਤਸ਼ਾਹ ਨੇ ਬਖਸ਼ੀਆਂ ਸੀ ਤੇ ਅੱਜ ਜਿਹਨਾਂ ਨੂੰ ਅਸੀਂ ਵਿਸਾਰ ਦਿੱਤਾ ਪਰ ਜੇ ਕਿਸੇ ਨੇ ਦਰਸ਼ਨ ਕਰਨੇ ਨੇ ਤਾਂ ਇਹ ਤਪੋਵਣ ਦੀ ਧਰਤੀ ਤੇ ਅੱਜ ਵੀ ਦਰਸ਼ਨ ਹੁੰਦੇ ਨੇ ਖਾਲਸਾ ਹੀ ਬਖਸ਼ਿਸ਼ਾਂ ਦੇ ਤੇ ਇੱਥੇ ਨਹੀਂ ਕਿ ਬਾਹਰੀ ਦ੍ਰਿਸ਼ ਹੈ ਸਾਧ ਸੰਗਤ ਜੀ ਇੱਥੇ ਜੀਵਨ ਵੀ ਹੈ ਕਿਵੇਂ ਮਹਾਂਪੁਰਖ ਆਪਾਂ ਨੂੰ ਵਾਰ ਵਾਰ ਸਿਮਰਨ ਕਰਾਉਂਦੇ ਨੇ ਕਿ ਭਾਈ ਗੁਰੂ ਵਾਲੇ ਬਣੋ ਸਿਮਰਨ ਦੇ ਵਿੱਚ ਰੰਗੇ ਜਾਓ ਸਾਧ ਸੰਗਤ ਜੀ ਇਹ ਜਿਹੜੀ ਜੋਤ ਹੈ ਨਾ ਉਹਨਾਂ ਦੇ ਅੰਦਰ ਲੱਟ ਲੱਟ ਕਰਕੇ ਬਲ ਰਹੀ ਹੈ ਉਹੀ ਜੋਤ ਉਹ ਸਾਡੇ ਅੰਦਰ ਜਗਾਉਣੀ ਚਾਹੁੰਦੇ ਨੇ ਇਹ ਸਿਮਰਨ ਦੇ ਦੁਆਰਾ ਬਾਣੀ ਦੇ ਦੁਆਰਾ ਸਤਸੰਗ ਦੁਆਰਾ ਸੇਵਾ ਦੁਆਰਾ ਇਸ ਕਰਕੇ ਉਹ ਸਾਨੂੰ ਸਮਝਾਉਂਦੇ ਨੇ ਨਿਤਾ ਪ੍ਰਤੀ ਸੋ ਕੀ ਮਹਿਮਾ ਕਰੀਏ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਦੇ ਖਾਲਸੇ ਦੀ ਤੇ ਜਦੋਂ ਸੰਨ 1999 ਦੇ ਵਿੱਚ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਵਾਰੀ ਆਉਣਾ ਸੀ ਤੇ ਜਦੋਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਉਹ ਗੁਰਮਤ ਦਾ ਪ੍ਰਚਾਰ ਤਤ ਗੁਰਮਤ ਦਾ ਜੋ ਕਲਗੀਧਰ ਪਾਤਸ਼ਾਹ ਦੇ ਬਖਸ਼ਿਸ਼ਾਂ ਕੀਤੀਆਂ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਦਿਨ ਰਾਤ ਇੱਕ ਕਰਕੇ ਪ੍ਰਚਾਰ ਕੀਤਾ ਤੇ ਬੜਾ ਸਾਧ ਸੰਗਤ ਜੀ ਜਿੱਥੇ ਲੱਖਾਂ ਲੋਕਾਂ ਨੇ ਅੰਮ੍ਰਿਤਧਾਰੀ ਹੋ ਕੇ
ਮਹਾਪੁਰਖਾਂ ਦੇ ਪ੍ਰਚਾਰ ਦਾ ਸਦਕਾ ਨਹੀਂ ਸਾਧ ਸੰਗਤ ਜੀ ਕਿੱਥੇ ਵੇਖਿਆ ਕਿੱਥੇ ਸੁਣਿਆ ਕਿ 11,000 ਪ੍ਰਾਣੀ ਇੱਕ ਦਿਨ ਦੇ ਵਿੱਚ ਅੰਮ੍ਰਿਤ ਛਕੇ ਇੱਕ ਦਿਨ ਦੇ ਵਿੱਚ 11,000 ਪ੍ਰਾਣੀ ਨੇ ਸਾਧ ਸੰਗਤ ਜੀ ਮਹਾਪੁਰਖਾਂ ਦੇ ਪ੍ਰਚਾਰ ਦਾ ਸਦਕਾ ਇਹ ਇੱਕ ਦਿਨ ਦੀ ਗੱਲ ਹੈ ਤੇ 1100 ਬੀਬੀਆਂ ਨੇ ਇੱਕ ਦਿਨ ਦੇ ਵਿੱਚ ਸਿਰਾਂ ਤੇ ਕੇਸਕੀਆਂ ਸਜਾਈਆਂ ਬੋਲੇ ਸੋਨਿਹਾਲ ਇਹ ਕਹਿਣ ਨੂੰ ਸਾਧ ਸੰਗਤ ਜੀ ਸੌਖਾ ਲੱਗਦਾ ਅੱਜ ਕਈਆਂ ਦੇ ਇਹ ਕੌਮ ਦੇ ਪਹਿਲੇ ਮਹਾਂਪੁਰਖ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਹੈਲੀਕਾਪਟਰਾਂ ਰਾਹੀਂ ਵੀ ਕੀਤਾ ਨਹੀਂ ਕੌਣ ਵਰਤਦਾ ਧਰਮ ਪ੍ਰਚਾਰ ਲਈ ਜਹਾਜ਼ਾਂ ਤੱਕ ਦੀ ਵਰਤੋਂ ਸਭ ਆਪਣੇ ਐਸ਼ੋ ਆਰਾਮ ਲਈ ਵਰਤਦੇ ਨੇ ਕਿਸੇ ਨੂੰ ਨੋਟ ਚਾਹੀਦੇ ਨੇ ਕਿਸੇ ਨੂੰ ਵੋਟਾਂ ਚਾਹੀਦੀਆਂ ਨੇ ਪਰ ਇੱਕ ਐਸੇ ਮਹਾਂਪੁਰਖ ਨੇ ਜਿਨ੍ਹਾਂ ਦੀ ਬਰੋਸ ਆਈ ਹੋਈ ਹੈ ਤਪੋ ਭੂਮੀ ਤੇ ਆਪਾਂ ਬੈਠੇ ਹਾਂ ਇਹਨਾਂ ਨੇ ਅੱਖੀਂ ਵੇਖੇ ਨੇ ਸਾਧ ਸੰਗਤ ਜੀ ਉਹ ਦ੍ਰਿਸ਼ ਅੱਜ ਕਈ ਬੜੇ ਬੜਿਆਂ ਨੂੰ ਚੁਭਿਆ ਵੀ ਉਸ ਸਮੇਂ ਹੈਲੀਕਾਪਟਰ ਬੜਿਆਂ ਨੂੰ ਚੁਭਿਆ ਕਿ ਲਓ ਜੀ ਇਹ ਜਹਾਜ਼ਾਂ ਦੇ ਵਿੱਚ ਚੜੇ ਫਿਰਦੇ ਨੇ ਪਰ ਸਾਧ ਸੰਗਤ ਜੀ ਕਦੇ ਕਿਸੇ ਨੇ ਵੇਖਿਆ ਕਿ ਉਹ ਚੜੇ ਕਿਉਂ ਫਿਰਦੇ ਨੇ ਕਿਉਂ ਉਹਨਾਂ ਨੇ ਵਰਤੋਂ ਕੀਤੀ ਜਹਾਜ਼ਾਂ ਤੱਕ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਪੰਥ ਦਾ ਦਰਦ ਉਦੋਂ ਵੀ ਸੀ ਅੱਜ ਵੀ ਹੈ ਹਮੇਸ਼ਾ ਹੀ ਪੰਥਕ ਏਕਤਾ ਸਮਾਗਮ ਸਾਧ ਸੰਗਤ ਜੀ ਕਿਉਂ ਮਹਾਂਪੁਰਖਾਂ ਨੇ ਜਾ ਕੇ ਘਰ ਘਰ ਸੱਦੇ ਦਿੱਤੇ ਕਿਉਂਕਿ ਪੰਥ ਦਾ ਦਿਲ ਦੇ ਵਿੱਚ ਦਰਦ ਹੈ ਉਹ ਚਾਹੁੰਦੇ ਨੇ ਕਲਗੀਧਰ ਪਾਤਸ਼ਾਹ ਦਾ ਜਿਹੜਾ ਸੰਦੇਸ਼ ਤੇ ਉਪਦੇਸ਼ ਹੈ ਉਹ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚੇ ਵਿਦੇਸ਼ਾਂ ਤੱਕ ਪ੍ਰਚਾਰ ਕਰਨ ਜਾਂਦੇ ਨੇ ਕਿਉਂ ਜਾਂਦੇ ਨੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸਾਧ ਸੰਗਤ ਜੀ ਇਸ ਅਸਥਾਨ ਤੇ ਬੈਠ ਕੇ ਮਹਾਂਪੁਰਖ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਆਪ ਜੀ ਹਜ਼ਾਰਾਂ ਸੰਗਤਾਂ ਇਸ ਤਪੋ ਭੂਮੀ ਤੇ ਨਤਮਸਤਕ ਹੁੰਦੇ ਹੋ ਪਰ ਉਹ ਸਾਧ ਸੰਗਤ ਜੀ ਚਾਹੁੰਦੇ ਨੇ ਕਿ ਅਸੀਂ ਸੁਖੀ ਵਸੀਏ ਕਲਗੀਧਰ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਉਹ ਦੁਨੀਆਂ ਨੂੰ ਸੁਖੀ ਵੇਖਣਾ ਚਾਹੁੰਦੇ ਨੇ ਸੋ ਹੈਲੀਕਾਪਟਰ ਦੇ ਵਿੱਚ ਮਹਾਂਪੁਰਖਾਂ ਨੇ ਪ੍ਰਚਾਰ ਕੀਤਾ ਸਾਧ ਸੰਗਤ ਜੀ ਅਸੀਂ ਛੋਟੇ ਹੁੰਦੇ ਸੀ ਨਾਲ ਜਥੇ ਦੇ ਵਿੱਚ ਸੇਵਾ ਮਿਲੀ ਇਸ ਕਰਕੇ ਕਈ ਵਾਰ ਬੜਾ ਦੁੱਖ ਵੀ ਲੱਗਦਾ ਜਦੋਂ ਗਲਤ ਲੋਕ ਕੋਈ ਨਿੰਦਕ ਲੋਕ ਕਿਉਂਕਿ ਉਹਨਾਂ ਦਾ ਕੰਮ ਹੀ ਇਹੀ ਹੁੰਦਾ ਸਹੀ ਨੂੰ ਗਲਤ ਕਰਕੇ ਪ੍ਰਚਾਰਨਾ ਤੇ ਜਦੋਂ ਹੈਲੀਕਾਪਟਰ ਵਰਤੇ ਹੈ ਸਾਧ ਸੰਗਤ ਜੀ ਪੰਜ ਦੀਵਾਨ ਇੱਕ ਦਿਨ ਦੇ ਹੁੰਦੇ ਅੰਮ੍ਰਿਤ ਵੇਲੇ ਆ ਕੇ ਇਸ ਤਪੋਵਣ ਦੀ ਧਰਤੀ ਤੇ ਪਹੁੰਚਣਾ 3-3 ਵਜੇ 4-4 ਵਜੇ ਤੇ ਕੁਝ ਕੁ ਘੰਟੇ ਆਰਾਮ ਕਰਨ ਲਈ 2-3 ਘੰਟੇ ਰੈਸਟ ਦੇ ਮਿਲਣੇ ਤੇ ਫਿਰ ਸਾਧ ਸੰਗਤ ਜੀ ਚਾਲੇ ਪਾ ਦੇਣੇ ਤਕਰੀਬਨ 7-8 ਵਜਦੇ ਨੂੰ ਪੰਜ ਦੀਵਾਨ ਸਾਧ ਸੰਗਤ ਜੀ ਦਿਨ ਰਾਤ ਇੱਕ ਕਰਕੇ ਮਹਾਂਪੁਰਖਾਂ ਨੇ ਸਿੰਘਾਂ ਨੂੰ ਆਖਿਆ ਸੀ ਸਿੰਘੋ 300 ਸਾਲਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਉਣਾ ਤੇ ਆਪਾਂ ਨੇ ਖੂਨ ਪਸੀਨਾ ਇੱਕ ਕਰ ਦੇਣਾ ਸਾਧ ਸੰਗਤ ਜੀ ਕੌਣ ਕਰਦਾ ਇਹ ਕੌਮ ਲਈ ਕੀਤਾ ਧਰਮ ਲਈ ਕੀਤਾ ਸਾਡੇ ਲੋਕਾਂ ਲਈ ਕੀਤਾ ਅੱਜ ਵੀ ਕਰ ਰਹੇ ਨੇ ਉਹਨਾਂ ਦਾ ਸਾਰਾ ਜੀਵਨ ਕੌਮ ਦੇ ਲੇਖੇ ਹੈ ਧਰਮ ਦੇ ਦੇਸ਼ ਦੇ ਲੇਖੇ ਹੈ ਦੁਖੀ ਲੋਕਾਂ ਨੂੰ ਸੁਖੀ ਕਰਨ ਦੇ ਲੇਖੇ ਹੈ ਸੋ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਅੱਖੀਂ ਵੇਖਿਆ ਕਿ ਅਸੀਂ ਜਥੇ ਵਾਲੇ 3 ਜਥੇ 2 ਜਥੇ ਬਣਾ ਬਣਾ ਕੇ ਦੀਵਾਨਾਂ ਦੇ ਹਿਸਾਬ ਨਾਲ ਪਹਿਲੇ ਜਥੇ ਨੇ ਪਹਿਲਾ ਦੀਵਾਨ ਕਰਨਾ ਤੇ ਤੀਸਰੇ ਦੀਵਾਨ ਤੇ ਜਾਣਾ ਜਿਹੜਾ ਜਥਾ ਦੂਸਰੇ ਦੀਵਾਨ ਤੇ ਜਾਂਦਾ ਸੀ ਉਹ ਫਿਰ ਚੌਥੇ ਦੀਵਾਨ ਤੇ ਜਾਂਦਾ ਸੀ ਤੇ 5ਵੇਂ ਦੀਵਾਨ ਤੇ ਜਾ ਕੇ ਇਕੱਠੇ ਹੁੰਦੇ ਸੀ ਫਿਰ ਅੰਮ੍ਰਿਤ ਵੇਲੇ ਇੱਥੇ ਸਮਾਪਤੀ ਕਰਕੇ ਪਹੁੰਚਦੇ ਸੀ ਹੁਣ ਮਹਾਂਪੁਰਖ ਸੰਤ ਖਾਲਸਾ ਜੀ ਹੁਣ ਉਹਨਾਂ ਨੇ ਧਰਮ ਪ੍ਰਚਾਰ ਕਰਨਾ ਉਹ ਹਰ ਇੱਕ ਜਗ੍ਹਾ ਕਿਸ ਤਰ੍ਹਾਂ ਪਹੁੰਚ ਸਕਦੇ ਸੀ ਕਿਉਂਕਿ ਉਹ ਤਾਂ ਉਹੀ ਨੇ ਪਹਿਲਾਂ ਵੀ ਅੱਜ ਵੀ ਤੇ ਹਮੇਸ਼ਾ ਹੀ ਸਾਧ ਸੰਗਤ ਜੀ ਜਦੋਂ ਫਿਰ ਸੰਗਤਾਂ ਰੋਂਦੀਆਂ ਇੱਥੇ ਆ ਕੇ ਕਿ ਮਹਾਂਪੁਰਖੋ ਸਾਨੂੰ ਦੀਵਾਨ ਜ਼ਰੂਰ ਦਿਓ ਸਾਡੇ ਇਲਾਕੇ ਨੂੰ ਵੀ ਸਤਸੰਗ ਦਾ ਸਮਾਂ ਬਖਸ਼ੋ ਤਾਂ ਸਾਧ ਸੰਗਤ ਜੀ ਮਹਾਂਪੁਰਖ ਸੰਗਤਾਂ ਰੋਂਦੀਆਂ ਨੂੰ ਕਿਵੇਂ ਵੇਖ ਸਕਦੇ ਸੀ ਮੇਰੇ ਯਾਦ ਹੈ ਉਸ ਸਮੇਂ ਹਰਭਜਨ ਸਿੰਘ ਜੋਗੀ ਜਦੋਂ ਵਿਦੇਸ਼ ਦੀ ਧਰਤੀ ਤੇ ਬਾਬਾ ਜੀ ਗਏ ਨੇ ਤਾਂ ਉਹਨਾਂ ਨੇ ਆਖਿਆ ਸੀ ਕਿ ਮਹਾਂਪੁਰਖੋ ਤੁਸੀਂ ਆਪਣੇ ਸਰੀਰ ਦਾ ਵੀ ਖਿਆਲ ਕਰਿਆ ਕਰੋ ਕੁਝ ਤੁਹਾਡਾ ਸਰੀਰ ਬਿਲਕੁਲ ਕਿਸ ਤਰ੍ਹਾਂ ਹੋਇਆ ਪਿਆ
ਤੇ ਤੁਸੀਂ ਆਪਣੇ ਸਰੀਰ ਵੱਲ ਵੀ ਧਿਆਨ ਦਿਓ ਥੋੜੀ ਰੈਸਟ ਦਿਆ ਕਰੋ ਸਰੀਰ ਨੂੰ ਸਮੇਂ ਸਿਰ ਪ੍ਰਸ਼ਾਦਾ ਪਾਣੀ ਛਕਿਆ ਕਰੋ ਪਰ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਪਤਾ ਉਸ ਸਮੇਂ ਕੀ ਆਖਿਆ ਸੀ ਵਿਦੇਸ਼ ਦੀ ਧਰਤੀ ਤੇ ਕਹਿੰਦੇ ਜੋਗੀ ਜੀ ਜਦੋਂ ਸੰਗਤਾਂ ਸਾਡੇ ਕੋਲ ਆ ਕੇ ਰੋਂਦੀਆਂ ਨੇ ਨਾ ਸਾਤੋਂ ਸੰਗਤਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਇਹ ਵਚਨ ਕੀਤਾ ਸੀ ਮਹਾਂਪੁਰਖਾਂ ਨੇ ਕਿ ਸਾਤੋਂ ਸੰਗਤਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਰੋ ਰੋ ਕੇ ਸਾਧ ਸੰਗਤ ਜੀ ਇਸ ਧਰਤੀ ਤੇ ਆ ਕੇ ਸੰਗਤਾਂ ਸਤਸੰਗ ਦੀਵਾਨਾਂ ਦੀ ਮੰਗ ਕਰਦੀਆਂ ਮਹਾਂਪੁਰਖਾਂ ਤੋਂ ਪਰ ਸਾਧ ਸੰਗਤ ਜੀ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਕਰਕੇ ਕਹਿੰਦੇ ਆ ਕਿ ਜਿਹੜਾ ਪ੍ਰਚਾਰ ਸੰਤ ਖਾਲਸਾ ਜੀ ਨੇ ਕੀਤਾ ਠੀਕ ਹੈ ਆਪੋ ਆਪਣੀ ਜਗ੍ਹਾ ਸਭ ਸਤਿਕਾਰਯੋਗ ਨੇ ਕੋਈ ਨਿੰਦਣਯੋਗ ਨਹੀਂ ਪਰ ਜੋ ਪ੍ਰਚਾਰ ਸੰਤ ਖਾਲਸਾ ਜੀ ਨੇ ਕੀਤਾ ਅੱਖੀਂ ਵੇਖਿਆ ਉਸ ਤਰ੍ਹਾਂ ਸਾਧ ਸੰਗਤ ਜੀ ਅੱਜ ਤੱਕ ਕੋਈ ਨਹੀਂ ਕਰ ਸਕਿਆ ਇਹਨਾਂ ਦਰਦ ਦਿਲ ਦੇ ਵਿੱਚ ਪੰਥ ਦਾ ਲੈ ਕੇ ਕੌਮ ਦਾ ਲੈ ਕੇ ਤੇ ਸਾਧ ਸੰਗਤ ਜੀ ਅੱਖੀਂ ਅਸੀਂ ਨਾਲ ਵਿਚਰੇ ਹਾਂ ਉਹ ਸਮੇਂ ਦੇ ਸਾਧ ਸੰਗਤ ਜੀ ਗਵਾਹ ਕਿ ਕਿਸ ਤਰ੍ਹਾਂ ਪ੍ਰਬੰਧਕਾਂ ਨੇ ਕਹਿਣਾ ਮਹਾਂਪੁਰਖੋ ਪ੍ਰਸ਼ਾਦਾ ਛੱਕ ਕੇ ਜਾਣਾ ਸਾਰੇ ਜਥੇ ਨੇ ਮਹਾਂਪੁਰਖ ਤੁਸੀਂ ਵੀ ਜ਼ਰੂਰ ਛੱਕ ਕੇ ਜਾਣਾ ਤਾਂ ਸਾਧ ਸੰਗਤ ਜੀ ਸੰਤ ਮਹਾਰਾਜ ਜੀ ਨੇ ਕਹਿਣਾ ਭਾਈ ਸਮਾਂ ਨਹੀਂ ਅਗਲੇ ਸਤਸੰਗ ਪ੍ਰੋਗਰਾਮ ਤੇ ਪਹੁੰਚਣਾ ਤੁਸੀਂ ਪ੍ਰਸ਼ਾਦਾ ਪਾਣੀ ਜੋ ਵੀ ਤੁਹਾਡੇ ਕੋਲ ਤਿਆਰ ਹੈ ਗੱਡੀ ਦੇ ਵਿੱਚ ਹੀ ਰੱਖ ਦਿਓ ਸਾਧ ਸੰਗਤ ਜੀ ਬੱਸ ਦੇ ਵਿੱਚ ਇਹ ਰੱਖ ਲੈਣਾ ਤੇ ਪ੍ਰਸ਼ਾਦਿਆਂ ਤੇ ਭੋਰਾ ਭੋਰਾ ਸਬਜ਼ੀ ਪਾ ਕੇ ਉਸੇ ਤਰ੍ਹਾਂ ਸਿੰਘਾਂ ਨੇ ਸਾਰਿਆਂ ਨੇ ਮਹਾਂਪੁਰਖਾਂ ਨੇ ਨਾਲ ਹੀ ਛੱਕ ਲੈਣਾ ਤੇ ਜਦੋਂ ਜਲਦੀ ਲੋੜ ਪੈਣੀ ਰਸਤੇ ਦੇ ਵਿੱਚ ਕਿਤੇ ਮੋਟਰ ਚੱਲਦੀ ਹੋਣੀ ਖੜਾ ਕੇ ਫਟਾਫਟ ਭਾਈ ਦੋ ਦੋ ਘੁੱਟਾਂ ਜਲ ਛੱਕ ਕੇ ਫਿਰ ਚੜ ਜਾਓ ਤੇ ਅਗਲੇ ਦੀਵਾਨ ਤੇ ਪਹੁੰਚਣਾ ਸਾਧ ਸੰਗਤ ਜੀ ਕਾਹਦੇ ਲਈ ਕੀਤਾ ਇੰਨਾ ਕੁਝ ਜੇ ਪੰਥ ਦਾ ਦਰਦ ਦਿਲ ਦੇ ਵਿੱਚ ਸੀ ਤਾਂ ਕੀਤਾ ਐਸਾ ਪ੍ਰਚਾਰ ਕੋਈ ਆਪਣੇ ਸਰੀਰ ਦੀ ਪਰਵਾਹ ਨਹੀਂ ਸਿੰਘਾਂ ਨੂੰ ਵੀ ਕਹਿ ਦੇਣਾ ਕਿ ਖੂਨ ਪਸੀਨਾ ਇੱਕ ਕਰ ਦਿਓ ਸਾਧ ਸੰਗਤ ਜੀ ਅੱਜ ਲੋਕ ਕਹਿ ਦਿੰਦੇ ਨੇ ਕਿ ਹੈਲੀਕਾਪਟਰ ਦੀ ਵਰਤੋਂ ਕੀਤੀ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਐਸੇ ਸਮੇਂ ਦੇ ਵਿੱਚ ਵਰਤੋਂ ਕੀਤੀ ਹੈ ਕੋਈ ਆਪਣੀ ਐਸ਼ ਪ੍ਰਸਤੀ ਲਈ ਨਹੀਂ ਕੋਈ ਵੋਟਾਂ ਲਈ ਨਹੀਂ ਉਹਨਾਂ ਨੂੰ ਕੋਈ ਵੋਟਾਂ ਨਹੀਂ ਸੀ ਚਾਹੀਦੀਆਂ ਨਾ ਉਹਨਾਂ ਨੂੰ ਨੋਟ ਚਾਹੀਦੇ ਸੀ ਤੇ ਫਿਰ ਵਿਦੇਸ਼ ਦੀ ਸੰਗਤ ਨੇ ਬੇਨਤੀ ਕੀਤੀ ਮਹਾਂਪੁਰਖੋ ਅਸੀਂ ਸੇਵਾ ਕਰਾਂਗੇ ਜੇ ਤੁਸੀਂ ਇੰਨਾ ਕੁਝ ਕਰ ਰਹੇ ਹੋ ਤਾਂ ਅਸੀਂ ਵੀ ਕਰਾਂਗੇ ਸਾਧ ਸੰਗਤ ਜੀ ਸੰਗਤਾਂ ਨੇ ਆਪਣਾ ਜੀ ਜਾਨ ਲਾ ਕੇ ਉਹ 300 ਸਾਲੇ ਦੇ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਨਿਭਾਈਆਂ ਤੇ ਐਸਾ ਤਤ ਗੁਰਮਤ ਦਾ ਪ੍ਰਚਾਰ ਮਹਾਂਪੁਰਖਾਂ ਨੇ ਕੀਤਾ ਤੇ ਫਿਰ ਜਦੋਂ 300 ਸਾਲੇ ਦੀ ਸਟੇਜ ਲੱਗੀ ਹੈ ਸਾਧ ਸੰਗਤ ਜੀ ਉੱਥੇ ਆਪਾਂ ਨੇ 300 ਸਾਲਾਂ ਮਹਾਂਪੁਰਖਾਂ ਨੇ ਮਨਾਇਆ ਤੇ ਉਸ ਸਮੇਂ ਕਈਆਂ ਦੇ ਬੜੀ ਅੱਗ ਵੀ ਲੱਗੀ ਅੱਜ ਵੀ ਐਸੇ ਲੋਕ ਹੈਗੇ ਨੇ ਜਦੋਂ ਕਿਤੇ ਗੱਲ ਚੱਲਦੀ ਹੈ ਤਾਂ ਬੜੀਆਂ ਉਦਾਹਰਨਾਂ ਦਿੰਦੇ ਨੇ ਕਹਿੰਦੇ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰਕੇ ਚਾਰ ਉਦਾਸੀਆਂ ਕੀਤੀਆਂ ਉਹ ਤਾਂ ਪੈਦਲ ਵਿਚਰੇ ਨੇ ਇਹ ਹੈਲੀਕਾਪਟਰਾਂ 'ਚ ਚੜ੍ਹੇ ਫਿਰਦੇ ਨੇ ਪਰ ਸਾਧ ਸੰਗਤ ਜੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਦਿਖਦੀਆਂ ਨੇ ਪਰ ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਔਰੰਗਜ਼ੇਬ ਨੇ ਇਹੀ ਆਖਿਆ ਸੀ ਨਾ ਕਿ ਕੋਈ ਕਲਗੀ ਨਹੀਂ ਲਾ ਸਕਦਾ ਘੋੜੇ 'ਤੇ ਨਹੀਂ ਚੜ੍ਹ ਸਕਦਾ ਨਗਾਰਾ ਨਹੀਂ ਵਜਾ ਸਕਦਾ ਤਾਂ ਮਹਾਰਾਜ ਨੇ ਆਖਿਆ ਸੀ ਮੈਂ ਆਪਣੇ ਸਿੰਘਾਂ ਨੂੰ ਸਾਰਾ ਕੁਝ ਇਹੀ ਬਖਸ਼ਾਂਗਾ ਬੋਲੇ ਸੋ ਨਿਹਾਲ ਤੇ ਬਖਸ਼ਿਆ ਵੀ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਆ ਘੋੜੇ ਵੇਖ ਰਹੇ ਹਾਂ ਨਾ ਤਪੋਵਨ ਟੱਕੀ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਸੰਤ ਖਾਲਸਾ ਦਲ ਦੀ ਸਥਾਪਨਾ ਕੀਤੀ ਹੈ ਸੰਤ ਖਾਲਸਾ ਜੀ ਨੇ ਕਿਉਂ ਕੀਤੀ ਹੈ ਸਾਧ ਸੰਗਤ ਜੀ ਤਾਂ ਕਿ ਸਾਡੇ ਯਾਦ ਰਹੇ ਕਲਗੀਧਰ ਪਾਤਸ਼ਾਹ ਨੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕੀਤੀਆਂ ਸੀ ਇਹ ਸਰਦਾਰੀਆਂ ਸਾਧ ਸੰਗਤ ਜੀ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੀਆਂ ਨੇ ਘੋੜਿਆਂ ਤੇ ਚੜ੍ਹਨਾ ਆਪਣੀ ਉੱਚੀ ਸ਼ਾਨ ਰੱਖਣੀ ਆਪਣੀ ਅਣਖ ਰੱਖਣੀ ਧੌਣ ਉੱਚੀ ਕਰਕੇ ਸੰਸਾਰ ਦੇ ਵਿੱਚ ਜਿਉਣਾ ਸਾਧ ਸੰਗਤ ਜੀ ਅਸ਼ਤਰ ਵਸਤਰ ਸ਼ਸਤਰ ਇਹ ਜੋ ਹੋਲਾ ਮਹੱਲਾ ਇਹ ਵਿਸਾਖੀ ਵਾਲਾ ਖਾਲਸਾ ਸਿਰਜਣਾ ਦਿਵਸ ਇਹ ਜੋੜ ਮੇਲੇ ਸਾਰਾ ਕੁਝ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ ਤੇ ਅੱਜ ਇਸ ਧਰਤੀ ਤੇ ਆਪਾਂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਇਕੱਲੀ ਇਕੱਲੀ ਬਖਸ਼ਿਸ਼ ਦੇ ਦਰਸ਼ਨ ਕਰ ਸਕਦੇ ਹਾਂ ਅੱਜ ਇੱਥੇ ਸਾਰੇ ਵਰਤਾਰੇ ਵਰਤ ਰਹੇ ਨੇ ਇੱਥੇ ਭਗਤੀ ਵੀ ਹੈ ਤੇ ਇੱਥੇ ਸ਼ਕਤੀ ਵੀ ਹੈ ਸਾਰਾ ਕੁਝ ਹੀ ਹੈ ਇਸ ਕਰਕੇ ਮਹਾਂਪੁਰਖਾਂ ਨੂੰ ਕਹਿੰਦੀ ਹੈ ਸੰਗਤ ਕਿ ਮਹਾਂਪੁਰਖ ਵੀਰ ਰਸੀ ਫਕੀਰ ਨੇ ਕਿਉਂਕਿ ਇਹ ਧਰਤੀ ਵਸਾਈ ਆ ਉਹਨਾਂ ਨੇ
ਫਕੀਰਾਂ ਦੇ ਫਕੀਰ ਬਣ ਕੇ ਤੇ ਜਦੋਂ ਕੋਈ ਖਾਲਸਾ ਹੀ ਸਮਾਂ ਆਇਆ ਤੇ ਸਾਧ ਸੰਗਤ ਜੀ ਪ੍ਰਚਾਰ ਕੀਤਾ ਹੈਲੀਕਾਪਟਰਾਂ ਤੱਕ ਵਰਤੋਂ ਕੀਤੀ ਪਰ ਉਹ ਧਰਮ ਪ੍ਰਚਾਰ ਲਈ ਕੀਤੀ ਲੋਕਾਂ ਦਾ ਬੜਾ ਜ਼ੋਰ ਲੱਗਿਆ ਨਿੰਦਕਾਂ ਦਾ ਕਿ ਅਸੀਂ ਸਿੱਧ ਕਰ ਦਈਏ ਕਿ ਇਹਨਾਂ ਨੇ ਹੈਲੀਕਾਪਟਰ ਦੀ ਵਰਤੋਂ ਆਪਣੀ ਐਸ਼ ਪ੍ਰਸਤੀ ਲਈ ਕੀਤੀ ਪਹਿਲਾਂ ਗੱਡੀਆਂ ਨੂੰ ਕਹਿੰਦੇ ਸੀ ਜਦੋਂ ਮਹਾਂਪੁਰਖ ਗੱਡੀਆਂ 'ਚ ਪ੍ਰਚਾਰ ਕਰਦੇ ਸੀ ਨਾ ਉਦੋਂ ਕਹਿੰਦੇ ਸੀ ਸੰਤਾਂ ਨੂੰ ਗੱਡੀਆਂ ਦੀ ਕੀ ਲੋੜ ਹੈ ਭਾਵ ਲੋਕ ਇਹੀ ਚਾਹੁੰਦੇ ਨੇ ਕਿ ਇਹ ਤੁਰ ਕੇ ਹੀ ਫਿਰਨ ਇਹ ਗਰੀਬੇ ਰਹਿਣ ਬਸ ਫਕਰੇ ਰਹਿਣ ਪਰ ਸਾਧ ਸੰਗਤ ਜੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਕਲਗੀਧਰ ਪਾਤਸ਼ਾਹ ਨੇ ਕੀ ਕੀ ਬਖਸ਼ਿਸ਼ਾਂ ਕੀਤੀਆਂ ਨੇ ਖਾਲਸੇ ਸੋ ਖੈਰ ਜਦੋਂ ਹੈਲੀਕਾਪਟਰ ਵਰਤਿਆ ਤਾਂ ਸਾਧ ਸੰਗਤ ਜੀ ਉਸ ਸਮੇਂ ਬੜਿਆਂ ਦੇ ਅੱਗ ਲੱਗੀ ਉਸ ਸਮੇਂ ਇੱਕ ਕਵਿਤਾ ਵੀ ਲਿਖੀ ਸੀ ਸਿੰਘਾਂ ਨੇ ਉਸ ਸਮੇਂ ਇੱਕ ਕਵਿਤਾ ਲਿਖੀ ਸੀ ਕਿ ਹੈਲੀਕਾਪਟਰ ਢੱਕੀ ਦੇ ਵਿੱਚ ਆਇਆ ਨਿੰਦਕਾਂ ਦੇ ਅੱਗ ਲਾ ਗਿਆ ਵਾਕਈ ਸਾਧ ਸੰਗਤ ਜੀ ਉਸ ਸਮੇਂ ਅੱਗ ਵੀ ਬੜੀ ਲੱਗੀ ਤੇ ਸਰਕਾਰਾਂ ਤੱਕ ਤੋਂ ਵੀ ਜਰਿਆ ਨਾ ਗਿਆ ਬਲਕਿ ਸਾਧ ਸੰਗਤ ਜੀ ਹਜ਼ੂਰ ਮਹਾਂਪੁਰਖਾਂ ਦਾ ਐਸਾ ਮਿਸ਼ਨ ਹੈ ਉਹ ਨਾ ਤਾਂ ਕਿਸੇ ਧਰਮ ਦੇ ਖਿਲਾਫ ਕਿਸੇ ਮਤ ਦੇ ਖਿਲਾਫ ਉਹਨਾਂ ਦੇ ਮੁੱਖ ਤੋਂ ਵਚਨ ਕੀ ਨਿਕਲਣਾ ਅੱਜ ਤੱਕ ਕਿਸੇ ਵਿਅਕਤੀ ਵਿਸ਼ੇਸ਼ ਦੀ ਵੀ ਉਹਨਾਂ ਨੇ ਕਦੇ ਨਿੰਦਿਆ ਨਹੀਂ ਕੀਤੀ ਕਦੇ ਕਿਸੇ ਨੂੰ ਗਲਤ ਨਹੀਂ ਕਿਹਾ ਸਾਧ ਸੰਗਤ ਜੀ ਪਿੱਛੇ ਜੇ ਮਹਾਂਪੁਰਖ ਆਏ ਸੀ ਤਪੋਵਨ ਦੀ ਧਰਤੀ ਤੇ ਉਹਨਾਂ ਨੇ ਆਖਿਆ ਸੀ ਕਿ ਦੁਨੀਆਂ ਕਹਿੰਦੀ ਹੈ ਕਰਾਮਾਤ ਦਿਖਾਓ ਕਿ ਦੁਨੀਆਂ ਕਰਾਮਾਤ ਦੇਖਣਾ ਚਾਹੁੰਦੀ ਹੈ ਪਰ ਸੰਗਤ ਜੀ ਆ ਤਪੋਵਨ ਢੱਕੀ ਸਾਹਿਬ ਦੀ ਧਰਤੀ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਸੰਗਤਾਂ ਦੇ ਲੱਖਾਂ ਦੇ ਸੰਗਤਾਂ ਦੇ ਹਜ਼ਾਰਾਂ ਸੰਗਤਾਂ ਦੇ ਮੇਲੇ ਲੱਗਦੇ ਨੇ ਇਹ ਕਰਾਮਾਤ ਤੋਂ ਘੱਟ ਨਹੀਂ ਬੋਲੇ ਜੇ ਸਾਧ ਸੰਗਤ ਜੀ ਇਸ ਧਰਤੀ ਤੇ ਸੱਚ ਹੈ ਸੱਚਾਈ ਹੈ 100% ਨਹੀਂ 101% ਸੱਚਾਈ ਹੈ ਤਾਂ ਸਾਧ ਸੰਗਤ ਜੀ ਅੱਜ ਮੇਲੇ ਲੱਗਦੇ ਨੇ ਜੇ ਕੋਈ ਹੁੰਦਾ ਪਖੰਡ ਕਰਨ ਵਾਲਾ ਬੜੇ ਲੋਕ ਕਰਦੇ ਨੇ ਅੱਜ ਵੀ ਨਿੰਦਕਾਂ ਦਾ ਕੰਮ ਨਿੰਦਿਆ ਕਰਨਾ ਹੁੰਦਾ ਕਿ ਇਹ ਪਖੰਡ ਕਰਦੇ ਨੇ ਜੀ ਇਹ ਦਿਖਾਵਾ ਕਰਦੇ ਨੇ ਜੀ ਬੜਾ ਕੁਝ ਹੈ ਸਾਧ ਸੰਗਤ ਜੀ ਕਹਿਣ ਨੂੰ ਇਕੱਲੇ ਸਵਾਲ ਦਾ ਜਵਾਬ ਹੈ ਪਰ ਖੈਰ ਮਹਾਂਪੁਰਖ ਵਚਨ ਕਰਦੇ ਹੁੰਦੇ ਨੇ ਭਾਈ ਇਹਨਾਂ ਨੇ ਆਪਣਾ ਕੰਮ ਕਰਨਾ ਤੁਸੀਂ ਆਪਣਾ ਕੰਮ ਕਰਨਾ ਕਿ ਕਿਉਂਕਿ ਸਾਧ ਸੰਗਤ ਜੀ ਬੜੇ ਨੇ ਸਰਕਾਰਾਂ ਤੱਕ ਨੇ ਜ਼ੋਰ ਲਾ ਲਿਆ ਪਰ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇੱਕੋ ਹੀ ਵਚਨ ਕੀਤਾ ਸੀ ਕਿ ਸੰਗਤ ਜੀ ਉਹ ਸੰਘਰਸ਼ ਦੇ ਸਮੇਂ ਵੀ ਬਾਬਾ ਜੀ ਵਚਨ ਕਰਦੇ ਰਹੇ ਨੇ ਕਿ ਜੇ ਤੁਸੀਂ ਸਾਨੂੰ ਧਰਮ ਦੇ ਪੱਖੋਂ ਅਣਖ ਦੇ ਪੱਖੋਂ ਇੱਕ ਵੀ ਕਦਮ ਸਾਡਾ ਪਿਛਾਂਹ ਜਾਂਦਾ ਵੇਖਿਆ ਤਾਂ ਸਾਨੂੰ ਕਹਿਓ ਸਾਧ ਸੰਗਤ ਜੀ ਕੌਣ ਕਹਿ ਸਕਦਾ ਇਹ ਉਹੀ ਕਹਿ ਸਕਦੇ ਨੇ ਜਿਹੜੇ ਸੂਰਵੀਰ ਨੇ ਸੂਰਵੀਰ ਬਚਨ ਕੇ ਬਲੀ ਸੋ ਬਚਨਾਂ ਦੇ ਬਲੀ ਮਹਾਂਪੁਰਖ ਨੇ ਜਿਹਨਾਂ ਦੀ ਵਰੋਸਾਈ ਹੋਈ ਪਵਿੱਤਰ ਧਰਤੀ ਤੇ ਆਪਾਂ ਬੈਠੇ ਹਾਂ ਜਿਹਨਾਂ ਦੀ ਸੰਗਤ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਕਿਉਂਕਿ ਇਹਨਾਂ ਨੇ ਕੋਈ ਆਪਣਾ ਜੋ ਸੰਦੇਸ਼ ਸੀ ਜੋ ਸਟੈਂਡ ਸੀ ਜੋ ਸਿਧਾਂਤ ਨੇ ਸਾਧ ਸੰਗਤ ਜੀ ਹਜ਼ੂਰ ਮਹਾਂਪੁਰਖਾਂ ਨੇ ਕਦੇ ਨਹੀਂ ਬਦਲੇ ਕਦੇ ਨਹੀਂ ਉਹਨਾਂ ਤੋਂ ਪਿੱਛੇ ਹਟੇ ਤੇ ਹਮੇਸ਼ਾ ਹੀ ਸਾਧ ਸੰਗਤ ਜੀ ਜੋ ਕਲਗੀਧਰ ਪਾਤਸ਼ਾਹ ਦੇ ਸੰਦੇਸ਼ ਤੇ ਉਪਦੇਸ਼ ਬਖਸ਼ਿਸ਼ ਕੀਤਾ ਉਹਨਾਂ ਸੰਦੇਸ਼ਾਂ ਉਪਦੇਸ਼ਾਂ ਤੇ ਹਮੇਸ਼ਾ ਹੀ ਚੱਲੇ ਨੇ ਇਹ ਕਲਗੀਧਰ ਪਾਤਸ਼ਾਹ ਨੇ ਐਸਾ ਖਾਲਸਾ ਸਾਜਿਆ ਤੇ ਖਾਲਸੇ ਦੀ ਮਹਿਮਾ ਵਿਸਾਖੀ ਵਾਲੇ ਦਿਨ ਜਦੋਂ ਸਤਿਗੁਰੂ ਪਾਤਸ਼ਾਹ ਨੇ ਖਾਲਸਾ ਸਾਜਿਆ ਸੀ ਨਾ ਤੇ ਕੀ ਬਖਸ਼ਿਸ਼ਾਂ ਕੀਤੀਆਂ ਸੀ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਤੇ ਉਹ ਸਾਜਿਆ ਵਿਸਾਖੀ ਵਾਲੇ ਦਿਨ ਗੁਰਾ ਖਾਲਸੇ ਨੂੰ ਸਾਜਿਆ ਵਿਸਾਖੀ ਵਾਲੇ ਦਿਨ ਗੁਰਾ ਖਾਲਸੇ ਨੂੰ ਦਿਨ ਗੁਰਾ ਖਾਲਸੇ ਆ
ਵਿਸਾਖੀ ਵਾਲੇ ਦਿਨ ਗੁਰਾ ਖਾਲਸੇ ਨੂੰ ਡਰੇਗਾ ਨਾ ਆਪ ਨਾ ਹੀ ਕਿਸੇ ਨੂੰ ਡਰਾਵੇਗਾ। ਸਾਧ ਸੰਗਤ ਜੀ ਇਹ ਬਖਸ਼ਿਸ਼ ਕੀਤੀ ਸੀ ਨਾ ਕਲਗੀਧਰ ਪਾਤਸ਼ਾਹ ਨੇ ਤੇ ਆਹ ਤਪੋਵਣ ਦੀ ਧਰਤੀ ਤੇ ਹਜ਼ੂਰ ਮਹਾਂਪੁਰਖਾਂ ਦਾ ਜੀਵਨ ਵਾਜ ਕੇ ਵੇਖਿਓ ਕਦੇ ਜਿਹੜੇ ਕਹਿੰਦੇ ਸੀ ਆਹ ਜ਼ੁਲਮ ਕਮਾ ਕਮਾ ਕੇ ਪਤਾ ਕੀ ਕਹਿੰਦੇ ਸੀ ਐ ਚੁਟਕੀ ਮਾਰ ਕੇ ਕਹਿੰਦੇ ਸਾਰਾ ਕੁਝ ਠੀਕ ਕਰ ਦਿਆਂਗੇ ਸਾਡਾ ਕਹਿਣਾ ਮੰਨ ਲਓ ਸਾਰਾ ਕੁਝ ਠੀਕ ਕਰ ਦਿਆਂਗੇ ਸਾਡਾ ਕਹਿਣਾ ਮੰਨ ਲਓ ਪਰ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਪਤਾ ਕੀ ਵਚਨ ਕੀਤਾ ਸੀ ਕਹਿੰਦੇ ਕੁਝ ਵੀ ਹੋ ਜਾਵੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਣਾ ਇਹ ਵਚਨ ਕੀਤਾ ਸੀ ਮਹਾਂਪੁਰਖਾਂ ਨੇ ਕੁਝ ਵੀ ਹੋ ਜਾਵੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਾਂਗੇ ਤੇ ਉਸ ਸਮੇਂ ਨਿਕਲਦੇ ਮੈਗਜ਼ੀਨ ਦੇ ਵਿੱਚ ਸਾਧ ਸੰਗਤ ਜੀ ਇਹ ਸੱਚ ਦੀ ਆਵਾਜ਼ ਨੂੰ ਇੰਨਾ ਦਬਾਉਣਾ ਚਾਹਿਆ ਜ਼ਾਲਮ ਲੋਕਾਂ ਨੇ ਕਿ ਇੱਥੋਂ ਜਿਹੜਾ ਮੈਗਜ਼ੀਨ ਨਿਕਲਦਾ ਸੀ ਉਹਨੂੰ ਵੀ ਉਸਦਾ ਵੀ ਲਾਇਸੈਂਸ ਸੀ ਜਿਹੜਾ ਉਹ ਰੱਦ ਕਰਵਾਇਆ ਕਿ ਇੱਥੋਂ ਸੱਚ ਦੀ ਆਵਾਜ਼ ਹੈ ਜਿਹੜੀ ਨਿਕਲ ਨਾ ਜਾਵੇ ਤੇ ਇੰਨਾ ਕੁਝ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਕੀ ਗੱਲਾਂ ਤਾਂ ਕੁਝ ਖਾਸ ਨਹੀਂ ਹੁੰਦੀਆਂ ਇਸ ਕਰਕੇ ਕਹਿੰਦੀਆਂ ਸਾਨੂੰ ਮਹਾਂਪੁਰਖਾਂ ਤੇ ਮਾਣ ਹੈ ਇਹ ਸਾਡੇ ਆਈਡੀਅਲ ਨੇ ਸਾਡਾ ਮਾਰਗਦਰਸ਼ਨ ਕਰਦੇ ਨੇ ਕਿਉਂਕਿ ਸਾਧ ਸੰਗਤ ਜੀ ਹਜ਼ਾਰਾਂ ਸੰਗਤ ਅੱਜ ਕਿਉਂ ਸਤਿਕਾਰ ਕਰਦੀਆਂ ਨੇ ਕੌਣ ਕਿਸੇ ਦਾ ਸਤਿਕਾਰ ਕਰਦਾ ਪਰ ਇੱਕ ਮਹਾਂਪੁਰਖ ਨੇ ਤੇ ਜਿਹੜੇ ਨਾ ਤਾਂ ਕਦੇ ਆਪਣੇ ਵਚਨਾਂ ਤੋਂ ਥਿੜਕੇ ਨੇ ਤੇ ਨਾ ਹੀ ਅੱਜ ਥਿੜਕ ਰਹੇ ਨੇ ਤੇ ਨਾ ਹੀ ਕਦੇ ਅੱਗੇ ਨੂੰ ਥਿੜਕਣਗੇ ਵਾਹਿਗੁਰੂ ਕਿਉਂਕਿ ਇੰਨਾ ਮਾਣ ਹੈ ਸਾਧ ਸੰਗਤ ਜੀ ਸਾਨੂੰ ਆਪਣੇ ਮੁਰਸ਼ਦ ਤੇ ਬੋਲੇ ਸੋ ਨਿਹਾਲ ਸੰਸਾਰ ਦੇ ਵਿੱਚ ਕੋਈ ਅਜਿਹਾ ਨਹੀਂ ਸਾਧ ਸੰਗਤ ਜੀ ਬਾਬਾ ਰਾਮ ਸਿੰਘ ਜੀ ਕੋਟ ਗੰਗੂ ਰਾਏ ਵਾਲੇ ਖਾਲਸਾ ਕੌਣ ਹੁੰਦਾ ਹੈ ਸਾਧ ਸੰਗਤ ਜੀ ਨਹੀਂ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਅੱਜ ਦੇ ਸਮੇਂ ਦੇ ਵਿੱਚ ਤੇ ਸਾਧ ਸੰਗਤ ਜੀ ਉਸ ਸਮੇਂ ਬਾਬਾ ਰਾਮ ਸਿੰਘ ਜੀ ਕੋਟ ਗੰਗੂ ਰਾਏ ਵਾਲੇ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਸਾਥ ਨਿਭਾਇਆ ਉਹਨਾਂ ਨੇ ਆਖਿਆ ਸੀ ਸਟੇਜ ਤੋਂ ਕਿ ਦੋਖੀ ਲੋਕ ਨੇ ਇੰਨੇ ਇਲਜ਼ਾਮ ਮਹਾਂਪੁਰਖਾਂ ਤੇ ਲਗਾਉਂਦੇ ਨੇ ਪਰ ਮੈਂ ਇਹ ਗੱਲ ਸਟੇਜ ਤੋਂ ਕਹਿਣਾ ਕਿ ਜੇ ਮਹਾਂਪੁਰਖਾਂ ਦੇ ਵਿੱਚ ਕੋਈ ਇੱਕ ਵੀ ਦੋਸ਼ ਸਰਕਾਰਾਂ ਸਿੱਧ ਕਰ ਦੇਣ ਤਾਂ ਮੈਂ ਆਪਣੀ ਗਰਦਨ ਕੱਟ ਕੇ ਇੱਥੇ ਅਰਪਣ ਕਰ ਦਿਆਂਗਾ ਬੋਲੇ ਸੋ ਨਿਹਾਲ ਐਸੇ ਸੂਰਬੀਰ ਸੰਤ ਸਿਪਾਹੀ ਵੀਰ ਰੱਸੀ ਫਕੀਰ ਨੇ ਸਾਧ ਸੰਗਤ ਜੀ ਜਿਹਨਾਂ ਮਹਾਂਪੁਰਖਾਂ ਦੀ ਸਾਨੂੰ ਸੰਗਤ ਮਿਲੀ ਹੈ ਐਵੇਂ ਕੋਈ ਉੱਠ ਕੇ ਅੱਜ ਕੱਲ੍ਹ ਪਤਾ ਹੀ ਹੈ ਆਪਾਂ ਨੂੰ ਕਿ ਸੰਸਾਰ ਦੇ ਵਿੱਚ ਕੈਸੇ ਹਾਲਾਤ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਹੜਾ ਕੋਈ ਵੇਖਦਾ ਹੈ ਉੱਠ ਕੇ ਕਮੈਂਟ ਕਰ ਦਿੰਦਾ ਸੋ ਖੈਰ ਪਰ ਮਹਾਂਪੁਰਖ ਇਹੀ ਵਚਨ ਕਰਦੇ ਹੁੰਦੇ ਨੇ ਭਾਈ ਇਹਨਾਂ ਦਾ ਕੰਮ ਹੈ ਇਹਨਾਂ ਵੱਲ ਕੋਈ ਬਹੁਤਾ ਧਿਆਨ ਨਾ ਦਿਓ ਪਰ ਸੰਗਤਾਂ ਕਈ ਵਾਰ ਆ ਕੇ ਐਸੇ ਜਾਣਕਾਰੀ ਹਿੱਤ ਸਵਾਲ ਪੁੱਛਦੀਆਂ ਨੇ ਤਾਂ ਮਨ ਦੇ ਵਿੱਚ ਬੜਾ ਬਲਬਲਾ ਉੱਠਦਾ ਕਿ ਵਾਕਈ ਸੰਗਤ ਨੂੰ ਸੱਚਾਈ ਦਾ ਪਤਾ ਹੋਣਾ ਚਾਹੀਦਾ ਸੋ ਇਹ ਜਿਹੜੀ ਹੈਲੀਕਾਪਟਰ ਦੀ ਸੱਚਾਈ ਹੈ ਉਹ ਆਪ ਜੀ ਨੇ ਕੁਝ ਸਰਵਣ ਕੀਤੀ ਹੈ ਤੇ ਜਦੋਂ 300 ਸਾਲਾਂ ਮਨਾ ਰਹੇ ਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਂ ਸਾਧ ਸੰਗਤ ਜੀ ਕਈ ਲੋਕਾਂ ਨੇ ਬੜਾ ਤਰ੍ਹਾਂ ਤਰ੍ਹਾਂ ਦੇ ਜਿਸ ਦੇ ਕੋਈ ਮੂੰਹ ਬਾਤ ਆ ਗਈ ਬਸ ਬੋਲ ਦਿੱਤੀ ਤੇ ਉਹਨਾਂ ਸਮਿਆਂ ਦੇ ਵਿੱਚ ਰੌਲਾ ਹੋਰ ਕੋਈ ਨਹੀਂ ਸੀ ਸਾਧ ਸੰਗਤ ਜੀ ਕਿਸੇ ਤੋਂ ਚੜ੍ਹਦੀ ਕਲਾ ਨਹੀਂ ਜਰੀ ਗਈ ਕਿ ਮਹਾਂਪੁਰਖ ਐਸਾ ਖਾਲਸਾ ਹੀ ਵੀਰ ਰਸੀ ਸਰੂਪ ਸਾਧ ਸੰਗਤ ਜੀ ਇੰਨਾ ਲੰਮਾ ਨਗਰ ਕੀਰਤਨ ਜੋ ਮਹਾਂਪੁਰਖਾਂ ਨੇ ਇਹ ਨਾਮ ਬਾਣੀ ਦਾ ਛਿੱਟਾ ਦਿੱਤਾ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਘਰ ਘਰ ਜਾ ਕੇ ਦੁਹਰਾਈਆਂ ਦ੍ਰਿੜ ਕਰਵਾਈਆਂ ਸੰਗਤਾਂ ਨੂੰ ਸਾਧ ਸੰਗਤ ਜੀ ਸੌ ਸੌ ਘਰ ਦੇ ਵਿੱਚ ਇੱਕ ਦਿਨ ਦੇ ਵਿੱਚ ਜਾ ਆਉਂਦੇ ਸੀ ਮਹਾਂਪੁਰਖ ਕਾਹਦੇ ਲਈ ਜਾਂਦੇ ਸੀ ਦਿਨ ਰਾਤ ਭੱਜੇ ਫਿਰਦੇ ਸੀ ਕਲਗੀਧਰ ਪਾਤਸ਼ਾਹ ਦਾ ਹੋਕਾ ਦੇਣ ਲਈ ਤੇ ਐਸਾ ਹੋਕਾ ਦਿੱਤਾ ਕਿ ਸੰਗਤ ਜੀ ਆਪਾਂ ਨੇ 300 ਸਾਲਾਂ ਮਨਾਉਣਾ ਤੇ ਕਲਗੀਧਰ ਪਾਤਸ਼ਾਹ ਜੀ ਖਾਲਸੇ ਦੀ ਜਨਮ ਸਿਰਜਣਾ ਦਿਵਸ ਭੂਮੀ ਤੇ ਆਪਾਂ ਨੇ ਨਗਰ ਕੀਰਤਨ ਲੈ ਕੇ ਜਾਣਾ ਤਾਂ ਸਾਧ ਸੰਗਤ ਜੀ ਉਸ ਸਮੇਂ 50 ਕਿਲੋਮੀਟਰ ਤੋਂ ਲੰਮਾ 64 ਕਿਲੋਮੀਟਰ ਦੱਸਦੇ ਨੇ ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਕਿ ਇੰਨੇ ਵਾਹਨ ਇਕੱਠੇ ਹੋਏ ਅੱਜ ਤੱਕ ਦਾ ਸਭ ਤੋਂ ਲੰਮਾ ਨਗਰ ਕੀਰਤਨ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਮਹਾਂਪੁਰਖ ਉਸ ਸਮੇਂ ਲੈ ਕੇ ਗਏ ਸੀ ਬੋਲੇ ਸੋ ਨਿਹਾਲ
ਸਿੰਘ ਜੀ ਸਾਡੇ ਸੰਤ ਖਾਲਸਾ ਜੀ ਨੇ ਕੀਤੇ ਨੇ, ਕਿਉਂ ਨਾ ਮਾਣ ਕਰੀਏ ਉਹਨਾਂ ਤੇ ਜਿਨ੍ਹਾਂ ਨੇ ਆਪਣਾ ਆਪਣੇ ਜੀਵਨ ਦੇ ਵਿੱਚ ਆਪਣਾ ਇੱਕ ਰੱਤੀ ਮਾਤਰ ਕੁਝ ਵੀ ਨਹੀਂ ਬਣਾਇਆ, ਆਪਣਾ ਸਾਰਾ ਜੀਵਨ ਹੀ ਕੌਮ ਦੇ ਲੇਖੇ ਲਾਤਾ। ਬਚਪਨ ਤੋਂ ਲੈ ਕੇ ਭਗਤੀ ਕਰਕੇ ਆ ਧਰਤੀ ਤੇ ਜਿੱਥੇ ਬੈਠੇ ਆ ਕੋਈ ਵਸਾ ਸਕਿਆ ਇਸ ਨੂੰ? ਐਸੀ ਧਰਤੀ ਵਸਾਈ ਹੈ ਮਹਾਂਪੁਰਖਾਂ ਨੇ, ਕੋਈ ਸੌਖਾ ਹੈ? ਇੱਕ ਉਜਾੜ ਦੇ ਵਿੱਚ ਬੈਠ ਕੇ ਇਕੱਲੇ ਬੈਠੇ ਮਹਾਂਪੁਰਖ, ਇੱਕ ਉਜਾੜ ਦੇ ਵਿੱਚ ਬੈਠ ਕੇ ਸਾਧ ਸੰਗਤ ਜੀ ਵਿਸ਼ਵ ਰਿਕਾਰਡ ਖੜੇ ਕਰ ਦੇਣੇ ਕੁਝ ਸਮੇਂ ਦੇ ਵਿੱਚ ਹੀ, ਕੌਣ ਕਰ ਸਕਦਾ? ਉਹੀ ਕਰ ਸਕਦਾ ਜਿਹਦੇ ਅੰਦਰ ਕਲਗੀਧਰ ਪਾਤਸ਼ਾਹ ਦਾ ਪਿਆਰ ਉਬਾਲੇ ਮਾਰ ਰਿਹਾ ਹੋਵੇ। ਸਾਧ ਸੰਗਤ ਜੀ ਮਹਾਂਪੁਰਖਾਂ ਦੇ ਅੰਦਰ ਮਹਾਂਪੁਰਖ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਦਾ ਜਿਹੜਾ ਪਿਆਰ ਹੈ, ਇਸ਼ਕ ਹੈ ਉਹਨਾਂ ਦੇ ਅੰਦਰ, ਉਹ ਅੱਜ ਵੀ ਉਸੇ ਤਰ੍ਹਾਂ ਉਬਾਲੇ ਮਾਰ ਰਿਹਾ। ਪਰ ਉਹ ਚਾਹੁੰਦੇ ਨੇ ਕਿ ਵਾਰੀ ਬਾਣਾ ਹੀ ਨਾ ਹੋਵੇ, ਸਾਡੇ ਕੋਲ ਬਾਣੀ ਵੀ ਹੋਵੇ। ਪਹਿਲਾਂ ਬਾਣੀ ਫਿਰ ਬਾਣਾ ਇਹ ਪ੍ਰਚਾਰ ਕਰ ਰਹੇ ਨੇ ਮਹਾਂਪੁਰਖ ਅੱਜ ਵੀ। ਸੋ ਉਸ ਸਮੇਂ ਸਾਧ ਸੰਗਤ ਜੀ 300 ਸਾਲਾਂ ਮਨਾਉਂਦੇ ਹੋਏ ਜਦੋਂ ਇੰਨਾ ਲੰਮਾ ਨਗਰ ਕੀਰਤਨ ਲੈ ਕੇ ਆਨੰਦਪੁਰ ਸਾਹਿਬ ਦੀ ਸਟੇਜ ਤੇ ਪਹੁੰਚੇ ਤਾਂ ਸਾਧ ਸੰਗਤ ਜੀ ਉਸ ਸਮੇਂ ਮਹਾਂਪੁਰਖਾਂ ਨੂੰ ਸਮਾਂ ਦਿੱਤਾ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ, ਹੈੱਡ ਗ੍ਰੰਥੀ ਸਾਹਿਬਾਨ, ਸਾਰੇ ਪ੍ਰਬੰਧਕਾਂ ਵੱਲੋਂ ਤਾਂ ਮਹਾਂਪੁਰਖਾਂ ਨੇ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਆਪਣੀਆਂ ਹਾਜ਼ਰੀਆਂ ਲਵਾਈਆਂ। ਤਾਂ ਉਸ ਸਮੇਂ ਸਾਧ ਸੰਗਤ ਜੀ ਜਥੇਦਾਰ ਸਾਹਿਬ ਨੇ ਬੋਲਦੇ ਹੋਏ ਆਖਿਆ ਸੀ ਕਿ ਇਹ ਵਿਲੱਖਣ ਨਜ਼ਾਰਾ, ਅੱਜ ਤੱਕ ਦਾ ਇਹ ਵਿਲੱਖਣ ਨਜ਼ਾਰਾ ਕਿ ਇੰਨਾ ਲੰਮਾ ਨਗਰ ਕੀਰਤਨ ਅੱਜ ਤੱਕ ਇਸ ਧਰਤੀ ਤੇ ਨਹੀਂ ਆਇਆ, ਜੋ ਮਹਾਂਪੁਰਖ ਲੈ ਕੇ ਆਏ ਨੇ। ਤੇ ਸਾਧ ਸੰਗਤ ਜੀ ਉਸ ਉਹਨਾਂ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਸਟੇਜ ਲੱਗੀ ਤੇ ਲਗਾਤਾਰ ਸਤਸੰਗ ਦੀਵਾਨ ਸਜਦੇ ਰਹੇ, ਤੇ ਉਹਨਾਂ ਦੀਵਾਨਾਂ ਦੇ ਵਿੱਚ ਇਹ ਮਹਾਂਪੁਰਖਾਂ ਨੇ ਜਿਹੜਾ ਛਿੱਟਾ ਦਿੱਤਾ ਸੀ ਨਾ, ਕੱਲ ਵੀ ਧਾਰਨਾ ਫੜੀ ਸੀ ਹਜ਼ੂਰ ਬਾਬਾ ਜੀਆਂ ਨੇ ਕਿ ਖਾਲਸਾ ਜੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਜਾਵਣਾ, ਤਾਂਹੀਓ ਖਾਲਸਾ ਜੀ ਦਿਵਸ ਮਨਾਵਣਾ। ਇਹ ਖਾਲਸਾ ਦਿਵਸ ਮਨਾਏ ਹੋਏ ਤਾਂਹੀਓ ਸਫਲੇ ਨੇ ਜੇ ਅਸੀਂ ਕਲਗੀਧਰ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ। ਸਾਡਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਣਾ ਤਾਂ ਹੀ ਸਫਲ ਹੈ। ਤੇ ਸਾਧ ਸੰਗਤ ਜੀ ਉਹ ਪ੍ਰਚਾਰ ਦੇ ਦੁਆਰਾ ਇੱਕ ਦਿਨ ਦੇ ਵਿੱਚ ਸਾਧ ਸੰਗਤ ਜੀ 11,000 ਪ੍ਰਾਣੀ ਨੇ ਅੰਮ੍ਰਿਤ ਛਕਿਆ, ਤੇ ਉਹ ਅੰਮ੍ਰਿਤ ਸੰਚਾਰ ਦੇ ਵਿੱਚ ਹਜ਼ੂਰ ਮਹਾਂਪੁਰਖਾਂ ਨੇ ਆਪ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਨਿਭਾਈ, ਤੇ ਅੱਜ ਵੀ ਉਹ ਤਸਵੀਰਾਂ ਵੀਡੀਓ ਸਾਰਿਆਂ ਦੇ ਸਾਹਮਣੇ ਨੇ। ਤੇ ਉੱਥੇ ਸਾਧ ਸੰਗਤ ਜੀ ਪੇਸ਼ਕਸ਼ ਹੋਈ ਸੀ, ਅੱਜ ਅਕਾਲ ਤਖਤ ਸਾਹਿਬ ਜੇ ਜਥੇਦਾਰ ਸਾਹਿਬਾਨਾਂ ਦੀ ਜਿਹੜੀ ਪਦਵੀ ਹੈ ਕਿੰਨੀ ਸਤਿਕਾਰਯੋਗ ਹੈ। ਅੱਜ ਆਪਾਂ ਸਾਰੇ ਗੱਲਾਂ ਕਰਦੇ ਹਾਂ, ਪਰ ਉਹ ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਇੱਥੋਂ ਸ਼ੁਰੂਆਤ ਹੋਈ ਸੀ ਕਿ ਜਦੋਂ ਮਹਾਂਪੁਰਖਾਂ ਨੂੰ ਪੇਸ਼ਕਸ਼ ਕੀਤੀ ਗਈ ਕਿ ਤੁਹਾਡਾ ਪੰਥ ਦੇ ਵਿੱਚ ਬੋਲਬਾਲਾ ਹੈ ਕਿ ਜਿਸ ਨੂੰ ਅਸੀਂ ਚਾਹੁੰਦੇ ਹਾਂ ਤੁਸੀਂ ਉਸ ਨੂੰ ਸਰੋਪਾ ਦਿਓ, ਤੁਸੀਂ ਉਸ ਜਥੇਦਾਰ ਨੂੰ ਸਰੋਪਾ ਦਿਓ ਜਿਸ ਨੂੰ ਅਸੀਂ ਕਹਿੰਦੇ ਹਾਂ। ਤੇ ਸਾਧ ਸੰਗਤ ਜੀ, ਪਰ ਮਹਾਂਪੁਰਖਾਂ ਨੇ ਉਸ ਸਮੇਂ ਆਖਿਆ ਸੀ ਭਾਈ ਇਹ ਪੰਥ ਦੀ ਮਰਿਆਦਾ ਨਹੀਂ, ਇਹ ਗਲਤ ਗੱਲ ਹੈ। ਹੁਣ 300 ਸਾਲਾਂ ਖੁਸ਼ੀ ਦਾ ਸਮਾਂ ਮਨਾਓ, ਖੁਸ਼ੀਆਂ ਮਨਾਓ, ਇਹ ਮੁੱਦੇ ਬਾਅਦ ਦੇ ਵਿੱਚ ਬੈਠ ਕੇ ਵੀ ਵਿਚਾਰੇ ਜਾ ਸਕਦੇ ਨੇ। ਪਰ ਸਾਧ ਸੰਗਤ ਜੀ ਨਹੀਂ ਮੰਨੇ, ਕਹਿਣ ਲੱਗੇ ਨਹੀਂ ਜੀ ਤੁਸੀਂ ਸਟੇਜ ਤੇ ਆ ਕੇ ਸਰੋਪਾ ਦਿਓ, ਜਿਸ ਨੂੰ ਅਸੀਂ ਜਥੇਦਾਰ ਮੰਨਦੇ ਹਾਂ ਉਸ ਨੂੰ ਸਰੋਪਾ ਦਿਓ। ਪਰ ਸਾਧ ਸੰਗਤ ਜੀ ਜੋ ਪੰਥ ਪ੍ਰਵਾਨਿਤ ਜਥੇਦਾਰ ਸਹਿਬਾਨ ਹੁੰਦੇ ਨੇ, ਮਹਾਂਪੁਰਖਾਂ ਨੇ ਸਮਝਾਇਆ ਭਾਈ ਜਿਹੜੇ ਜਥੇਦਾਰ ਹੁੰਦੇ ਨੇ ਕਿਸੇ ਇੱਕ ਦੇ ਨਹੀਂ ਹੁੰਦੇ, ਕੌਮ ਦੇ ਨੇ, ਪੰਥ ਦੇ ਨੇ, ਤੇ ਇਹ ਪੰਥ ਦੀ ਮਰਿਆਦਾ ਕਿ ਸਰਬੱਤ ਖਾਲਸਾ ਜਿਹੜਾ ਸਾਰਾ ਸਮੂਹ ਪੰਥ ਜਿਸ ਨੂੰ ਚਾਹੇ ਉਸ ਨੂੰ ਇਹ ਸੇਵਾ ਮਿਲਦੀ ਹੈ। ਪਰ ਸਾਧ ਸੰਗਤ ਜੀ ਕੌਣ ਮੰਨਦਾ? ਨਹੀਂ ਕੋਈ ਮੰਨਦਾ। ਪਰ ਸਾਧ ਸੰਗਤ ਜੀ ਉੱਥੋਂ ਫਿਰ ਇਹ ਸ਼ੁਰੂਆਤ ਹੋਈ ਜਿਹੜਾ ਜ਼ੁਲਮਾਂ ਦਾ ਦੌਰ ਚੱਲਿਆ। ਇਹ ਸਰਕਾਰਾਂ ਦੇ ਜਿਹੜੇ ਕਹਿਣੇ ਨੇ ਉਹ ਨਾ ਮੰਨਣ ਕਾਰਨ ਸਾਧ ਸੰਗਤ ਜੀ ਸਾਰਾ ਕੁਝ ਇੱਥੇ ਵਾਪਰਿਆ, ਤੇ ਕਿਸ ਤਰ੍ਹਾਂ ਵਾਪਰਿਆ ਉਹ ਆਪਾਂ ਨੂੰ ਪਤਾ ਹੈ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਤੇ ਪਰ ਦੋਖੀ ਲੋਕ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਇਹ ਸੱਚ ਨੂੰ ਝੂਠ ਸਿੱਧ ਕਰਨਾ ਚਾਹੁੰਦੇ ਨੇ। ਪਰ ਸੱਚ ਸਾਧ ਸੰਗਤ ਜੀ ਇਹ ਸੱਚੇ ਸੱਚ ਸੱਚੇ ਰਹਿੰਦਾ ਹਮੇਸ਼ਾ ਹੀ, ਕਿਉਂਕਿ ਮਹਾਂਪੁਰਖ ਸੰਤ ਮਹਾਰਾਜ ਜੀ ਉਦਾਹਰਣ ਦਿੰਦੇ ਹੁੰਦੇ ਨੇ, ਕਹਿੰਦੇ ਭਾਈ ਜਿਹੜਾ ਸੱਚ ਦਾ ਸੂਰਜ ਹੈ ਨਾ, ਇਹ ਸੱਚ ਦੇ ਸੂਰਜ ਨੂੰ
ਇਹਦੇ ਅੱਗੇ ਕਈ ਵਾਰ ਜਿਹੜੇ ਕੋੜ ਦੇ ਬੱਦਲ ਨੇ ਨਾ ਉਸ ਢੱਕ ਲੈਂਦੇ ਨੇ ਸੂਰਜ ਨੂੰ ਤੇ ਪਰ ਧਰਤੀ ਦੇ ਜੀਵਾਂ ਨੂੰ ਕਈ ਵਾਰ ਪ੍ਰਤੀਤ ਹੁੰਦਾ ਕਿ ਇਹ ਸੂਰਜ ਤਾਂ ਢੱਕਿਆ ਗਿਆ ਪਰ ਸਾਧ ਸੰਗਤ ਜੀ ਉਹ ਕੋੜ ਦੇ ਬੱਦਲ ਨੇ ਜਿਹੜੇ ਕੁਝ ਸਮੇਂ ਲਈ ਹੁੰਦੇ ਨੇ ਸੱਚ ਹੈ ਜਿਹੜਾ ਉਹ ਫਿਰ ਲੱਟ ਲੱਟ ਕਰਕੇ ਬਲਦਾ ਸੱਚ ਹੈ ਜਿਹੜਾ ਉਹ ਫਿਰ ਦੁਨੀਆਂ ਨੂੰ ਸੰਦੇਸ਼ ਦਿੰਦਾ ਇਹ ਮਹਾਂਪੁਰਖਾਂ ਨੇ ਵਚਨ ਵੀ ਕੀਤਾ ਸੀ ਉਸ ਸਮੇਂ ਵਚਨ ਕੀਤਾ ਸੀ ਜਿਸ ਸਮੇਂ ਜ਼ੁਲਮਾਂ ਦਾ ਦੌਰ ਚੱਲ ਰਿਹਾ ਸੀ ਕਿ ਇਹ ਕਲਗੀਧਰ ਪਾਤਸ਼ਾਹ ਦੀ ਜਗਾਈ ਹੋਈ ਜੋਤ ਹੈ ਇਹ ਸੱਚ ਦੀ ਜੋਤ ਹੈ ਇਹਨੂੰ ਕੋਈ ਬੁਝਾਉਣ ਵਾਲਾ ਜੰਮਿਆ ਨਹੀਂ ਤਾਂ ਸਾਧ ਸੰਗਤ ਜੀ ਉਸ ਸਮੇਂ ਕੀ ਵਚਨ ਕੀਤਾ ਸੀ ਉਹ ਜੋਤ ਜਾਗਦੀ ਰਹੇਗੀ ਜੋਤ ਜਾਗਦੀ ਤਾਂ ਕੋਈ ਪਹਿਲਾਂ ਵਜਾਉਣ ਵਾਲਾ ਜੰਮਿਆ ਕਿਉਂਕਿ ਕਲਗੀਧਰ ਪਾਤਸ਼ਾਹ ਉਸ ਸਮੇਂ ਦੇ ਵਿੱਚ ਵੀ ਸਾਧ ਸੰਗਤ ਜੀ ਔਰੰਗਜ਼ੇਬ ਵਰਗਿਆਂ ਨੇ ਬੜਾ ਜ਼ੋਰ ਲਾਇਆ ਕਿ ਇਹ ਸੱਚ ਦੀ ਜੋਤ ਨੂੰ ਧਰਮ ਦੀ ਜੋਤ ਨੂੰ ਖਤਮ ਕਰ ਦੇਈਏ ਜਦੋਂ ਸਾਰਾ ਕੁਝ ਵਾਪਰ ਗਿਆ ਸੀ ਤਾਂ ਸਾਧ ਸੰਗਤ ਜੀ ਉਸ ਸਮੇਂ ਦੇ ਵਿੱਚ ਵੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਨੇ ਇਹੀ ਵਚਨ ਕੀਤਾ ਸੀ ਕਿ ਮੇਰਾ ਖਾਲਸਾ ਅਜਰ ਹੈ ਅਮਰ ਹੈ ਇਹ ਹਮੇਸ਼ਾ ਹੀ ਅਮਰ ਰਹੇਗਾ ਇਹ ਜੋਤ ਨੂੰ ਕੋਈ ਨਹੀਂ ਬੁਝਾ ਸਕਦਾ ਤੇ ਸਾਧ ਸੰਗਤ ਜੀ ਐਸਾ ਨਿਰਭਉ ਤੇ ਨਿਰਵੈਰ ਖਾਲਸਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਸੀ ਜੋ ਅੱਜ ਵੀ ਇਸ ਤਪੋਵਨ ਟੱਕੀ ਸਾਹਿਬ ਦੀ ਧਰਤੀ ਤੇ ਹਜ਼ੂਰ ਮਹਾਂਪੁਰਖ ਸੰਤ ਖਾਲਸਾ ਜੀ ਦੇ ਰੂਪ ਦੇ ਵਿੱਚ ਵਿਚਰ ਰਹੇ ਨੇ ਕਿਉਂਕਿ ਇਹ ਸੱਚ ਤੇ ਝੂਠ ਦੀ ਲੜਾਈ ਸਾਧ ਸੰਗਤ ਜੀ ਹਮੇਸ਼ਾ ਤੋਂ ਹੀ ਚੱਲੀ ਆ ਰਹੀ ਹੈ ਪਹਿਲਾਂ ਤੋਂ ਹੀ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ ਤੇ ਭਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਲੈ ਲਓ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਵੀ ਕਿਵੇਂ ਕਿਵੇਂ ਮਹਾਰਾਜ ਜੀ ਨੇ ਜਾ ਕੇ ਸਾਧ ਸੰਗਤ ਜੀ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਤੇ ਕਿਵੇਂ ਉਹਨਾਂ ਸਮਿਆਂ ਦੇ ਵਿੱਚ ਬਾਦਸ਼ਾਹ ਵਰਗੇ ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤਾੜ ਦਿੰਦੇ ਫਿਰ ਚੱਕੀਆਂ ਆਪਣੇ ਆਪ ਚੱਲਣੀਆਂ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਜੀ ਦੇ ਹੁਕਮ ਦੇ ਵਿੱਚ ਕਰਾਮਾਤਾਂ ਵਾਪਰੀਆਂ ਤੇ ਸਾਧ ਸੰਗਤ ਜੀ ਉਹ ਸੱਚ ਦੇ ਸਮੇਂ ਤੇ ਜਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਦਾ ਸਮਾਂ ਆਇਆ ਤਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਮਾਲਾ ਤੇ ਸ਼ਸਤਰ ਦਾ ਸਿਧਾਂਤ ਬਖਸ਼ਿਸ਼ ਕੀਤਾ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਜੀ ਸੰਤ ਤੇ ਨਾਲ ਸਿਪਾਹੀ ਮਹਾਂਪੁਰਖ ਵਚਨ ਕਰਦੇ ਹੁੰਦੇ ਨੇ ਕਿ ਭਾਈ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਸੰਤ ਹੋਣਾ ਵੀ ਜ਼ਰੂਰੀ ਹੈ ਤੇ ਸਿਪਾਹੀ ਹੋਣਾ ਵੀ ਜ਼ਰੂਰੀ ਹੈ ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਮਹਾਂਪੁਰਖਾਂ ਦੇ ਕਰ ਕਮਲਾਂ ਦੇ ਵਿੱਚ ਅੱਜ ਵੀ ਆਪ ਜੀ ਵੇਖੋਗੇ ਕਿ ਇੱਕ ਹੱਥ ਦੇ ਵਿੱਚ ਉਹਨਾਂ ਦੇ ਮਾਲਾ ਹੁੰਦੀ ਹੈ ਪੱਕੀ ਉਹ ਕਈ ਮਾਲਾ ਤੇ ਕਿੰਤੂ ਪਰੰਤੂ ਕਰਦੇ ਨੇ ਇਹ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੇ ਸਾਧ ਸੰਗਤ ਜੀ ਦਸ ਜਾਮੇ ਲਾ ਕੇ ਸਤਿਗੁਰਾਂ ਨੇ ਦਿੱਤੀਆਂ ਨੇ ਤੇ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਵੇਖੋ ਸ਼ੁਰੂ ਤੋਂ ਹੀ ਲੈ ਕੇ ਸੰਤ ਮਹਾਰਾਜ ਜੀ ਦੇ ਪਵਿੱਤਰ ਕਰ ਕਮਲਾਂ ਦੇ ਵਿੱਚ ਇੱਕ ਮਾਲਾ ਹੁੰਦੀ ਹੈ ਤੇ ਇੱਕ ਸ੍ਰੀ ਸਾਹਿਬ ਹੁੰਦੀ ਹੈ ਇਹ ਸੰਤ ਤੇ ਸਿਪਾਹੀ ਦਾ ਜਿਹੜਾ ਸਿਧਾਂਤ ਹੈ ਸਤਿਗੁਰਾਂ ਨੇ ਬਖਸ਼ਿਆ ਤੇ ਮਹਾਂਪੁਰਖ ਅੱਜ ਵੀ ਦ੍ਰਿੜ ਕਰਵਾ ਰਹੇ ਨੇ ਸੋ ਨਿਰਭਉ ਤੇ ਨਿਰਵੈਰਤਾ ਜਿਵੇਂ ਆਪਾਂ ਪੜ੍ਹਦੇ ਹਾਂ ਮੂਲ ਮੰਤਰ ਦੇ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਾਧ ਸੰਗਤ ਜੀ, ਇਹ ਸੱਚ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਜੰਮਿਆ ਤੇ ਮਹਾਂਪੁਰਖ ਇਹ ਸੰਤ ਤੇ ਸਿਪਾਹੀ ਦੇ ਸਿਧਾਂਤ ਨੂੰ ਅੱਜ ਵੀ ਸੰਗਤਾਂ ਨੂੰ ਦ੍ਰਿੜ ਕਰਵਾ ਰਹੇ ਨੇ। ਇੱਕ ਵਿਲੱਖਣ ਚੀਜ਼ ਹੈ, ਨਹੀਂ ਦੁਨੀਆਂ ਦੇ ਵਿੱਚ ਜ਼ਿਆਦਾਤਰ ਕਿਹਾ ਹੀ ਜਾਂਦਾ, ਦੁਨੀਆਂ ਦੇ ਵਿੱਚ ਜਿਹੜਾ ਕੁਝ ਪ੍ਰਚਾਰ ਅੱਜ ਹੋ ਵੀ ਰਿਹਾ, ਜ਼ਿਆਦਾਤਰ ਵਿਦਵਾਨ ਲੋਕ ਇਹ ਗੱਲ ਮੰਨਦੇ ਨੇ ਕਿ ਅੱਜ ਪ੍ਰਚਾਰ ਦਾ ਅਸਰ ਕਿਉਂ ਨਹੀਂ ਹੋ ਰਿਹਾ, ਤਾਂ ਸਾਧ ਸੰਗਤ ਜੀ ਉਹ ਇਹ ਤੱਥ ਸਾਹਮਣੇ ਲਿਆਉਂਦੇ ਨੇ ਕਿ ਜੇ ਪ੍ਰਚਾਰ ਦਾ ਅੱਜ ਅਸਰ ਨਹੀਂ ਹੋ ਰਿਹਾ ਤੇ ਅੱਜ ਦੇ ਪ੍ਰਚਾਰ ਦੇ ਵਿੱਚ ਇਹ ਕਹਿਣ ਮਾਤਰ ਜ਼ਿਆਦਾ ਕੁਝ ਹੈ ਪਰ ਜੀਵਨ ਦੇ ਕਮਾਉਣ ਦੇ ਵਿੱਚ ਹੈ ਨਹੀਂ, ਉਹਨਾਂ ਹੁੰਦਾ ਨਹੀਂ। ਪਰ ਸਾਧ ਸੰਗਤ ਜੀ, ਮਹਾਂਪੁਰਖਾਂ ਦੀ ਇਹ ਵਿਲੱਖਣਤਾ ਹੈ ਕਿ ਉਹਨਾਂ ਨੇ ਉਹ ਵਚਨ ਕਦੇ ਵੀ ਨਹੀਂ ਕੀਤਾ ਜਿਹੜਾ ਉਹਨਾਂ ਨੇ ਖੁਦ ਕਮਾਇਆ ਨਾ ਹੋਵੇ। ਉਹਨਾਂ ਨੇ ਪਹਿਲਾਂ ਜੇ ਬੰਦਗੀ ਕਰਨ ਲਈ ਕਹਿ ਰਹੇ ਨੇ, ਪਹਿਲਾਂ ਕੀਤੀ ਹੈ, ਸ਼ਾਸਤਰ ਵੀ ਧਾਰਨ ਕੀਤੇ ਨੇ ਤੇ ਹੱਥ ਦੇ ਵਿੱਚ ਮਾਲਾ ਵੀ ਹੈ, ਸਾਰਾ ਕੁਝ। ਸਾਧ ਸੰਗਤ ਜੀ, ਇਸੇ ਕਰਕੇ ਇਸ ਤਪੋਵਣ ਦੀ ਧਰਤੀ ਤੇ ਜਦੋਂ ਆਉਂਦੇ ਆ ਤਾਂ ਸਾਰੇ ਕਾਸੇ ਦੀ ਦਰਸ਼ਨ ਹੁੰਦੇ ਨੇ। ਐਸੀ ਵਿਲੱਖਣ ਧਰਤੀ ਹੈ ਇਹ ਤੇ ਨਿਰਭਉ ਤੇ ਨਿਰਵੈਰ ਸਾਧ ਸੰਗਤ ਜੀ ਖਾਲਸਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਸੀ ਤੇ ਇਸ ਧਰਤੀ ਤੇ ਮਹਾਂਪੁਰਖਾਂ ਦੇ ਇਸੇ ਸਰੂਪ 'ਚ ਦਰਸ਼ਨ ਹੁੰਦੇ ਨੇ, ਕਿਉਂਕਿ ਉਹ ਨਿਰਭਉ ਵੀ ਨੇ। ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਇਹ ਮਹਾਂਵਾਕ ਅਨੁਸਾਰ ਸਾਧ ਸੰਗਤ ਜੀ ਮਹਾਂਪੁਰਖ ਅੱਜ ਵੀ ਇਸ ਤੇ ਪਹਿਰਾ ਦੇ ਰਹੇ ਨੇ। ਨਾ ਉਹਨਾਂ ਨੇ ਕਦੇ ਕਿਸੇ ਨੂੰ ਭੈ ਦਿੱਤਾ ਤੇ ਨਾ ਹੀ ਕਿਸੇ ਦਾ ਭੈ ਮੰਨਿਆ। ਐਸਾ ਹੀ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਨੇ ਸਾਜਿਆ ਸੀ। ਸਾਜਿਆ ਮੇਰੇ ਸਤਿਗੁਰ ਨੇ ਨਿਰਭਉ ਨਿਰਵੈਰ ਕਲਗੀਧਰ ਪਾਤਸ਼ਾਹ ਨੇ ਸਾਧ ਸੰਗਤ ਜੀ ਇਹ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਤੇ। ਕਿੰਨੇ ਭਾਗਾਂ ਵਾਲੇ ਆ ਆਪਾਂ ਤੇ ਅੱਜ ਦੇ ਸਮੇਂ ਦੇ ਵਿੱਚ ਐਸੀ ਧਰਤੀ ਤੇ ਐਸੇ ਪੂਰੇ ਸੂਰੇ ਮਹਾਂਪੁਰਖਾਂ ਦਾ ਮਿਲ ਜਾਣਾ ਤੇ ਅੱਜ ਵੀ ਆ ਹੋਲਾ ਮਹੱਲਾ ਲੰਘ ਕੇ ਗਿਆ
ਤੇ ਮਹਾਪੁਰਖ ਜਦੋਂ ਸਾਧ ਸੰਗਤ ਜੀ ਉਹ ਸ਼ਕਤੀ ਰੂਪ ਧਾਰਨ ਕਰਦੇ ਨੇ ਤੇ ਘੋੜੇ ਤੇ ਚੜਦੇ ਨੇ ਸ਼ਾਸਤਰ ਸਜਾ ਕੇ ਤਾਂ ਸਾਧ ਸੰਗਤ ਜੀ ਰੂਹਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ ਕਿ ਕਲਗੀਧਰ ਪਾਤਸ਼ਾਹ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਤੇ ਇਸੇ ਕਰਕੇ ਪ੍ਰੇਮੀ ਕਹਿੰਦੇ ਹੁੰਦੇ ਨੇ ਹੱਥ ਖੰਡਾ ਤੇ ਪੈਰ ਰਕਾਬ ਉੱਤੇ ਹੱਥ ਖੰਡਾ ਤੇ ਪੈਰ ਰਕਾਬ ਉੱਤੇ ਜਾਂ ਘੋੜੇ ਤੇ ਦੀਵਾਨ ਸਜਾਉਂਦੇ ਨੇ ਢੱਕੀ ਸਾਹਿਬ ਵਾਲਿਆਂ ਦੀ ਐਸੀ ਸ਼ਾਨ ਬਣੀ ਅੱਜ ਦੇਵਤੇ ਵੀ ਸੀਸ ਝੁਕਾਉਂਦੇ ਸਾਧ ਸੰਗਤ ਜੀ ਐਸੀਆਂ ਸ਼ਾਨਾਂ ਕਲਗੀਧਰ ਪਾਤਸ਼ਾਹ ਜੀ ਇਹ ਖਾਲਸਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਸੀ ਕਿਹੋ ਜਿਹਾ ਸਾਜਿਆ ਸੀ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਕਿਉਂਕਿ ਬਾਬਾ ਜੀ ਵਚਨ ਕਰਦੇ ਹੁੰਦੇ ਨੇ ਨਾ ਭਾਈ ਪੁਰਾਤਨ ਗੁਰਸਿੱਖਾਂ ਦੇ ਜੀਵਨ ਐਸੇ ਹੁੰਦੇ ਸੀ ਕਿ ਜਦੋਂ ਉਹਨਾਂ ਦੇ ਜੀਵਨ ਦੇ ਕੋਈ ਦਰਸ਼ਨ ਕਰਦਾ ਸੀ ਉਹਨਾਂ ਦਾ ਜੀਵਨ ਵੇਖਦਾ ਸੀ ਤਾਂ ਆਟੋਮੈਟਿਕਲੀ ਸਾਧ ਸੰਗਤ ਜੀ ਆਪਣੇ ਆਪ ਜੀਵਨਾਂ ਦੇ ਵਿੱਚ ਤਬਦੀਲੀ ਆ ਜਾਂਦੀ ਸੀ ਅੱਜ ਵੀ ਇਸ ਧਰਤੀ ਤੇ ਆ ਕੇ ਜੋ ਜੋ ਸੰਦੇਸ਼ ਹਜ਼ੂਰ ਸੰਤ ਮਹਾਰਾਜ ਜੀ ਦ੍ਰਿੜ ਕਰਵਾ ਰਹੇ ਨੇ ਸੰਗਤਾਂ ਨੂੰ ਭਾਵੇਂ ਉਹ ਪੰਛੀਆਂ ਦਾ ਦਇਆ ਦਾ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਅਭਿਮਾਨ ਇਹ ਸੰਦੇਸ਼ ਸਾਧ ਸੰਗਤ ਜੀ ਸੰਤ ਮਹਾਰਾਜ ਜੀ ਦ੍ਰਿੜ ਕਰਵਾ ਰਹੇ ਨੇ ਤੇ ਉਹਨਾਂ ਦੇ ਜੀਵਨ ਇੱਕ ਸੰਦੇਸ਼ ਨੂੰ ਵੇਖ ਕੇ ਸਾਧ ਸੰਗਤ ਜੀ ਗੋਰੇ ਲੋਕਾਂ ਤੱਕ ਇੱਕ ਪ੍ਰੇਮੀਆਂ ਨੇ ਦੱਸਿਆ ਸੀ ਕਹਿੰਦੇ ਜਦੋਂ ਉਹ ਮਹਾਂਪੁਰਖਾਂ ਦਾ ਇੱਕ ਸੰਦੇਸ਼ ਉਹਨਾਂ ਨੂੰ ਕਿ ਭਾਈ ਪੰਛੀਆਂ ਤੇ ਦਇਆ ਕਰੋ ਜੀਵਾਂ ਨੂੰ ਵੱਢ ਵੱਢ ਕੇ ਨਾ ਖਾਓ ਜੀਵਾਂ ਦੇ ਆਪਣੇ ਪੇਟ ਨੂੰ ਜੀਵਾਂ ਦਾ ਕਬਰਸਤਾਨ ਨਾ ਬਣਾਓ ਆਪਣੇ ਪੇਟ ਨੂੰ ਜੀਵਾਂ ਦਾ ਕਬਰਸਤਾਨ ਨਾ ਬਣਾਓ ਭਾਵ ਜੀਵਾਂ ਨੂੰ ਮਾਰ ਮਾਰ ਕੇ ਨਾ ਖਾਓ ਤਾਂ ਸਾਧ ਸੰਗਤ ਜੀ ਉਹ ਪ੍ਰੇਮੀ ਨੇ ਦੱਸਿਆ ਕਹਿੰਦਾ ਮੈਂ ਜਦੋਂ ਇੰਗਲਿਸ਼ ਦੇ ਵਿੱਚ ਉਹ ਮੈਸੇਜ ਕਿਸੇ ਉੱਥੇ ਕੰਮ ਕਰਨ ਵਾਲੀ ਕੋਈ ਬੀਬੀ ਸੀ ਗੋਰੀ ਸੀ ਤੇ ਉਸਨੂੰ ਜਦੋਂ ਉਸਨੇ ਮੈਸੇਜ ਪੜ੍ਹਿਆ ਤਾਂ ਉਸਨੇ ਉਸ ਦਿਨ ਤੋਂ ਪਰਨ ਕਰ ਲਿਆ ਕਿ ਮੈਂ ਅੱਜ ਤੋਂ ਨੌਨ ਵੈਜ ਨਹੀਂ ਖਾਵਾਂਗੀ ਸਾਧ ਸੰਗਤ ਜੀ ਇੱਕ ਇੱਕ ਮਹਾਂਪੁਰਖਾਂ ਦਾ ਬਚਨ ਬੋਲਿਆ ਹੋਇਆ ਇੱਕ ਫੋਟੋ ਤੇ ਸਰੂਪ ਤੇ ਲਿਖਿਆ ਹੋਇਆ ਇੱਕ ਬਚਨ ਮਹਾਂਪੁਰਖਾਂ ਦਾ ਇਸ ਤਰ੍ਹਾਂ ਜੀਵਨ ਬਦਲਦਾ ਤੇ ਜਦੋਂ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਨੇ ਇਸ ਧਰਤੀ ਤੇ ਆ ਕੇ ਉਹ ਨਾਮ ਜਪਣ ਵਾਲੀਆਂ ਰੂਹਾਂ ਨਸ਼ੇ ਛੱਡਣ ਵਾਲੇ ਸਾਧ ਸੰਗਤ ਜੀ ਨਸ਼ੇ ਛੱਡ ਜਾਂਦੇ ਨੇ ਨਾਮ ਜਪਣ ਲੱਗ ਜਾਂਦੇ ਨੇ ਕਿਹੋ ਕਿਹੋ ਜਿਹੀਆਂ ਘਟਨਾਵਾਂ ਨੇ ਆਪਾਂ ਪੜ੍ਹਦੇ ਸੁਣਦੇ ਹਾਂ ਵਿਚਾਰਦੇ ਹਾਂ ਇੱਕ ਪ੍ਰੇਮੀ ਜਦੋਂ ਸ਼ਰਾਬ ਦਾ ਢੋਲ ਪਾ ਕੇ ਆਇਆ ਸੀ ਮਹਾਂਪੁਰਖਾਂ ਦੇ ਸਤਸੰਗ ਦੀਵਾਨ ਦੇ ਵਿੱਚ ਤੇ ਆ ਗਿਆ ਤੇ ਮਹਾਂਪੁਰਖਾਂ ਦੇ ਐਸੇ ਕਟਾਕਸ਼ ਕਰਨ ਵਾਲੇ ਬਚਨ ਸਾਧ ਸੰਗਤ ਜੀ ਹੁੰਦੇ ਨੇ ਅੱਜ ਵੀ ਕਿੰਨੇ ਪ੍ਰੇਮੀ ਕਹਿੰਦੇ ਨੇ ਕਿ ਅਸੀਂ ਕਦੇ ਮਹਾਂਪੁਰਖਾਂ ਨੂੰ ਬੇਨਤੀ ਉਹ ਨਹੀਂ ਕੀਤੀ ਪੁੱਛੀਦਾ ਅੱਛਾ ਕਿਉਂ ਨਹੀਂ ਬੇਨਤੀ ਕੀਤੀ ਤਾਂ ਸਾਧ ਸੰਗਤ ਜੀ ਕਹਿੰਦੇ ਜਦੋਂ ਅਸੀਂ ਸਤਸੰਗ ਸਮਾਗਮ ਦੇ ਵਿੱਚ ਆਉਂਦੇ ਹਾਂ ਤਾਂ ਜਿਹੜੇ ਸਾਡੇ ਮਨਾਂ ਦੇ ਵਿੱਚ ਕੋਈ ਸ਼ੰਕੇ ਹੁੰਦੇ ਨੇ ਸੰਸੇ ਹੁੰਦੇ ਨੇ ਜਾਂ ਕੋਈ ਉਤਪੰਨ ਹੁੰਦਾ ਕੋਈ ਵਿਚਾਰ ਹੁੰਦੀ ਹੈ ਕਿ ਇਹ ਇਸ ਤਰ੍ਹਾਂ ਕਿਵੇਂ ਹੈ ਤਾਂ ਸਾਨੂੰ ਉਹ ਸਾਰੇ ਜਿਹੜੇ ਸਾਡੇ ਉੱਤਰ ਨੇ ਉਹ ਸਤਸੰਗ ਦੇ ਵਿੱਚੋਂ ਹੀ ਮਿਲ ਜਾਂਦੇ ਨੇ ਸਾਧ ਸੰਗਤ ਜੀ ਇਹਨਾਂ ਨੂੰ ਕਹਿੰਦੇ ਨੇ ਮਹਾਂਪੁਰਖ ਅੰਤਰਜਾਮੀ ਸਾਡੀਆਂ ਭਾਵਨਾਵਾਂ ਨੂੰ ਬੁੱਝ ਲੈਂਦੇ ਨੇ ਜਦੋਂ ਅਸੀਂ ਸਾਹਮਣੇ ਆਉਂਦੇ ਹਾਂ ਭਾਵੇਂ ਅਸੀਂ ਲੱਖ ਛਪਾਈਏ ਪਰ ਮਹਾਂਪੁਰਖਾਂ ਤੋਂ ਸਤਿਗੁਰਾਂ ਤੋਂ ਕੁਝ ਨਹੀਂ ਛਿਪਦਾ ਸੋ ਐਸੇ ਜੀਵਨ ਸਾਧ ਸੰਗਤ ਜੀ ਇਸ ਧਰਤੀ ਨੇ ਬਦਲੇ ਨੇ ਨਸ਼ੇ ਛੱਡਣ ਵਾਲੇ ਪੰਜ ਸੌ ਬੰਦਾ ਸਾਧ ਸੰਗਤ ਜੀ ਇੱਕ ਦਿਨ ਦੇ ਵਿੱਚ ਇਸ ਧਰਤੀ ਤੇ ਨਸ਼ਾ ਛੱਡਦਾ ਰਿਹਾ ਪੰਜ ਸੌ ਬੰਦਾ ਤੇ ਕਿਹੜੇ ਵੇਲਿਆਂ ਦੀ ਗੱਲ ਹੈ ਸੰਨ 1995-96 ਦੀ ਉਦੋਂ ਹਜ਼ੂਰ ਮਹਾਂਪੁਰਖਾਂ ਨੇ ਨਸ਼ਾ ਛਡਾਊ ਕੈਂਪ ਲਗਾਉਣੇ ਸ਼ੁਰੂ ਕੀਤੇ ਨਸ਼ਾ ਛਡਾਊ ਕੇਂਦਰ ਤੇ ਕਿੱਥੇ ਕਿੱਥੇ ਜਾ ਕੇ ਨਸ਼ੇ ਛਡਾਏ ਲੋਕਾਂ ਦੇ ਕਿਹੋ ਕਿਹੋ ਜਿਹੀ ਦਸ਼ਾ ਦੇ ਵਿੱਚੋਂ ਕੱਢੇ ਇੱਥੇ ਇੰਟਰਵਿਊ ਲੈ ਰਹੇ ਸੀ ਪੱਤਰਕਾਰ ਉਸ ਸਮੇਂ ਦੀ ਵੀਡੀਓ ਬਣੀ ਹੋਈ ਹੈ ਤੇ ਉਸ ਸਮੇਂ ਪੁੱਛ ਕੇ ਵੇਖੋ ਉਹਨਾਂ ਨੂੰ ਅੱਜ ਉਹਨਾਂ ਰੂਹਾਂ ਦੇ ਜੀਵਨ ਬਣੇ ਹੋਏ ਨੇ ਜਦੋਂ ਤੋਂ ਮਹਾਂਪੁਰਖਾਂ ਨੇ ਇਹ ਝੂਠੇ ਨਸ਼ੇ ਛਡਵਾ ਕੇ ਉਹਨਾਂ ਦੇ ਇੱਕ ਸੱਚਾ ਨਾਮ ਦਾ ਰੰਗ ਚਾੜਿਆ ਤੇ ਅੱਜ ਵੀ ਉਹ ਰੰਗ ਚੜਿਆ ਹੋਇਆ ਹਜ਼ਾਰਾਂ ਲੱਖਾਂ ਰੂਹਾਂ ਨੂੰ ਸਾਧ ਸੰਗਤ ਜੀ ਕੀ ਕਰਦੇ ਨੇ ਮਹਾਂਪੁਰਖ ਇਸ ਧਰਤੀ ਤੇ ਆ ਕੇ ਉਹਨਾਂ ਦੇ ਤਾਂ ਜੀਵਨ ਵੇਖ ਕੇ ਹੀ ਜੀਵਨ ਬਦਲੇ ਜਾਂਦੇ ਨੇ ਜੇ ਅੱਜ ਅਸੀਂ ਇੱਥੇ ਸਟੇਜਾਂ ਤੇ ਬੈਠੇ ਹਾਂ
ਤਾਂ ਸਾਡੇ ਜੀਵਨ ਕਿਵੇਂ ਬਦਲੇ ਨੇ? ਮਹਾਂਪੁਰਖਾਂ ਦੇ ਪ੍ਰਚਾਰ ਨਹੀਂ ਬਦਲੇ ਨੇ, ਇਹਨਾਂ ਦੀ ਕਿਰਪਾ ਨਾਲ ਬਦਲੇ ਨੇ। ਨਹੀਂ ਸਾਧ ਸੰਗਤ ਜੀ, ਅੱਜ ਦੇ ਹਾਲਾਤ ਆਪਾਂ ਵੇਖ ਰਹੇ ਹਾਂ, ਨੌਜਵਾਨੀ ਸਾਡੀ ਕਿੱਧਰ ਨੂੰ ਜਾ ਰਹੀ ਹੈ, ਪਰ ਮਹਾਂਪੁਰਖਾਂ ਨੇ ਜਿਹਨਾਂ ਦੇ ਜੀਵਨ ਬਦਲੇ ਨੇ, ਅੱਜ ਵੀ ਭਾਵੇਂ ਮਹਾਂਪੁਰਖਾਂ ਦਾ ਕੋਈ ਇਹ ਮਿਸ਼ਨ ਨਹੀਂ ਕਿ ਉਹ ਬੜਾ ਸਖ਼ਤ ਰੁੱਖ ਰੱਖਦੇ ਨੇ, ਕਿਉਂਕਿ ਉਹਨਾਂ ਨੇ ਹਰ ਇੱਕ ਨੂੰ ਗਲ ਦੇ ਨਾਲ ਲਾਉਣਾ ਹੁੰਦਾ। ਕੋਈ ਪਾਪੀ ਹੈ, ਕੋਈ ਪੁੰਨੀ ਹੈ, ਹਰ ਇੱਕ ਨੂੰ ਇਸ ਧਰਤੀ 'ਤੇ ਗਲ ਦੇ ਨਾਲ ਲਗਾਇਆ ਜਾਂਦਾ, ਕੋਈ ਵਿਤਕਰਾ ਨਹੀਂ ਰੱਖਿਆ ਜਾਂਦਾ, ਪਰ ਸੱਚ ਦੇ ਮਾਰਗ 'ਤੇ ਤੁਰਨ ਲਈ ਹਰ ਇੱਕ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ। ਸੋ ਐਸੀ ਰੂਹ ਸਾਧ ਸੰਗਤ ਜੀ ਇਸ ਧਰਤੀ 'ਤੇ ਵਿਚ ਰਹੀ ਹੈ। ਅੱਜ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ ਅਤੇ ਕਲਗੀਧਰ ਪਾਤਸ਼ਾਹ ਦਾ ਖਾਲਸਾ, ਆਓ ਸਾਰੇ ਪੜ੍ਹੀਏ ਪਿਆਰ ਦੇ ਨਾਲ ਕਿ ਕਲਗੀਧਰ ਪਾਤਸ਼ਾਹ ਦੇ ਖਾਲਸੇ ਦੀ ਕੈਸੀ ਸ਼ਾਨ ਹੈ। ਤੇ ਫਿਰ ਹਜ਼ੂਰ ਮਹਾਂਪੁਰਖ ਉਹਨਾਂ ਦੀ ਪਾਵਨ ਰਸਨਾ ਤੋਂ ਆਪਾਂ ਕਲਗੀਧਰ ਪਾਤਸ਼ਾਹ ਦਾ ਜੋ ਇਤਿਹਾਸ ਹੈ, ਜੋ ਇਨਸਾਨਾਂ ਦੇ ਵਿੱਚ ਨਵੀਂ ਰੂਹ ਫੂਕਦਾ, ਉਹ ਸਮੇਂ ਤੋਂ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਲਾਹੇ ਲਵਾਂਗੇ। ਆਓ ਸਾਰੇ ਪੜ੍ਹੀਏ ਪਿਆਰ ਦੇ ਨਾਲ, ਸਾਰੇ ਹੀ ਸਾਥ ਦਿਓ। ਬਾਜਾਂ ਵਾਲੇ ਪਾਤਸ਼ਾਹ ਦਾ ਖਾਲਸਾ ਮਹਾਨ ਜੀ, ਬਾਜਾਂ ਵਾਲੇ ਪਾਤਸ਼ਾਹ ਦਾ ਖਾਲਸਾ ਮਹਾਨ ਜੀ, ਤਪੋ ਬਣ ਵਾਲਿਆਂ ਦੀ ਵੱਖਰੀਆਂ ਸ਼ਾਨ, ਤਪਸਵੀ ਤੋਂ ਜਾਈਏ ਗੁਰਬਾਣੀ, ਤਪੋ ਬਣ ਵਾਲਿਆਂ
ਦਰਸ਼ਨ ਸਾਧ ਸੰਗਤ ਜੀ ਅੱਜ ਵੀ ਇਸ ਤਪੋਵਨ ਦੀ ਧਰਤੀ ਤੇ ਹੁੰਦੇ ਨੇ ਭਾਵ ਇਕੱਲਾ ਇਕੱਲਾ ਵਚਨ ਆ ਜਿਹੜਾ ਇਸ ਧਰਤੀ ਤੇ ਹਜ਼ੂਰ ਸੰਤ ਮਹਾਰਾਜ ਜੀ ਨੇ ਸੰਭਾਲ ਕੇ ਰੱਖਿਆ ਹੋਇਆ ਸੋ ਆਓ ਭਾਗਾਂ ਵਾਲਿਆਂ ਕਿ ਸਾਨੂੰ ਐਸਾ ਸਮਾਂ ਨਸੀਬ ਹੋ ਰਿਹਾ ਹੈ ਐਸੀ ਧਰਤੀ ਤੇ ਐਸੇ ਸੰਤ ਮਹਾਂਪੁਰਖਾਂ ਦੇ ਸੰਗ ਸਾਧ ਸੰਗਤ ਜੀ ਸਾਨੂੰ ਇਸ ਸੁਭਾਗੇ ਦਿਹਾੜੇ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿੰਨੇ ਕਰਮਾਂ ਵਾਲਿਆਂ ਸੋ ਆਓ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਮੂਹ ਸੰਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀਓ ਆਇਆਂ ਨੂੰ ਆਓ ਹੁਣ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਵੀ ਸਮਾਂ ਸੰਤ ਮਹਾਰਾਜ ਜੀ ਬਖਸ਼ਿਸ਼ ਕਰਨਗੇ ਸੋ ਆਪਾਂ ਨੇ ਸਾਰਿਆਂ ਨੇ ਤਨ ਮਨ ਇਕਾਗਰ ਕਰਕੇ ਸਮੇਂ ਤੋਂ ਲਾਭ ਉਠਾਉਣਾ ਹੈ ਆਓ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਬੜੇ ਹੀ ਆਨੰਦ ਮਾਣ ਰਹੇ ਹੋ ਇਹ ਜੋ ਵਿਸਾਖੀ ਦਾ ਦਿਹਾੜਾ ਹੈ ਇਤਿਹਾਸ ਦਾ ਮਹਾਨ ਦਿਹਾੜਾ ਹੈ ਇਹਦਾ ਤਪੋਵਨ ਇਤਿਹਾਸ ਦੇ ਨਾਲ ਬਹੁਤ ਗੂੜਾ ਸੰਬੰਧ ਹੈ ਸਾਧ ਸੰਗਤ ਜੋ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇਸ ਤਪੋਵਨ ਦੇ ਵਿੱਚ ਇਤਿਹਾਸ ਨੂੰ ਦੁਹਰਾਇਆ ਹੈ ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਵਨ ਮਾਰਗ ਨੂੰ
ਜੋ ਸੱਚੇ ਪਾਤਸ਼ਾਹ ਜੀ ਨੇ ਮਾਰਗ ਦਰਸਾਇਆ ਸੀ ਉਸ ਮਾਰਗ ਤੇ ਚੱਲਣਾ ਕੀਤਾ ਅਤੇ ਸੰਗਤਾਂ ਨੂੰ ਚੱਲਣ ਲਈ ਉਪਦੇਸ਼ ਕਰ ਰਹੇ ਨੇ ਸਾਧ ਸੰਗਤ ਐਸੇ ਪੂਰਨੇ ਪਾਏ ਜਿਵੇਂ ਜਿਵੇਂ ਤੁਸੀਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੋਗੇ ਅਤੇ ਤਪੋਵਨ ਦਾ ਇਤਿਹਾਸ ਬਾਚੋਗੇ ਤੁਹਾਨੂੰ ਬੜਾ ਸੁਮੇਲ ਨਜ਼ਰ ਆਵੇਗਾ ਮਹਾਂਪੁਰਖ ਸਾਧ ਸੰਗਤ ਜੀ ਮੀਰੀ ਪੀਰੀ ਦੇ ਉਸ ਫਲਸਫੇ ਨੂੰ ਅੱਗੇ ਵਧਾਉਂਦੇ ਹੋਏ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਖਾਲਸਾਈ ਅਤੇ ਫਕੀਰੀ ਦਾ ਸੁਮੇਲ ਕੀਤਾ ਸਾਧ ਸੰਗਤ ਜੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦੇ ਉਹ ਸਿਧਾਂਤ ਪਰੰਪਰਾਵਾਂ ਦੇ ਪਹਿਰੇਦਾਰ ਨੇ ਮਹਾਂਪੁਰਖ ਆਪ ਜੀ ਕਦੇ ਵੀ ਜਦੋਂ ਵੀ ਸਮਾਂ ਲੱਗਿਆ ਤਪੋਵਨ ਦਾ ਇਤਿਹਾਸ ਨੂੰ ਜ਼ਰੂਰ ਬਾਚਿਓ ਇੱਕ ਬੇਨਤੀ ਹੈ ਇੱਕ ਬੱਚਾ ਖੋ ਗਿਆ ਹੈ ਭਾਈ ਜੇ ਕਿਤੇ ਮਾਤਾ ਪਿਤਾ ਦਾ ਕਿਸੇ ਦਾ ਬੱਚਾ ਉਹਨਾਂ ਨੂੰ ਦਿਖਦਾ ਵੀ ਸਾਡੇ ਨਾਲ ਨਹੀਂ ਹੈਗਾ ਬੱਚਾ ਬਹੁਤ ਰੋ ਰਿਹਾ ਉਹ ਲਈ ਖੜੇ ਨੇ ਸੇਵਾਦਾਰ ਇੱਥੇ ਬੀਬੀ ਲਈ ਖੜੀ ਆ ਭਾਈ ਬੱਚੇ ਨੂੰ ਆਪਣੇ ਨੂੰ ਪਛਾਣੋ ਤੇ ਬੱਚਾ ਆਪਣਾ ਲੈ ਜਾਓ ਭਾਵੇਂ ਤਪੋਵਨ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੈ ਦੇਸ਼ਾਂ ਵਿਦੇਸ਼ਾਂ ਤੋਂ ਕਿਉਂਕਿ ਮਹਾਂਪੁਰਖ ਸਰਬ ਸਾਂਝੇ ਮਹਾਂਪੁਰਖ ਨੇ ਸਾਰੇ ਧਰਮਾਂ ਦਾ ਸਤਿਕਾਰ ਕਰ ਰਹੇ ਨੇ ਹਰ ਇੱਕ ਜੀਵ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਨੇ ਸਾਧ ਸੰਗਤ ਐਸੀ ਧਰਤੀ ਐਸੇ ਮਹਾਂਪੁਰਖ ਐਸਾ ਗੁਰੂ ਇਸ ਧਰਤੀ ਤੇ ਇਸ ਟਾਈਮ ਬਿਰਾਜਮਾਨ ਨੇ ਸਾਧ ਸੰਗਤ ਬੜੇ ਬਹੁਤ ਵੱਡੇ ਭਾਗ ਨੇ ਸਾਨੂੰ ਜਨਮ ਮਿਲਿਆ ਇਹ ਸਮਾਂ ਮਿਲਿਆ ਹੈ ਆਓ ਮਹਾਂਪੁਰਖਾਂ ਦੀ ਪਾਵਨ ਅੰਮ੍ਰਿਤ ਰਸਨਾ ਤੋਂ ਪਾਵਨ ਬਚਨ ਸਰਵਣ ਕਰਦੇ ਹਾਂ ਸਭ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ ਮਹਾਂਪੁਰਖਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾਗ ਮੰਜ਼ੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸਮੇਂ ਆਖੋ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਸਭ ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਖਸਮ ਰਜ਼ਕਾਹ ਗੁਰ ਗੋਬਿੰਦ ਸਿੰਘ ਫੈਜ਼ੁਲ ਅਨਵਾਰ ਗੁਰ ਗੋਬਿੰਦ ਸਿੰਘ ਕਾਸ਼ਫੁਲ ਅਸਰਾਰ ਗੁਰ ਗੋਬਿੰਦ ਸਿੰਘ ਆਲਮੁਲ ਅਸਤਾਰ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਅਬਰ ਰਹਿਮਤ ਬਾਰ ਗੁਰ ਗੋਬਿੰਦ ਸਿੰਘ ਮੁਕਬਲੋ ਮਕਬੂਲ ਗੁਰ ਗੋਬਿੰਦ ਸਿੰਘ ਵਾਸਲੋ ਮਸੂਲ ਗੁਰ ਗੋਬਿੰਦ ਸਿੰਘ ਜ਼ਾਂ ਫਰੋਜ਼ ਜ਼ਹਿਰ
ਜਾਂ ਫਰੋਜ਼ ਦਹਿਰ ਗੁਰ ਗੋਬਿੰਦ ਸਿੰਘ ਫੈਜ਼ ਹੱਕ ਰਾ ਬਾਹਰ ਗੁਰ ਗੋਬਿੰਦ ਸਿੰਘ ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ ਪਾਲਬੋ ਮਤਲੂਬ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਤੇਗ ਰਾ ਫਤਹ ਗੁਰ ਗੋਬਿੰਦ ਸਿੰਘ ਤੇਗ ਰਾ ਫਤਹ ਗੁਰ ਗੋਬਿੰਦ ਸਿੰਘ ਜਾਨੋ ਦਿਲ ਰਹਾ ਗੁਰ ਗੋਬਿੰਦ ਸਿੰਘ ਸਾਹਿਬ ਅਕਲੀਲ ਗੁਰ ਗੋਬਿੰਦ ਸਿੰਘ ਜ਼ਿਲ ਹੱਕ ਤਜ਼ਲੀਲ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਹਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਸਾਰੇ
ਗੁਰਮੁਖ ਮੱਥੇ ਓਝਲੇ ਸੱਚੇ ਦਰਬਾਰੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦਾ ਕੋਈ ਪਾਰਾਵਾਰ ਨਹੀਂ ਹੈ, ਪਰੰਤੂ ਅੱਜ ਦਾ ਦਿਨ ਵਿਸਾਖੀ ਦਾ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉੱਤੇ। ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਸੰਸਾਰ ਦੇ ਉੱਤੇ ਇਸ ਧਰਤੀ ਤੇ ਬਹੁਤ ਪੀਰ ਪੈਗੰਬਰ ਅਵਤਾਰ ਸੰਤ ਮਹਾਪੁਰਸ਼ ਅਵਤਾਰ ਪਾਵਨ ਰੂਹਾਂ ਸੰਸਾਰ ਤੇ ਆਈਆਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਕਿਸੇ ਦੀ ਨਿੰਦਾ ਨਹੀਂ, ਸਭ ਆਪਣੀ ਆਪਣੀ ਜਗ੍ਹਾ ਸਤਿਕਾਰਯੋਗ ਨੇ। ਗੁਰੂ ਨਾਨਕ ਦਾ ਘਰ ਕਿਸੇ ਦਿਨ ਦਵੈਸ਼ ਨਹੀਂ ਕਰਦਾ, ਕਿਸੇ ਦੀ ਨਿੰਦਾ ਨਹੀਂ, ਪਰੰਤੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਸਾਰ ਦੇ ਉੱਤੇ ਜੋ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ, ਜੋ ਬਖਸ਼ਿਸ਼ਾਂ ਕੀਤੀਆਂ ਉਹ ਅਦੁੱਤੀ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸ ਧਰਤੀ ਤੇਰੇ ਜਿਹਾ ਹੋਰ ਨਹੀਂ ਕੋਈ ਆਇਆ, ਵਾਹ ਵਾਹ। ਇਸ ਧਰਤੀ ਤੇ ਤੇਰੇ ਜਿਹਾ ਹੋਰ ਨਹੀਂ ਕੋਈ ਆਇਆ, ਅਕਾਲ ਪੁਰਖ ਦੀ ਜ਼ਹਿਰ ਮੂਰਤ ਗੁਰ ਗੋਬਿੰਦ ਅਖਵਾਇਆ, ਅਕਾਲ ਪੁਰਖ ਦੀ ਜ਼ਹਿਰ ਮੂਰਤ ਗੁਰ ਗੋਬਿੰਦ ਅਖਵਾਇਆ। ਸੋ ਗੁਰੂ ਜੀ ਦੀ ਮਹਿਮਾ ਜਿਹੜੀ ਅਪਰ ਅਪਾਰ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਉਹ ਗੁਰ ਗੋਬਿੰਦ ਹੋਏ ਪ੍ਰਗਟਿਓ ਦਸਮਾ ਅਵਤਾਰਾ, ਓ ਗੁਰ ਗੋਬਿੰਦ ਹੋਏ ਪ੍ਰਗਟਿਓ ਦਸਮਾ ਅਵਤਾਰਾ, ਹੋਏ
अलख अपार निरंजना जपियो करतारा जिन अलख अपार निरंजना जपियो करतारा निज पंथ चलायो खालसा तर तेज करारा निज पंथ चलायो खालसा तर तेज करारा ਸੰਸਾਰ ਦੇ ਗਰੀਬਾਂ ਨੂੰ ਨਵਾਜ਼ਿਆ, ਜਾਤਾਂ ਪਾਤਾਂ ਖਤਮ ਕਰ ਦਿੱਤੀਆਂ,
ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੁਰ ਦੇਵਤੇ ਨਰ ਮਨੁੱਖ ਬਾਦਸ਼ਾਹ ਮੁੱਢ ਤੋਂ ਹੀ ਅਮਰ ਹੋਣ ਦੇ ਲਈ ਕੋਈ ਤਪੱਸਿਆ ਕਰਦਾ ਰਿਹਾ ਕੋਈ ਕੁਛ ਕਰਦਾ ਰਿਹਾ ਕੋਈ ਕੁਛ ਕਰਦਾ ਰਿਹਾ ਬਾਦਸ਼ਾਹ ਸਿਕੰਦਰ ਢੂੰਡੇ ਆਬੇ ਹਯਾਤ ਆਬੇ ਹਯਾਤ ਅੰਮ੍ਰਿਤ ਦੀ ਭਾਲ ਰਹੇ ਗੁਰੂ ਜੀ ਕਹਿੰਦੇ ਨੇ ਸੁਰ ਨਰ ਮੁੰਜਨੇ ਅੰਮ੍ਰਿਤ ਖੋਜਦੇ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਗੁਰੂ ਤੋਂ ਮਿਲ ਕਲਗੀਆਂ ਵਾਲੇ ਪਾਤਸ਼ਾਹ ਨੇ 1699 13 ਅਪ੍ਰੈਲ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਬਖਸ਼ਿਸ਼ ਕੀਤੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪੰਜਾਂ ਪਿਆਰਿਆਂ ਦੀ ਸੀਸ ਲੈ ਕਿਉਂਕਿ ਵਿਸਾਖੀ ਦੱਸਦੀ ਹੈ ਅੰਮ੍ਰਿਤ ਦੀ ਕੋਈ ਕੀਮਤ ਨਹੀਂ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੰਸਾਰ ਦੇ ਵਿੱਚ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਸ਼ਕਤੀ ਅੰਮ੍ਰਿਤ ਦਾ ਕੋਈ ਮੁੱਲ ਨਹੀਂ ਹੈ ਅੰਮ੍ਰਿਤ ਪੀਵੈ ਅਮਰ ਸੋ ਹੋਵੇ ਦੇਵ ਤੇ ਦੈਂਤਾ ਨੇ ਖੀਰ ਸਮੁੰਦਰ ਨੂੰ ਰਿੜਕਿਆ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਲੜਾਈਆਂ ਹੋਈਆਂ ਆਪਸ ਦੇ ਵਿੱਚ ਜੰਗ ਚੱਲਦੇ ਰਹੇ ਹੋਰ ਸ਼ਾਸਤਰਾਂ ਦੇ ਅੰਦਰ ਅੰਮ੍ਰਿਤ ਦਾ ਵਿਚਾਰਾਂ ਆਉਂਦੀਆਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦਿਓ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰ ਭਲਾ ਪਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
ਤਿਨ ਅੰਮ੍ਰਿਤ ਗੁਰਦੇ ਪਾਇਆ। ਅੰਮ੍ਰਿਤ ਕੀ ਸਾਰ ਸੋਈ ਜਾਣ ਜੇ ਅੰਮ੍ਰਿਤ ਕਾ ਵਪਾਰੀ ਜੀਓ, ਜਿਸ ਤੇ ਅੰਮ੍ਰਿਤ ਦੀ ਕਲਾ ਵਰਤੀ ਹੋ। ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਹੈ, ਬੂੰਦਾਂ ਚਿੜੀਆਂ ਨੇ ਦਿੱਤੀਆਂ। ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਹੈ, ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤਿਕਰ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਹੈ, ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤਿਕਰ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਹੈ, ਮੁੜ ਕੇ ਪੈੜਿਆ ਪਾਣੀ ਨਾ ਕਹੀਂ ਇਸ ਨੂੰ, ਓਏ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਸ਼ੇਰਾਂ ਤੇ ਬਿੱਲੀਆਂ ਨੂੰ, ਇੱਕੋ ਸਮਝੀਏ ਨਾ ਸ਼ੇਰਾਂ ਤੇ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਦੇਖੀਏ ਪਰਖੀਏ ਨਾ, ਕਿਨਕਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੱਡ ਗਿਆ ਜੇ ਡੁੱਬਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਕੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਖੜਕਾ ਦਿੱਤੇ, ਧੋਤੀਆਂ ਵਾਲਿਆਂ ਬਾਣੀਆਂ ਨੇ ਛਕਿਆ, ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ, ਧੋਤੀਆਂ ਵਾਲਿਆਂ ਬਾਣੀਆਂ ਨੇ ਛਕਿਆ, ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ, ਭਾਵੇਂ ਸੱਤ ਸਮੁੰਦਰ ਹੰਡਾ ਲੈ ਤੂੰ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਪਰ ਭੈੜਿਆ ਤੇਰੇ ਜੇ ਆਦਮੀ ਨੂੰ ਇਸ ਆਬੇ ਹਯਾਤ ਦੀ ਸਾਰ ਕੀ ਏ, ਐਸੇ ਗੁਣ ਹਰ ਖਾਲਸੇ ਬਖਸੇ ਭਗਤ ਗਿਆਨੀ ਰਾਜ ਯੋਗੇਸ਼ਵਰ, ਓ ਗੁਣ ਪਾਏ ਓ ਸ਼ਕਤੀ ਪਾਈ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਲੰਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਛਾਲ ਮਾਰ ਕੇ ਚੜੇ ਸਟੇ ਜੋਤੇ ਲਾਲੀ ਅੱਖਾਂ ਤੇ ਚਿਹਰੇ ਨੂੰ ਚੜੀ ਹੋਈ ਸੀ, ਇੱਕ ਚਮਕਦੀ ਹੱਥ ਵਿੱਚ ਤੇਗ ਹੈ ਸੀ, ਮਸਤੀ ਹੋਰ ਵੀ ਮੱਥੇ ਤੇ ਮੜੀ ਹੋਈ ਸੀ, ਵੇਖਣ ਵਾਲਿਆਂ ਨੂੰ ਇਉਂ ਜਾਪਦਾ ਸੀ, ਹੁਣੀ ਆਣ ਕੇ ਕਿਸੇ ਦੀ ਫੜੀ ਹੋਈ ਸੀ। ਇਸ ਦਿਨ ਕਲੰਗੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਦੀਵਾਨ ਤੋਂ ਪਰ ਉਪਰੰਤ ਚਮਕਦੀ ਤੇਗ ਸ੍ਰੀ ਸਾਹਿਬ ਪਕੜ ਕੇ ਲੱਖਾਂ ਦੇ ਇਕੱਠ ਨੂੰ ਸੰਬੋਧਨ ਹੋ ਕੇ ਆਖਿਆ ਸੀ, ਸਿਰ ਧਰ ਕੇ ਤਲੀ ਦੇ ਉੱਤੇ ਆਵੇ ਲੰਘਣਾ ਜੀਨੇ ਪੈਣੀ ਗਈ, ਸਿਰ ਧਰ ਕੇ ਤਲੀ ਦੇ ਉੱਤੇ ਆਵੇ ਲੰਘਣਾ ਜੀਨੇ ਪੈਣੀ ਗਈ, ਸਿਰ ਧਰ ਕੇ ਤਲੀ ਦੇ ਉੱਤੇ ਆਵੇ ਲੰਘਣਾ ਜੀਨੇ ਪੈਣੀ ਗਈ, ਓ ਸਿਰ ਧਰ ਕੇ ਤਲੀ ਦੇ ਦੇ ਦੀਵਾਨ ਵਿੱਚ ਵੀ ਸਰਵਣ ਕੀਤਾ ਸੀ। ਇਹ ਵਿਸਾਖੀ ਬੜੀ ਅਦਭੁਤ ਹੈ,
ਵਿਸਾਖੀ ਦਾ ਇਤਿਹਾਸ ਭਾਰਤ ਵਰਸ਼ ਹੀ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਵਿਲੱਖਣ ਹੈ। ਜਦੋਂ ਇਸ ਸੰਸਾਰ ਦੇ ਵਿੱਚ ਉਹ ਅਦੁੱਤੀ ਘਟਨਾ ਵਾਪਰੀ, ਗੁਰੂ ਨੇ ਉਹ ਕੌਤਕ ਕੀਤਾ, ਜੋਜ ਕੀਤਾ, ਯੁੱਗ ਪਲਟਾਊ ਕਾਰਜ ਕੀਤਾ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀਆ। ਗੱਲਾਂ ਦੇ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇ, ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇ। ਗੁਰੂ ਜੀ ਕਹਿੰਦੇ, ਸੱਚ ਕਹਿੰਦੇ, ਸਾਰੇ ਸੁਣ ਲਓ ਸੰਸਾਰ ਦੇ ਲੋਕੋ, ਜੇ ਪਰਮਾਤਮਾ ਨਾਲ ਕਿਸੇ ਨੇ ਪਿਆਰ ਕੀਤਾ ਤਾਂ ਉਸੇ ਨੇ ਪਰਮਾਤਮਾ ਨੂੰ ਪਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰੰਤੂ ਪ੍ਰੇਮ ਦੀ ਜਿਹੜੀ ਡੈਫੀਨੇਸ਼ਨ ਹੈ, ਪ੍ਰੇਮ ਕੀ ਹੈ? ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀਆ। ਇਤ ਮਾਰਗ ਪੈਰ ਤਰੀਜੈ, ਸਿਰ ਤੀਜੈ ਕਾਨ ਤੀਜੈ। ਪ੍ਰਤੱਖ ਕਰਕੇ ਦਿਖਾਇਆ ਅੱਜ ਦੇ ਦਿਨ। ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਜਿਹੜੇ ਕੌਣ ਕੇ ਦਿਆਰ ਸਭ ਭੱਜ ਗਏ, ਜਿਹੜੇ ਕੌਣ ਕੇ ਦਿਆਰ ਸਭ ਭੱਜ ਗਏ, ਜਿਹੜੇ ਕੌਣ ਕੇ
ਸਤਨਾਮ ਸ੍ਰੀ ਵਾਹਿਗੁਰੂ ਮਨਸਨ ਸੇਵਾ ਕਈ ਕਹਿੰਦੇ ਗੁਰੂ ਨੇ ਸੁੱਖ ਨਿਧਾਨ ਛੱਕ ਲਿਆ ਜਾਂਦਾ ਭੰਗ ਛੱਕ ਲਿਆ ਕੋਈ ਕਹਿੰਦਾ ਦੇਵੀ ਪੁੱਠੀ ਪੈ ਗਈ ਕਹਿੰਦੇ ਛੋਟੀ ਉਮਰ ਸੀ ਗੁਰਤਾ ਗੱਦੀ ਦੀ ਸ਼ਕਤੀ ਵੱਡੀ ਸੀ ਉਹ ਸੰਭਾਲੀ ਨਹੀਂ ਗਈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੋ ਪਰੰਤੂ ਕੀ ਹੋਇਆ ਦਇਆ ਰਾਮ ਜੋ ਸਦਕ ਵਿੱਚ ਪੂਰਾ ਵਈ ਗੁਰੂ ਜੀ ਦੇ ਆ ਗਿਆ ਸਾਹਮਣੇ ਦਇਆ ਰਾਮ ਜੋ ਸਦਕ ਵਿੱਚ ਪੂਰਾ ਵਈ ਗੁਰੂ ਜੀ ਦੇ ਆ ਗਿਆ ਪੱਲੂ ਪਾਇਆ ਬੇਨਤੀ ਕੀਤੀ ਗੁਰੂ ਜੀ ਦੇ ਸਾਹਮਣੇ ਆ ਕੇ ਹੇ ਸਤਿਗੁਰੂ ਸਿਰ ਕੱਟ ਲੋ ਗੁਰੂ ਜੀ ਮੇਰਾ ਸਿਰ ਕੱਟ ਲੋ ਗੁਰੂ ਜੀ ਮੇਰਾ ਮੈਂ ਤੇਰੇ ਅੱਗੇ ਬੇਨਤੀ ਕਰਾਂ ਸਿਰ ਕੱਟ ਲੋ ਗੁਰੂ ਜੀ ਮੇਰਾ ਤੇਰੇ ਅੱਗੇ ਬੇਨਤੀ ਕਰਾਂ ਉਹ ਸਿਰ ਕੱਟ ਲੋ ਲਿਖਾਰਿਆਂ ਨੇ ਲਿਖਿਆ ਤੰਬੂ ਦੇ ਵਿੱਚ ਲੈ ਗਏ ਅਬੁਲ ਤਰਾਨੀ ਔਰੰਗਜ਼ੇਬ ਦਾ ਭੇਜਿਆ ਹੋਇਆ ਸੀ ਆਈ ਡੀ ਵਾਲਾ ਲਿਖਦਾ ਕਿ ਐਨ
ਗੁਰੂ ਨੇ ਸਭ ਦੇ ਸਾਹਮਣੇ ਉਸਦਾ ਸੀਸ ਉਹਦਾ ਸਿਰ ਧੜ ਤੋਂ ਵੱਢ ਕਰ ਦਿੱਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਆਵਾਜ਼ ਫੇਰ ਆਖਿਆ ਹੋਰ ਸਿਰ ਦੀ ਲੋੜ ਸਤਨਾਮ ਸ੍ਰੀ ਵਾਹਿਗੁਰੂ ਤਾਂ ਸਾਰੇ ਖਲਬਲੀ ਮੱਚ ਗਈ। ਲੋਕਾਂ ਨੇ ਪਿੱਛੋਂ ਉੱਡ ਉੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ, ਨਾਲੇ ਪਿੱਛੇ ਮੁੜ ਮੁੜ ਕੇ ਦੇਖਦੇ ਨੇ ਕਿਤੇ ਗੁਰੂ ਪਿੱਛੇ ਤਾਂ ਨਹੀਂ ਆਉਂਦੇ ਕਿਰਪਾਨ ਲਈ, ਕਿਤੇ ਫੜ ਕੀ ਨਾ ਵੱਜਦੇ। ਵੱਡੇ ਵੱਡੇ ਢੋਲਕ ਦੂਜੀ ਆਵਾਜ਼ ਤੋਂ ਧਰਮ ਚੰਦ ਜੋ ਧਰਮ ਵਿੱਚ ਪੂਰਾ ਬਈ ਧਰਮ ਕਮਾਉਣ ਆ ਗਿਆ। ਧਰਮ ਚੰਦ ਜੋ ਧਰਮ ਵਿੱਚ ਪੂਰਾ ਧਰਮ ਕਮਾਉਣ ਆ ਗਿਆ। ਦਿੱਲੀ ਨਿਵਾਸੀ ਉੱਠ ਕੇ ਖੜੇ ਹੋਏ, ਗੁਰੂ ਜੀ ਦੇ ਸਾਹਮਣੇ ਆਏ, ਹੇ ਕਲਗੀਧਰ ਪਾਤਸ਼ਾਹ ਮੇਰਾ ਵੀ ਸਿਰ ਕੱਟ ਲਓ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਨਾਲ ਵੀ ਐਵੇਂ ਬੀਤੀ। ਹੁਣ ਗਿਣਤੀ ਦੇ ਬੰਦੇ ਰਹਿ ਗਏ, ਮਸੰਦ ਦੌੜੇ ਗਏ, ਭੱਜੇ ਗਏ, ਮਾਤਾ ਜੀ ਮਾਤਾ ਜੀ ਮਾਤਾ ਗੁਜਰੀ ਜੀ ਕੋਲ। ਮਾਤਾ ਜੀ ਪੁੱਛਦੇ ਨੇ ਕੀ ਹੋ ਗਿਆ? ਹੇ ਮਾਤਾ, ਅਨਰਥ ਹੋ ਗਿਆ ਹੈ, ਗੁਰੂ ਨਾਨਕ ਦੀ ਸਿੱਖੀ ਸੰਸਾਰ ਦੇ ਵਿੱਚੋਂ ਖਤਮ ਹੋ ਜਾਏਗੀ, ਤੂੰ ਹੀ ਇੱਕ ਸੰਭਾਲ ਸਕਦੀ ਹੈ, ਤੂੰ ਹੀ ਕੁਛ ਕਰ ਸਕਦੀ ਹੈ। ਮਾਤਾ ਜੀ ਖਤਮ ਕਰ ਦੂਗਾ ਸਿੱਖੀ ਨੂੰ, ਮਾਤਾ ਬੋਲੀਏ ਤੂੰ ਜਾ ਕੇ ਸਮਝਾ ਲੈ ਲਾਲ ਨੂੰ। ਖਤਮ ਕਰ ਦੂਗਾ ਸਿੱਖੀ ਨੂੰ, ਮਾਤਾ ਬੋਲੀਏ ਜਾ ਕੇ ਸਮਝਾ ਲੈ ਲਾਲ ਨੂੰ। ਮਾਤਾ ਬੋਲੀਏ ਜਾ ਕੇ ਸਮਝਾ ਲੈ ਲਾਲ ਨੂੰ। ਖਤਮ ਕਰ ਦੂਗਾ ਸਿੱਖੀ ਨੂੰ, ਮਾਤਾ ਬੋਲੀਏ
ਕੇ ਸਮਝਾ ਮੇਰ ਲਾਲ ਨੂੰ ਆ ਖਤਮ ਕਰ ਦੂਗਾ ਸਿੱਖੀ ਨੂੰ ਮਾਤਾ ਬੋਲੀਏ ਲਾ ਕੇ ਸਮਝਾ ਲੈ ਲਾਲ ਸਿੱਖੀ ਦਾ ਬੂਟਾ ਸੰਸਾਰ ਚੋਂ ਖਤਮ ਹੋ ਜਾਵੇ ਹੇ ਮਾਤਾ ਚੰਡੀ ਪੁੱਠੀ ਪੈ ਗਈ ਗੁਰਤਾ ਗੱਦੀ ਦੀ ਸ਼ਕਤੀ ਸੰਭਾਲੀ ਨਹੀਂ ਗਈ ਗੁਰੂ ਜੀ ਨੇ ਸਿੱਖਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ ਤੂੰ ਜਾ ਕੇ ਅੱਖਾਂ ਨਾਲ ਦੇਖ ਲੈ ਕਈ ਵੱਢੇ ਪਏ ਨੇ ਅਜੇ ਹੋਰ ਬਾਕੀ ਵੱਢਣ ਦੀ ਤਿਆਰੀ ਆ ਕਈ ਸਿਰ ਲਾ ਤੇ ਉਹਦਾ ਮਾਤਾ ਜੀ ਕਹਿੰਦੇ ਨੇ ਸਿੱਖੋ ਮਸੰਦ ਲੋਕੋ ਗੁਰੂ ਜੋ ਵੀ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਜੋ ਵੀ ਕਰਨਗੇ ਠੀਕ ਕਰਨਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦੀ ਖੇਡ ਵਿੱਚ ਕਦੇ ਦਖਲ ਨਹੀਂ ਦੇਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਸੰਸਾ ਨਹੀਂ ਕਰਨਾ ਗੋਬਿੰਦ ਰਾਜ ਤੇ ਜੋ ਵੀ ਕਰਨਗੇ ਠੀਕ ਹੀ ਕਰਨਗੇ ਤੇ ਆਮ ਸੰਸਾਰ ਦੇ ਜੀਵ ਕੀ ਸਮਝ ਸਕਦੇ ਨੇ ਗੁਰੂ ਨੂੰ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਹੰਕਾਰ ਦੇ ਵਿੱਚ ਵਸਿਆ ਹੋਇਆ ਇਹ ਸੰਸਾਰ ਹੰਕਾਰ ਨੇ ਕਮਲਾ ਕੀਤਾ ਮੋਹ ਮਾਇਆ ਦੇ ਜਾਲ ਵਿੱਚ ਵਸੀ ਹੋਈ ਦੁਨੀਆ ਇਹ ਜਗ ਪਿਆਰੇ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਦੇ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਦੇ ਮੇਰੇ ਲਾਲ ਜੀਓ ਤੇਰਾ ਅੰਤ ਨਾ ਮੈਂ ਜਾਣਾ
ਜੀ ਨੇ ਕਹਿਣਾ ਕੀਰਤਨ ਸੁਣ ਦੋ ਜਾਓ ਜੋ ਗੁਰੂ ਕਰਦੇ ਨੇ ਠੀਕ ਹੀ ਕਰਦੇ ਨੇ ਕਹਿੰਦੇ ਕੀ ਠੀਕ ਕਰਦੇ ਉਸ ਸਮੇਂ ਦੀ ਹਾਲਾਤ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਮੈਨੂੰ ਇੱਕ ਸੀਸ ਦੀ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਈ ਇੱਕ ਸੀਸ ਦੀ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਈ ਇੱਕ ਸੀਸ ਦੀ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਈ ਸਭ ਭੱਜ ਗਏ ਸਹੀ ਦਿੰਦੇ ਆ ਕਰਨ ਵਿੱਚ ਲੱਗ ਗਏ ਜਿਹੜੇ ਕੌਣ ਤੇਰੇ ਯਾਰ ਸਭ ਭੱਜ ਗਏ ਸਹੀ ਦਿੰਦੇ ਆ ਕਰਨ ਵਿੱਚ ਲੱਗ ਗਏ ਕਈਆਂ ਭੱਜਣਾ ਵੀ ਚਾਹਿਆ ਕਈਆਂ ਭੱਜਣਾ ਵੀ ਚਾਹਿਆ ਕਹਿੰਦੇ ਉੱਠ ਚੱਲੀਏ ਬਾਈ ਤੜਕੇ ਇੱਥੋਂ ਭੱਜ ਚੱਲੀਏ ਬਾਈ ਤੜਕੇ ਲੋੜ ਪੈ ਗਏ ਕਿਸੇ ਦਰੇ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਏ ਕਿਸੇ ਦਰੇ ਉਹ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਏ ਕਿਸੇ ਦਰੇ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਮੈਨੂੰ ਇੱਕ ਸੀਸ ਦੇ ਭੱਜਣਾ ਵੀ ਚਾਹਿਆ ਕਈਆਂ ਵੱਜਣਾ ਵੀ ਚਾਹਿਆ ਕਹਿੰਦੇ ਉੱਠ ਚੱਲੀਏ ਇੱਥੋਂ ਤੜਕੇ ਕਹਿੰਦੇ ਭੱਜ ਚੱਲੀਏ ਇੱਥੋਂ ਤੜਕੇ ਲੋੜ ਪੈ ਗਈ ਇੱਕ ਸੀਸ ਦੀ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਈ ਇੱਕ ਸੀਸ ਉਹ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਪੈ ਗਈ ਇੱਕ ਸੀਸ ਦੀ ਜਦੋਂ ਆਖਿਆ ਗੁਰਾਂ ਨੇ ਖੰਡਾ ਫੜ ਕੇ ਲੋੜ ਮੈਨੂੰ ਇੱਕ ਸੀਸ ਦੀ ਤੀਜੀ ਆਵਾਜ਼ ਦੇ ਵਿੱਚ ਭਾਈ ਹਿੰਮਤ ਰਾਏ ਜੀ ਇਤਿਹਾਸ ਬਦਲਾਮਾ ਹੈ ਫਿਰ ਭਾਈ ਮੋਕਮ ਚੰਦ ਜੀ ਸਾਹਿਬ ਚੰਦ ਜੀ ਵਾਰੀ ਵਾਰੀ ਪੰਜਾਂ ਨੇ ਸੀਸ ਦਿੱਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਫਿਰ ਗੁਰੂ ਜੀ ਨੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ ਅਕਾਲ ਪੁਰਖ ਦੇ ਨਾਲ ਲਿਪ ਜੋੜ ਕੇ ਜਪ ਜੀ ਦਾ ਪਾਠ ਕੀਤਾ ਜਾਪ ਸਾਹਿਬ ਦਾ ਪਾਠ ਕੀਤਾ ਸਵਈਏ ਚੌਪਈ ਆਨੰਦ ਸਾਹਿਬ ਪੰਜੇ ਬਾਣੀਆਂ ਦਾ ਪਾਠ ਮੁੱਖ ਦੇ ਵਿੱਚ ਪਾਇਆ ਸੀਸ ਨਾਲ ਜੋੜੇ ਤੇ ਨਾਲੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਲ ਜਦੋਂ ਅਬਲ ਤਰਾਨੀ ਤੇ ਲਿਖਦਾ ਹੈ ਕਿ ਇਹ ਸੀਸ ਵੀ ਕਿਹਦਾ ਕਿਸੇ ਨਾਲ ਜੋੜਿਆ ਪਤਾ ਨਹੀਂ ਵਾਹਿਗੁਰੂ ਨਾਲ ਥੋੜਾ ਜੋੜੇ ਸਿੰਘ ਤੇ ਤੜਕੇ ਸੇ ਤਾਂ ਸੀਸ ਕਿਸੇ ਸ਼ੰਕਾ ਵਾਰਨ ਇਹ ਵਿਸ਼ਵਾਸ ਨਹੀਂ ਆ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਕਹਿੰਦੀ ਮ੍ਰਿਤਕ ਕਹਿ ਪਾਇਓ ਤਨ ਸਾਸਾ ਮਰੇ ਚ ਜਾਨ ਪਾਉਣ ਸਵਾਸ ਪਾਉਣੇ ਗੁਰੂ ਦੇ ਲਈ ਕੋਈ ਵੱਡੀ ਗੱਲ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਗੁਰੂ ਹਰਿ ਸਾਹਿਬ ਜੀ ਨੇ ਕਿਰਪਾ ਕੀਤੀ ਭਗਤਾਂ ਨੇ ਵੀ ਕਰ ਦਿੱਤਾ ਭਗਤ ਨਾਮਦੇਵ ਜੀ ਮਹਾਰਾਜ ਗੁਰੂ ਦੇ ਲਈ ਕੋਈ ਵੱਡੀ ਗੱਲ ਨਹੀਂ ਹੈ ਮ੍ਰਿਤਕ ਕਹਿ ਪਾਇਓ ਤਨ ਸਾਸਾ ਵਿਚਰਤ ਗਿਆਨ ਮਿਲਾਇਆ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰਾ ਜੀ ਮਾਰ ਜੀਵਾਲੈ ਮਾਰ ਜੀਵਾਲੈ ਸਤਿਗੁਰ ਮੇਰਾ ਜੀ ਮਾਰ ਜੀਵਾਲੈ ਮਾਰ ਜੀਵਾਲੈ
ਸਤਿਗੁਰ ਦੇ ਲਈ ਕੋਈ ਵੱਡੀ ਖੇਡ ਨਹੀਂ ਹੋ ਤਾਂ ਸਾਰੇ ਸੰਸਾਰ ਨੂੰ ਛਿੰਨਾ ਚ ਰਚ ਦਿੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਛਿੰਨ ਚ ਲੈ ਕਰ ਦਿੱਤਾ ਜਬ ਉਦ ਕਰਕੇ ਕਰਾ ਕਰਤਾਰਾ ਪਰਜਾ ਤਰਤ ਤਵ ਦੇਹਾ ਪਾਰ ਜਬ ਆ ਕਰਕੇ ਕਰ ਤੋ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਇਤਿਹਾਸ ਵਿੱਚ ਪਹਿਲਾਂ ਵੀ ਵਾਪਰ ਚੁੱਕਿਆ ਸੁਖੈਰ ਪੰਜਾਂ ਦੇ ਨਾਲ ਸਹੀ ਵਾਪਰ ਫਿਰ ਗੁਰੂ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਹਿਣਾ ਕੀਤਾ ਕਿ ਪੰਜਾਂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਿਵੇਂ ਤੁਸੀਂ ਅੰਮ੍ਰਿਤ ਛਕਿਆ ਮੈਨੂੰ ਵੀ ਇਸੇ ਤਰ੍ਹਾਂ ਹੀ ਅੰਮ੍ਰਿਤ ਛਕਾਓ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣ ਗਏ ਅੱਜ ਤੁਹਾਡੇ ਨਾਂ ਦਇਆ ਰਾਮ ਨੀ ਦਇਆ ਸਿੰਘ ਹੈ ਧਰਮ ਚੰਦ ਨੀ ਧਰਮ ਸਿੰਘ ਹੈ ਹਿੰਮਤ ਰਾਏ ਨੀ ਹਿੰਮਤ ਸਿੰਘ ਹੈ ਸਾਹਿਬ ਚੰਦ ਨੀ ਸਾਹਿਬ ਸਿੰਘ ਹੈ ਤੇ ਤੁਸੀਂ ਸਿੰਘ ਹੋ ਮੁਕਮ ਸਿੰਘ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜੀ ਸੀਸ ਤੁਸੀਂ ਤਾਂ ਸਾਨੂੰ ਸੀਸ ਕੱਟ ਕੇ ਅਮਰ ਦਿੱਤਾ ਗੁਰੂ ਜੀ ਕਹਿੰਦੇ ਸਾਡਾ ਵੀ ਸੀਸ ਲੈ ਲਓ ਕੱਟ ਲਓ ਸਾਡਾ ਸੀਸ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਵੀ ਸੀਸ ਦੇਵੇ ਸਿੱਖ ਵੀ ਸੀਸ ਦੇਵੇ ਤੁਸੀਂ ਤਾਂ ਗੁਰੂ ਗੁਰੂ ਜੀ ਨੇ ਕਹਿਣਾ ਕੀਤਾ ਇੱਕ ਸੀਸ ਤਾਂ ਅਸੀਂ ਆਪਣੇ ਪਿਤਾ ਦਾ ਪਹਿਲਾਂ ਹੀ ਦੇ ਚੁੱਕੇ ਹਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਛਾਏ ਜਾਤੀ ਏਕ ਤਾਨ ਏਕ ਤਬ ਲਾਏ ਜਾਤੀ ਹੋਵ ਤੇ ਕਚੀਲ ਤੱਕ ਤੇ ਬਨ ਕੁਰਾਨ ਕੀ ਪਾਪੀ ਪਰਪਕ ਜਾਤੇ ਧਰਮ ਤਸਕ ਜਾਤੇ ਵਰਨ ਰਖ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵ ਰੇ ਸੰਤੋਖ ਸਿੰਘ ਦੂਰ ਹੋ ਤਰੀਤ ਮਿਟ ਜਾਤੀ ਸਭ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰਣਾ ਨਿਦਾਨ ਕੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਖੁਦ 9 ਸਾਲ ਦੀ ਉਮਰ ਦੇ ਵਿੱਚ ਆਪਣੇ ਹੱਥੀਂ ਤੋਰਿਆ ਬੇਨਤੀ ਕੀਤੀ ਸਤਿਗੁਰੂ ਤੁਸੀਂ ਕਿਰਪਾ ਕਰੋ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ ਹੇ ਸਤਿਗੁਰੂ ਪਿਤਾ ਤੁਸੀਂ ਦੇ ਕੁਰਬਾਨੀ ਆਪਣੀ ਡੁੱਬਦਾ ਧਰਮ ਬਚਾ ਲਓ ਜੀ ਹੇ ਕੁਰਬਾਨੀ ਆਪਣੀ ਹਿੰਦੂ ਧਰਮ ਬਚਾ ਲਓ ਜੀ ਧਰਮ ਬਚਾ ਲੋ ਜੇ ਤੇ ਕੁਰਬਾਨੀ ਆਪਣੀ ਰੱਬ ਦਾ ਧਰਮ ਬਚਾ ਲੋ ਜੇ ਸਿਰਫ 9 ਸਾਲ ਦੀ ਉਮਰ ਦੇ ਵਿੱਚ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰੂ ਪਿਤਾ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ। ਖੁਦ ਲਿਖਿਆ ਆਪਾਂ ਬਾਣੀ ਦੇ ਵਿੱਚ, ਤਿਲਕ ਜੰਜੂਰਾ ਖਾ ਪ੍ਰਭ ਤਾਕਾ, ਕੀਨੋ ਵਡੋ ਕਲੂ ਮੈਂ ਸਾਕਾ। ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ ਮਹਾਰਾਜ, ਤੇਗ ਬਹਾਦਰ ਹਿੰਦ ਦੀ ਚਾਦਰ। ਕਿਉਂਕਿ ਔਰੰਗਜ਼ੇਬ ਨੇ ਇੱਕੋ ਹੀ ਨਾਰਾ ਪਕੜਿਆ ਸੀ, ਬੱਚਾ ਹਿੰਦੂ ਦਾ ਰਹਿਣ ਨਹੀਂ ਦੇਣਾ, ਉਹ ਸ਼ਰਾ ਵਿੱਚ ਆ ਜੋ ਕਾਫਰ, ਬੱਚਾ ਹਿੰਦੂ ਦਾ ਰਹਿਣ ਨਹੀਂ ਦੱਸਦੀ ਹੈ ਕਿ ਸਵਾ ਸਵਾ ਮਣ ਜੰਜੂ ਰੋਜ਼ ਲਾ ਕੇ ਰੋਟੀ ਖਾਂਦਾ ਸੀ ਔਰੰਗਜ਼ੇਬ। ਸਤਨਾਮ ਸ੍ਰੀ ਵਾਹਿਗੁਰੂ। ਵੀ ਕੋਈ ਹਿੰਦੂ ਨਹੀਂ ਰਹਿਣ ਦੇਣਾ, ਕੋਈ ਮੰਦਰ ਨਹੀਂ ਰਹਿਣ ਦੇਣਾ, ਤੇ ਕੋਈ ਘੋੜੇ ਤੇ ਨਾ ਚੜੇ, ਕੋਈ ਕਲਗੀ ਨਾ ਲਾਏ, ਕੋਈ ਨਗਾਰਾ ਨਾ ਵਜਾਏ, ਕੋਈ ਨਿਸ਼ਾਨ ਨਾ ਚਲਾਏ, ਕੋਈ ਸ਼ਸਤਰ ਨਾ ਰੱਖੇ। ਬਹੁਤ ਭੈੜੀ ਹਾਲਤ ਕਰ ਦਿੱਤੀ। ਇਹ ਸੱਚ ਹੈ, ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਇਹ ਦੇਸ਼ ਅੱਜ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਜੇ ਗੁਰੂ ਦਸ਼ਮੇਸ਼ ਪਾਤਸ਼ਾਹ ਨਾ ਹੁੰਦਾ, ਨਾ ਕਿਰਪਾ ਕਰਦੇ, ਨਾ ਆਪਣੇ ਪਿਤਾ ਨੂੰ ਭੇਜਦੇ। ਇਹ ਇੱਕ ਅਰਬ ਕੰਟਰੀ ਦਾ ਹਿੱਸਾ ਹੁੰਦਾ, ਇੱਥੇ ਕੋਈ ਮੰਦਰ ਨਾ ਹੁੰਦਾ। ਇਹ ਕਲੰਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਹੈ। ਸਤਨਾਮ ਸ੍ਰੀ ਵਾਹਿਗੁਰੂ। ਕੋਈ ਮੰਨੇ ਨਾ ਮੰਨੇ, ਉਹ ਕਿਰਤ ਕਣਤਾ ਹੈ, ਬੋਲੋ ਸਾਧ। ਸਤਨਾਮ ਸ੍ਰੀ ਵਾਹਿਗੁਰੂ। ਜੋ ਕਿ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਵੇ, ਉਹ ਕਿਰਤ ਕਣ ਹੈ ਭਾਈ। ਅੱਜ ਅਸੀਂ ਅਕਿਰਤ ਕਣ ਹੋ ਗਏ, ਇਹ ਦੇਸ਼ ਦੇ ਲੋਕ ਅਕਿਰਤ ਕਣ ਹੋ ਗਏ ਨੇ। ਜੱਗ ਛੱਡ ਕਿਸੇ ਤੈਨੂੰ ਆਪਣਾ ਬਣਾਇਆ ਸੀ, ਉਹ ਜੱਗ ਛੱਡ ਕਿਸੇ ਤੈਨੂੰ ਆਪਣਾ ਬਣਾਇਆ ਸੀ, ਤੇਰੇ ਪਿੱਛੇ ਕਰਕੇ ਆਪਣਾ ਲੁਟਾਇਆ ਸੀ, ਤੇਰੇ ਪਿੱਛੇ ਕਰਕੇ ਆਪਣਾ ਲੁਟਾਇਆ ਸੀ, ਕੀਤੀਆਂ ਨੂੰ ਭੁੱਲ ਗਿਆ ਮਿੱਟੀ ਵਿੱਚ ਰੁੱਲ ਗਿਆ, ਕੀਤੀਆਂ ਨੂੰ ਭੁੱਲ ਗਿਆ ਮਿੱਟੀ ਵਿੱਚ ਰੁੱਲ ਗਿਆ, ਚੰਗਾ ਨਹੀਂ ਕਹਾਏਗਾ ਚੰਗਾ ਨਹੀਂ ਕਹਾਏਗਾ ਚੰਗਾ ਨਹੀਂ ਕਹਾਏ ਚੰਗਾ ਨਹੀਂ।
ਜਾ ਕੇ ਛੱਡ ਕਿਸੇ ਤੈਨੂੰ ਆਪਣਾ ਬਣਾਇਆ ਸੀ, ਤੇਰੇ ਪਿੱਛੇ ਘਰ ਕਿਸੇ ਆਪਣਾ ਲੜਾਇਆ ਸੀ। ਕਹਾਣੀ ਕਈ ਵਾਰੀ ਸੁਣੀ ਹੈ ਕਿ ਇੱਕ ਬੱਚਾ ਖੇਡਦਾ ਖੇਡਦਾ ਪਾਣੀ ਚ ਡਿੱਗ ਪਿਆ। ਮਾਤਾ ਪਿਤਾ ਆਪਣੀ ਗੱਲੀ ਪੈ ਗਏ। ਛੋਟਾ ਜਿਹਾ ਬੱਚਾ ਪਾਣੀ ਚ ਡਿੱਗ ਪਿਆ, ਸਰੋਵਰ ਚ ਡਿੱਗ ਪਿਆ। ਅੰਗਰੇਜ਼ ਫੋਟੋਆਂ ਖਿੱਚਦਾ ਫਿਰਦਾ ਸੀ, ਉਸਨੇ ਛਾਲ ਮਾਰੀ ਤੇ ਬੱਚੇ ਨੂੰ ਬਾਹਰ ਕੱਢ ਲਿਆ, ਡੁੱਬਣ ਤੋਂ ਬਚਾ ਲਿਆ ਤੇ ਉਹ ਬੱਚਾ ਉਹਦੇ ਮਾਤਾ ਪਿਤਾ ਨੂੰ ਸੰਭਾਲਿਆ। ਉਹਨਾਂ ਨੇ ਦੇਖਿਆ, ਬੜਾ ਦੁੱਖ ਲੱਗਿਆ, ਬੱਚੇ ਨੂੰ ਗੋਦੀ ਚੁੱਕ ਲਿਆ, ਗਲ ਨਾਲ ਲਾ ਲਿਆ ਤੇ ਚਲੇ ਗਏ। ਸਤਨਾਮ ਸ੍ਰੀ ਵਾਹਿਗੁਰੂ। ਅੰਗਰੇਜ਼ ਬੜਾ ਹੈਰਾਨ ਹੋਇਆ, ਕਹਿੰਦਾ ਕਮਾਲ ਦੀ ਗੱਲ ਕਿ ਮੈਂ ਡੁੱਬਦਾ ਹੋਇਆ ਬੱਚਾ ਬਚਾਇਆ, ਮੇਰਾ ਕੈਮਰਾ ਵੀ ਪਾਣੀ ਦੇ ਵਿੱਚ ਡੁੱਬ ਗਿਆ, ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਇਹ ਬੱਚੇ ਨੂੰ ਲੈ ਕੇ ਚਲੇ ਗਏ ਤੇ ਮੇਰਾ ਇੱਕ ਵਾਰ ਵੀ ਇਹਨਾਂ ਨੇ ਥੈਂਕ ਯੂ ਨਹੀਂ ਕੀਤਾ, ਧੰਨਵਾਦ ਨਹੀਂ ਕੀਤਾ। ਕਿਹੋ ਜਿਹੇ ਲੋਕ ਨੇ। ਕੋਲ ਕੋਈ ਦਾਨਾ ਪੁਰਸ਼ ਖੜਾ ਸੀ, ਕਹਿੰਦਾ ਭਾਈ ਤੂੰ ਇਸ ਚੀਜ਼ ਦਾ ਕਿਉਂ ਸੋਚ ਰਿਹਾ, ਤੂੰ ਇੱਕ ਬੱਚਾ ਬਚਾਇਆ, ਇਹਨਾਂ ਨੇ ਤੇਰਾ ਧੰਨਵਾਦ ਨਹੀਂ ਕੀਤਾ, ਇਹ ਤਾਂ ਉਹ ਦੇਸ਼ ਦੇ ਲੋਕ ਨੇ ਜਿਨ੍ਹਾਂ ਦੇ ਲਈ ਕਿਸੇ ਨੇ ਆਪਣਾ ਪਿਤਾ ਵਾਰ ਦਿੱਤਾ, ਆਪਣੀ ਮਾਤਾ ਵਾਰ ਦਿੱਤੀ, ਆਨੰਦਪੁਰ ਵਾਰ ਦਿੱਤਾ, ਆਪਣੇ ਚਾਰੇ ਲਾਲ ਵਾਰ ਦਿੱਤੇ, ਇਹ ਤਾਂ ਉਹਦਾ ਵੀ ਧੰਨਵਾਦ ਨਹੀਂ ਕਰਦੇ ਕਦੇ। ਬੋਲੋ ਸਰ, ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਉਹਦਾ ਵੀ ਧੰਨਵਾਦ ਨਹੀਂ ਕਰਦੇ ਜਿਹਨੇ ਇਹਨਾਂ ਦੇ ਲਈ ਆਪਣੇ ਬੱਚੇ ਕੁਰਬਾਨ ਕਰ ਦਿੱਤੇ। ਤੂੰ ਤਾਂ ਇੱਕ ਬੱਚਾ ਡੁੱਬਦਾ ਬਚਾਇਆ, ਜਿਹਨੇ ਆਪਣੇ ਜਿਗਰ ਦੇ ਟੋਟੇ, ਆਪਣੀ ਮਾਤਾ, ਆਪਣਾ ਪਿਤਾ, ਆਪਣਾ ਪਰਿਵਾਰ ਵਾਰ ਦਿੱਤਾ, ਇਹ ਤਾਂ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਏ। ਬੋਲੋ ਸਰ, ਸਤਨਾਮ ਸ੍ਰੀ ਵਾਹਿਗੁਰੂ। ਕਿਰਤ ਕਣ ਕੌਣ ਹੁੰਦਾ ਹੈ? ਸਾਰੇ ਧਾਰਮਿਕ ਗ੍ਰੰਥਾਂ ਦੇ ਅੰਦਰ ਪਾਪਾਂ ਦੇ ਪ੍ਰਾਸ਼ਚਿਤ ਲਿਖੇ ਨੇ, ਪਰੰਤੂ ਕਿਰਤ ਕਣ ਤਾਂ ਕੋਈ ਪ੍ਰਾਸ਼ਚਿਤ ਨਹੀਂ ਲਿਖਿਆ। ਅਕਿਰਤ ਕਰਨ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਂਦਾ ਹੈ। ਬਾਣੀ ਦੱਸਦੀ ਹੈ, ਅਕਿਰਤ ਕਰਨ ਹਰ ਵਿਸਰਿਆ ਜੋਨੀ ਪਰਮੇਤ ਪਿਆਰਿਓ, ਅਕਿਰਤ ਕਰਨ ਉਹਨੂੰ ਕਹਿੰਦੇ ਨੇ ਪਿਆਰਿਓ। ਕਰਤ ਕਣ ਉਹਨੂੰ ਕਹਿੰਦੇ ਨੇ
ਸਾਰੇ ਪਰਬਤਾਂ ਅਸਮਾਨ ਕਹਿੰਦੇ ਨਾਥ ਸਾਰੇ ਪਰਬਤਾਂ ਅਸਮਾਨ ਕਹਿੰਦੇ ਨਾਥ ਸਾਰੇ ਕੋਠਗੜ ਕਰਵਾਰ ਦਸੰਦੇ ਪਰਮੇਸ਼ਰ ਪਰਮੇਸ਼ਰ ਵੱਲੋਂ ਆਵਾਜ਼ ਆਉਂਦੀ ਹੈ ਧਰਤੀਏ ਤੇਰੇ ਤੇ ਕਿਹੜਾ ਵਜ਼ਨ ਹੋ ਗਿਆ ਇੰਨਾ ਕਿਹੜਾ ਭਾਰ ਹੋ ਗਿਆ ਜੋ ਤੈਨੂੰ ਚੱਕਣਾ ਔਖਾ ਹੋ ਗਿਆ ਕੀ ਤੇਰੇ ਤੈਨੂੰ ਪਹਾੜਾਂ ਦਾ ਪਰਬਤਾਂ ਦਾ ਭਾਰ ਹੋ ਤੈਨੂੰ ਕਿਲਿਆਂ ਦਾ ਕੋਟਗੜਾਂ ਦਾ ਤੈਨੂੰ ਨਦੀਆਂ ਸਮੁੰਦਰਾਂ ਦਾ ਭਾਰ ਹੋ ਗਿਆ ਵੱਡੇ ਵੱਡੇ ਲੰਮੇ ਲੰਮੇ ਦਰਖਤਾਂ ਦਾ ਭਾਰ ਹੋ ਗਿਆ ਹੈ ਧਰਤੀ ਆਵਾਜ਼ ਦਿੰਦੀ ਹੈ ਪ੍ਰਭੂ ਨਾਥ ਸਪਾਰੇ ਪਰਬਤਾਂ ਅਸਮਾਨ ਕਹਿੰਦੇ ਜਿਹੜੇ ਵੱਡੇ ਵੱਡੇ ਪਰਬਤ ਸਮੇਰ ਵਰਗੇ ਅਸਮਾਨ ਦੇ ਨਾਲ ਖਹਿਣ ਵਾਲੇ ਖਹਿੰਦੇ ਨੇ ਮੈਨੂੰ ਉਹਦਾ ਭਾਰ ਨਹੀਂ ਹੈ ਕਹਿੰਦੇ ਫਿਰ ਹੋਰ ਕਿਹੜਾ ਹੈ ਨਾਥ ਸਪਾਰੇ ਕੋਟਗੜ ਕਰਵਾਰ ਦਿਸੰਦੇ ਘਰਵਾਰ ਵੱਡੇ ਵੱਡੀਆਂ ਬਿਲਡਿੰਗਾਂ ਸੌ ਸੌ ਮੰਜ਼ਲੀਆਂ ਬਿਲਡਿੰਗਾਂ ਬਣ ਗਈਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਇਹ ਘਰ ਵਾਰ ਵੱਡੀਆਂ ਵੱਡੀਆਂ ਕੋਠੀਆਂ ਮਹਿਲ ਕਿਲੇ ਨਹੀਂ ਪ੍ਰਭੂ ਨਾਥ ਸਪਾਰੇ ਸਾਇਰਾ ਨਦਵਾ ਬਹੰਦੇ ਮੈਨੂੰ ਇਹ ਵੀ ਭਾਰ ਨਹੀਂ ਲੱਗਦਾ ਮੈਨੂੰ ਸਮੁੰਦਰਾਂ ਦਾ ਨਦੀਆਂ ਦਾ ਭਾਰ ਨਹੀਂ ਲੱਗਦਾ ਨਾਥ ਸਪਾਰੇ ਤਰਵਰਾਂ ਤਰਵਰ ਦਰਖਤਾਂ ਨੂੰ ਵੱਡੇ ਵੱਡੇ ਦਰਖਤ ਫਲ ਸਫਲ ਫਲੰਦੇ ਫਲਾਂ ਨਾਲ ਲੱਤੇ ਦਰਖਤ ਨਾਥ ਸਪਾਰੇ ਜੀ ਜੰਤ ਕੀ ਤੇਰੇ ਤੇ ਜ਼ਿਆਦਾ ਪਾਪੂਲੇਸ਼ਨ ਵੱਧ ਇਹ ਜੀ ਜੰਤ ਨਹੀਂ ਪ੍ਰਭੂ ਨਾਥ ਸਪਾਰੇ ਜੀ ਜੰਤ ਅਣਗਣਤ ਫਰੰਦੇ ਅਣਗਣਤ ਜੀ ਫਰੇ ਨੇ ਵੱਡੇ ਵੱਡੇ ਮੇਰੇ ਤੇ ਭਾਰ ਹੈ ਪ੍ਰਭੂ ਭਾਰੇ ਪੋਈਆਂ ਕਿਰਤ ਕਣ ਮੇਰੇ ਤੇ ਅਕਿਰਤ ਕਣਾਂ ਦਾ ਭਾਰ ਹੋ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੰਦੀ ਹੂੰ ਮੰਦੇ ਮੰਦਿਆਂ ਤੋਂ ਵੀ ਮੰਦੇ ਨੇ ਇਹ ਦੁਨੀਆਂ ਅਕਿਰਤ ਕਣ ਹੋ ਗਈ ਇਹ ਤਾਂ ਆਪਣੇ ਮਾਤਾ ਪਿਤਾ ਦਾ ਉਪਕਾਰ ਵੀ ਭੁੱਲ ਗਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਉਪਕਾਰ ਭੁੱਲ ਗਏ ਗੁਰੂ ਦਾ ਉਪਕਾਰ ਭੁੱਲ ਗਏ ਹੋਰ ਕਿਹਦਾ ਉਪਕਾਰ ਇੱਥੇ ਬੰਦਾ ਯਾਦ ਰੱਖੂਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਮਾੜਾ ਹੀ ਉਹਦਾ ਸੋਚਦੇ ਨੇ ਜਿਹੜਾ ਇਹਦਾ ਭਲਾ ਕਰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਪ੍ਰਭੂ ਇਹ ਕਿਰਤ ਕਰਨ ਹੋ ਗਈ ਦੁਨੀਆ ਇਸ ਕਰਕੇ ਕਿਰਤ ਕਰਨ ਕਿੰਨਾ ਮਾੜਾ ਹੁੰਦਾ ਮੱਧ ਵਿੱਚ ਰੱਦਾ ਪਾਏ ਕੇ ਕੁੱਤੇ ਦਾ ਮਾਸ ਮੱਧ ਵਿੱਚ ਰੱਦਾ ਪਾਏ ਕੇ ਕੁੱਤੇ ਦਾ ਮਾਸ ਤਰਿਆ ਮਾਨਸ ਕੋ ਪ੍ਰੀਤ ਸੰਬੰਧੀ ਵਾਸ ਸ਼ਰਾਬ ਦੇ ਵਿੱਚ ਰਿੰਨਿਆ ਹੋਇਆ ਕੁੱਤੇ ਦਾ ਮਾਸ ਚੱਕਲਾ ਚਲੀ ਚੂੜੀ ਕਰ ਭੋਗ ਬਲਾਸ ਹੋਰੇ ਖਿਆਲਾਂ ਵਾਲੀ ਕੋਈ ਇਸਤਰੀ ਨਹੀਂ ਜਾਂਦੀ ਪਰੰਤੂ ਢੱਕਿਆ ਹੋਇਆ ਸਤਨਾਮ ਸ੍ਰੀ ਵਾਹਿਗੁਰੂ ਲਹੂ ਨਾਲ ਲਿਬੜੇ ਕੱਪੜੇ ਨਾਲ ਢੱਕਿਆ ਹੋਇਆ ਹੈ
ਰਾਹੇ ਬਣਾ ਹੀ ਪੁੱਛਿਆ ਤਿਸ ਮੰਦੀ ਬੁਰੀ ਬਦਬੂ ਆ ਰਹੀ ਹੈ ਬੈਡ ਸਮੈਲ ਆ ਰਹੀ ਹੈ ਇਹ ਕੀ ਲਈ ਜਾ ਰਹੀ ਹੈ ਕਿਸੇ ਰਾਹੀ ਨੇ ਪੁੱਛਿਆ ਕਹਿੰਦੀ ਇਹ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਹਿੰਦਾ ਬੰਦੇ ਦੀ ਖੋਪੜੀ ਚ ਪਾਇਆ ਹੋਇਆ ਲਹੂ ਦੇ ਨਾਲ ਲਿਪੜੇ ਹੋਏ ਕੱਪੜੇ ਨਾਲ ਢੱਕਿਆ ਹੋਇਆ ਇੰਨੀ ਭੈੜੀ ਚੀਜ਼ ਫਿਰ ਤੂੰ ਢੱਕੀ ਕਿਉਂ ਲਾਈ ਜਾਂਦੀ ਹੈ ਕੀ ਕਹਿੰਦੀ ਨਦਰੀ ਪਵੇ ਅਕਿਰਤ ਕਣ ਕਿਸੇ ਅਕਿਰਤ ਕਣ ਦੀ ਨਜ਼ਰ ਨਾ ਪੈ ਜਾਵੇ ਮਤ ਹੋਏ ਵਿਨਾਸ਼ ਇਹ ਕਿਤੇ ਕਿਸੇ ਅਕਿਰਤ ਕਣ ਦੀ ਨਜ਼ਰ ਪੈ ਗਈ ਇਹ ਖਾਣ ਦੇ ਯੋਗ ਨਹੀਂ ਰਹੇਗਾ ਵਰਤਣ ਦੇ ਯੋਗ ਨਹੀਂ ਰਹੇਗਾ ਭਾਵ ਇਹ ਪ੍ਰਮਾਣ ਦੇ ਕੇ ਸਮਝਾਇਆ ਇਹ ਅਕਿਰਤ ਕਣ ਇਹਦੇ ਇੰਨਾ ਮਾੜਾ ਹੁੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਵੇ ਅੱਜ ਦਾ ਇਨਸਾਨ ਇੰਨਾ ਕਿਰਤ ਕਣ ਹੋ ਗਿਆ ਹੈ ਤਾਂ ਮਾਤਾ ਪਿਤਾ ਦਾ ਵੀ ਨਿਰਾਦਰ ਕਰ ਦਿੰਦਾ ਗਾਲਾਂ ਕੱਢ ਦਿੰਦਾ ਬੁਰਾ ਬੋਲ ਦਿੰਦਾ ਗੁਰੂ ਨਾਲ ਜੋੜ ਦੇਵੇ ਅੰਮ੍ਰਿਤ ਉਹਦਾ ਵੀ ਮਾੜਾ ਸੋਚ ਲੈਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਥਾਲੀ ਚ ਖਾਂਦਾ ਉਸ ਚ ਛੇਕ ਕਰਨ ਤੋਂ ਗੁਰੇਜ਼ ਨਹੀਂ ਕਰਦਾ ਅੱਜ ਦਾ ਮਨੁੱਖ ਜਿਸ ਦਰਖਤ ਦਾ ਫਲ ਖਾਂਦਾ ਉਹਦੀਆਂ ਜੜਾਂ ਵਿੱਚ ਤੇਲ ਦੇਣ ਤੋਂ ਗੁਰੇਜ਼ ਨਹੀਂ ਕਰਦਾ ਅੱਜ ਦਾ ਮਨੁੱਖ ਜਿਹੜੀ ਨਦੀ ਦਾ ਪਾਣੀ ਪੀਂਦਾ ਉਸ ਨਦੀ ਨੂੰ ਸੁਖਾਉਣ ਦੀ ਵੀ ਕੋਸ਼ਿਸ਼ ਕਰਦਾ ਅੱਜ ਦਾ ਮਨੁੱਖ ਪਿਆਰਿਓ ਕਿਰਤ ਕਣਿਓ ਨੂੰ ਆਖ ਬਾਣੀ ਕਹਿੰਦੀ ਕਿਰਤ ਕਣਿਓ ਨੂੰ ਕਹਿੰਦੇ ਨੇ ਪਰਉਪਕਾਰ ਭੁਲਾ ਦੇ ਜਿਨ੍ਹਾਂ ਨੇ ਪਰਉਪਕਾਰ ਭੁਲਾ ਦੇ ਗੁਰਾਂ ਦੇ ਪਰਉਪਕਾਰ ਭੁਲਾ ਦੇ ਜਿਨ੍ਹਾਂ ਨੇ ਪਰਉਪਕਾਰ ਭੁਲਾ ਦੇ ਪਰਉਪਕਾਰ ਦਸ਼ਮੇਸ਼ ਕਰਤਾ ਦੀਆਂ ਕੁਰਬਾਨੀਆਂ ਨੂੰ ਇਹ ਦੇਸ਼ ਦੇ ਵਾਸੀ ਭੁੱਲ ਜਾਂਦੇ ਨੇ ਤਾਂ ਇਹ ਕਿਰਤ ਕਰਨੇ ਸਤਨਾਮ ਸ੍ਰੀ ਵਾਹਿਗੁਰੂ ਸੋ ਇਹ ਦੇਸ਼ ਦੇਸ਼ ਹੀ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਗੁਰੂ ਜੀ ਨੇ ਆਖਿਆ ਕਿ ਇੱਕ ਸੀਸ ਤਾਂ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਅੰਮ੍ਰਿਤ ਛਕਾਓ ਵਾਰ ਦੂੰਗਾ ਪਰਵਾਰ ਮਾਤਾ ਸਮੇਤ ਸਾਰਾ 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 ਮਾਚੀ ਵਾੜ ਕੀਮਤ ਨਹੀਂ ਹੈ ਬੋਲੋ ਸਾਹਿਬ
ਸ੍ਰੀ ਵਾਹਿਗੁਰੂ ਇਹ ਤਾਂ ਇੱਕ ਭੇਟਾ ਹੈ ਤੁਸੀਂ ਸੀਸ ਦੇ ਕੇ ਸਾਨੂੰ ਅੰਮ੍ਰਿਤ ਮਿਲ ਗਿਆ ਹੈ ਮੈਂ ਸਾਰਾ ਪਰਿਵਾਰ ਹੀ ਵਾਰ ਦੇਵਾਂਗਾ ਮੈਂ ਸਰਵੰਸ ਹੀ ਲੁਟਾ ਦਿਆਂਗਾ ਸਿੰਘ ਨੇ ਕੀ ਰੀਸ ਪਾਛਾ ਆਓ ਇਸ ਗੜੀ ਦੇ ਵਿੱਚ ਨਾ ਸੀਸ ਤਰੀ ਬੈਠ ਕੇ ਕਹਿ ਇਹ ਗੋਬਿੰਦ ਰਾਏ ਇਹ ਅੰਮ੍ਰਿਤ ਛਕਣਾ ਹੈ ਸਾਡੇ ਵਾਂਗੂ ਆਓ ਸੀਸ ਤਰੀ ਤੇ ਰੱਖ ਕੇ ਤੁਸੀਂ ਵੀ ਹਮ ਸਿੰਘ ਬਣੇ ਸੀਸ ਆਪਣਾ ਘਟਾਏ ਕੇ ਸੀਸ ਕੀ ਹੈ ਫੀਸ ਸਿੰਘਨ ਕੀ ਰੇਸ ਪਾਛੈ ਆਓ ਇਸ ਗਲੀ ਸੀਸ ਤਲੀ ਪੈ ਟਕਾਏ ਕੈ ਪਾਛੈ ਤੂੰ ਪਹੁਲ ਦੀਆ ਤੁਸੀਂ ਐਵੇਂ ਨਹੀਂ ਅੰਮ੍ਰਿਤ ਦਿੱਤਾ ਪੰਜ ਸੀਸ ਲੀਏ ਪਹਿਲਾਂ ਹਮ ਪਹੁਲ ਦੇਂਗੇ ਕਿਆ ਕਿਆ ਦੇਵੋਂਗੇ ਗਨਾਏ ਕੈ ਤੁਸੀਂ ਤਾਂ ਗੁਰੂ ਹੋ ਸਿੱਖ ਵੀ ਸੀਸ ਦੇਵੇ ਤੇ ਗੁਰੂ ਵੀ ਸਿਰ ਦੇਵੇ ਹਮ ਪਹੁਲ ਦੇਂਗੇ ਕਿਆ ਕਿਆ ਦੇਵੋਂਗੇ ਗਨਾਏ ਕੈ ਦੱਸੋ ਤੁਸੀਂ ਇਸ ਅੰਮ੍ਰਿਤ ਦੀ ਕੀ ਭੇਟਾ ਦਿਓ ਕਹਿੰਦੇ ਨੰਦਿਆਲ ਸਿੰਘ ਪਿਤਾ ਕਢਵਾ ਕੇ ਜੈਸੇ ਖੂਨ ਕੀ ਖਲਾਈ ਹੋਲੀ ਖੂਨ ਕੀ ਖਲਾਈ ਹੋਲੀ ਜੈਸੇ ਹੋਲੀ ਬੇਟੂੰਗਾ ਖੂਨ ਸੇ ਖਲਾਉਂਗਾ ਜੈਸੇ ਹੋਲੀ ਬੇਟੂੰਗਾ ਖੂਨ ਸੇ ਖਲਾਉਂਗਾ ਅੰਮ੍ਰਿਤ ਉੱਥੇ ਚੱਕੂੰਗਾ ਜਿੱਥੇ ਕਿਰਪਾਨ ਵੀ ਮੁਫਤ ਹੀ ਦੇਣਗੇ ਪਰਵਾਰ
ਪਰਿਵਾਰ ਦੁੰਗਾ ਪਰਿਵਾਰ ਬੱਚਿਓ ਸਮੇਤ ਸਾਰਾ माता भी वार देवांगा सर्वंश ही लुटा देंगा ये सारे सुख दुख त्याग देवांगा सर पे न ताज होगा हाथ पे न भार होगा हुआ बर्बाद होगा माची बड़े जंगल ਕਹਿਕਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੂੰ ਮੇਰੀ ਮਹਿਮਾ ਬਰ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਕੋਈ ਕਿਸੇ ਵਸਤੂ ਦਾ ਦਾਨ ਕਰਦਾ ਕੋਈ ਨਾ ਅੰਨ ਦਾ ਦਾਨ ਕਰਦਾ ਕੋਈ ਪੈਸੇ ਦਾ ਦਾਨ ਕਰਦਾ ਕੋਈ ਜ਼ਮੀਨ ਦਾਨ ਕਰਦਾ ਕੋਈ ਫਲਾਂ ਦਾ ਦਾਨ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਪੁੱਤਰਾਂ ਦੇ ਦਾਨੀ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੂੰ ਸਰਵੰਸ਼ ਦਾਨੀ ਕਿਹਾ ਜਾਂਦਾ ਜਿਨ੍ਹਾਂ ਨੇ ਸਰਵੰਸ਼ ਹੀ ਦਾਨ ਕਰ ਦਿੱਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਦੇਸ਼ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਗਰੀਬਾਂ ਨੂੰ ਆਪਣੇ ਲੜ ਲਾਏ ਲਤਾੜੇ ਹੋਏ ਲੋਕ ਗਰੀਬ ਲੋਕ ਸਭ ਨੂੰ ਗੜਨ ਲਾਇਆ ਜਿਨ ਕੀ ਜਾਤ ਵਰਨ ਕੁਲ ਨਾਹੀ ਸਰਦਾਰੀ ਨ ਪਈ ਕਦਾਹੀ ਇਨਹੀ ਕੋ ਸਰਦਾਰ ਬਣਾਓ ਤਬ ਗੋਬਿੰਦ ਸਿੰਘ ਨਾਮ ਕਹਾਓ ਚਿੜੀਆਂ ਸੇ ਮੈਂ ਬਾਜ ਤੜਾਊ ਗਿੱਦੜੋਂ ਸੇ ਮੈਂ ਸ਼ੇਰ ਬਣਾਊ ਸਵਾ ਲੱਖ ਸੇ ਏਕ ਲੜਾਊ ਤਬ ਗੋਬਿੰਦ ਸਿੰਘ ਨਾਮ ਕਹਾਓ
ਸੋ ਕਲੰਗੀਆਂ ਵਾਲੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸਵਾ ਸਵਾ ਲੱਖ ਦੇ ਨਾਲ ਫੇਕ ਨੂੰ ਲੜਾਇਆ। ਸਤਨਾਮ ਸ੍ਰੀ ਵਾਹਿਗੁਰੂ। ਇਸ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ, ਤਿਲਕ ਜੰਝੂ ਨੂੰ ਬਚਾਇਆ, ਧਰਮ ਦੀ ਰੱਖਿਆ ਕੀਤੀ, ਜ਼ਾਲਮਾਂ ਦਾ ਨਾਸ਼ ਕੀਤਾ, ਧਰਮ ਦੇ ਵਿਰੋਧੀਆਂ ਦਾ ਨਾਸ਼ ਕੀਤਾ, ਅਕਾਲ ਪੁਰਖ ਦੇ ਹੁਕਮ ਦੇ ਅੰਦਰ ਆਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਖੁਦ ਆਪਣੀ ਜੀਵਨ ਕਥਾ ਲਿਖੀ ਹੈ ਸਤਿਗੁਰੂ ਜੀ ਨੇ ਕਿ ਅਸੀਂ ਸੰਸਾਰ ਦੇ ਵਿੱਚ ਕਿਵੇਂ ਆਏ, ਕਿਸ ਤਰ੍ਹਾਂ ਆਏ, ਅਕਾਲ ਪੁਰਖ ਨੇ ਕਿਵੇਂ ਹੁਕਮ ਕੀਤਾ, ਮੈਂ ਆਪਣਾ ਸੁੱਤ ਤੋਹੇ ਪੰਥ ਪਰਚਰ ਕਰ ਵਿਖੋ ਸਾਚਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ। ਸੋਏ ਵਿਸਾਖੀ ਵਾਲੇ ਦਿਨ ਇਹ ਜਿਹੜਾ ਹੈ ਨਵਾਂ ਇਤਿਹਾਸ ਸਿਰਜਿਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਦੇ ਸੀਸ ਲੈ ਕੇ ਫਿਰ ਅਮਰ ਦੀ ਦਾਤ ਬਖਸ਼ਿਸ਼ ਕੀਤੀ। ਉਹਨਾਂ ਦੇ ਅੰਦਰ ਇਹ ਸ਼ਕਤੀ ਸੁਣਦੇ ਸੀ ਕਿ ਅੰਬਾਲੇ ਦੇ ਕੋਲੇ ਗੁਰਦੁਆਰਾ ਹੈ, ਇੱਕ ਮਨੁੱਖ ਗੁਰੂ ਜੀ ਨੂੰ ਕਹਿੰਦਾ ਕਿ ਮੈਂ ਆਪਣਾ ਆਵਾਜ਼ ਤੁਹਾਡੇ ਆਵਾਜ਼ ਨਾਲ ਲੜਾਉਣਾ ਚਾਹੁੰਦਾ ਹਾਂ, ਮੈਂ ਆਪਣਾ ਆਵਾਜ਼ ਤੁਹਾਡੇ ਆਵਾਜ਼ ਨਾਲ ਲੜਾਉਣਾ ਚਾਹੁੰਦਾ ਹਾਂ। ਗੁਰੂ ਜੀ ਹੱਸ ਪਏ, ਕਹਿਣ ਲੱਗੇ ਆਵਾਜ਼ ਨਾਲ ਆਵਾਜ਼ ਤਾਂ ਲੜਦੇ ਆਏ ਨੇ, ਜੇ ਤੇਰੇ ਆਵਾਜ਼ ਨਾਲ ਅਸੀਂ ਆਵਾਜ਼ ਲੜਾਇਆ ਤਾਂ ਇਹਦੇ 'ਚ ਕਿਆ ਵੱਡੀ ਗੱਲ ਹੈ, ਅਸੀਂ ਤੇਰੇ ਆਵਾਜ਼ ਦੇ ਨਾਲ ਆਪਣੀ ਚਿੜੀ ਲੜਾਉਂਦੇ ਹਾਂ। ਬੋਲੋ ਸ੍ਰੀ ਵਾਹਿਗੁਰੂ। ਬੋਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤੁਲਸੀਦਾਸ ਜੀ ਨੂੰ ਜਦੋਂ ਦਰਸ਼ਨ ਹੋਇਆ ਸੀ ਭਗਵਾਨ ਰਾਮ ਦਾ, ਉਹਨਾਂ ਨੇ ਆਖਿਆ ਸੀ ਕੈਸੀ ਸੁੰਦਰ ਛਬ ਬਣੀ ਭਲੇ ਬਰਾਜਨਾਥ। ਕਮਾਲ ਹੈ, ਕਿੰਨਾ ਸੁੰਦਰ ਸਰੂਪ। ਕੈਸੀ ਸੁੰਦਰ ਛਬ ਬਣੀ ਭਲੇ ਬਰਾਜਨਾਥ, ਤੁਲਸੀ ਮਸਤਕ ਤੁਨ ਵੇ ਜੋ ਧਨੁਸ਼ਵਾਨ ਹੋਇਆ। ਪ੍ਰਭੂ ਹੇ ਭਗਵਾਨ, ਤੁਹਾਡਾ ਧਨੁਸ਼ਵਾਨ ਕਿੱਥੇ ਚੱਲਿਆ? ਸੁੰਦਰ ਸਰੂਪ ਹੋ, ਪਰੰਤੂ ਜਿੰਨਾ ਚਿਰ ਤੁਹਾਡੇ ਮੋਢੇ ਤੇ ਤੀਰਾਂ ਦਾ ਪੱਥਾ ਤੇ ਹੱਥ ਦੇ ਵਿੱਚ ਮੈਂ ਧਨੁਸ਼ਵਾਨ ਨਹੀਂ ਦੇਖਦਾ। ਤੁਲਸੀ ਮਸਤਕ ਤੋਂ ਨਿਵੈ, ਕਹਿੰਦੇ ਤੁਲਸੀਦਾਸ ਮੱਥਾ ਨਹੀਂ ਟੇਕਦਾ। ਪਹਿਲਾਂ ਤਾਂ ਮਿੰਨਤਾਂ ਕਰਦਾ ਸੀ, ਬੇਨਤੀਆਂ ਕਰਦਾ ਸੀ ਕਿਤੇ ਦਰਸ਼ਨ ਹੋ ਜਾਣ ਭਗਵਾਨ ਦੇ। ਕਹਿੰਦੇ ਮੈਂ ਉਹ ਸਰੂਪ ਦਾ ਤੁਹਾਡਾ ਧਿਆਨ ਕਰਦਾ ਹਾਂ ਪ੍ਰਭੂ। ਕੈਸੀ ਸੁੰਦਰ ਛਬ ਬਣੀ ਭਲੇ ਬਰਾਜਨਾਥ, ਤੁਲਸੀ ਮਸਤਕ ਤੌਣ ਵੈ ਜੋ ਧਨੁਸ਼ਵਾਨ ਹੋਏ ਹਾਥ। ਫਿਰ ਕਹਿੰਦੇ ਮੈਂ ਸੀਸ ਤਾਂ ਹੀ ਨਵਾਵਾਂਗਾ ਜੇ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਮੋਢੇ ਤੇ ਧਨੁਸ਼ਵਾਨ ਤੀਰਾਂ ਦਾ ਪੱਥਾ। ਫਿਰ ਭਗਵਾਨ ਰਾਮ ਚੰਦਰ ਜੀ ਨੇ ਉਸ ਰੂਪ ਦੇ ਵਿੱਚ ਦਰਸ਼ਨ ਦਿੱਤੇ, ਤਾਂ ਤੁਲਸੀਦਾਸ ਜੀ ਨੇ ਮਸਤਕ ਨਵਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖੈਰ, ਗੁਰੂ ਗੋਬਿੰਦ ਸਿੰਘ ਕਲੰਗੀਆਂ ਵਾਲੇ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਜੇ ਅਸੀਂ ਤੇਰੇ ਆਵਾਜ਼ ਨਾਲ ਆਵਾਜ਼ ਲੜਾਇਆ ਇਹ ਕੋਈ ਵੱਡੀ ਗੱਲ ਨਹੀਂ ਹੈ, ਅਸੀਂ ਤੇਰੇ ਆਵਾਜ਼ ਨਾਲ ਚਿੜੀ ਨੂੰ ਲੜਾਉਂਦੇ। ਤੇ ਆਵਾਜ਼ ਸਾਹਮਣੇ ਬੈਠੀ ਚਿੜੀ ਨੂੰ ਗੁਰੂ ਜੀ ਨੇ ਆਗਿਆ ਕੀਤੀ, ਜਾਓ ਜਾਓ ਬੇਟਾ, ਇਹ ਆਵਾਜ਼ ਦਾ ਮੁਕਾਬਲਾ ਕਰੋ। ਇੰਨੀ ਕਹਿਣ ਦੀ ਦੇਰ ਸੀ, ਗੁਰੂ ਗੋਬਿੰਦ ਸਿੰਘ ਦੀ ਨਿਗਾਹ ਪੈਣ ਦੀ, ਦ੍ਰਿਸ਼ਟੀ ਨਜ਼ਰ ਪੈਣ ਦੀ ਦੇਰ ਸੀ, ਉਹ ਚਿੜੀ ਆਵਾਜ਼ ਨੂੰ ਟੁੱਟ ਕੇ ਪੈ ਗਈ। ਬੋਲੇ ਸੋਨਿਆ ਚਿੜੀ ਬਾਜ ਨੂੰ ਟੁੱਟ ਕੇ ਪੈ ਗਈ, ਬਾਜ ਨੂੰ ਲਹੂ ਲੁਹਾਣ ਕਰ ਦਿੱਤਾ, ਬਾਜ ਅੱਗੇ ਅੱਗੇ ਤੇ ਚਿੜੀ ਪਿੱਛੇ ਪਿੱਛੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਕਿਹਾ ਜਾਂਦਾ ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਸੋ
ਕੌਤਕ ਕੀਤਾ ਤੇ ਉਹ ਦਾਤ ਬਖਸ਼ਿਸ਼ ਕੀਤੀ ਜਿਹਨੂੰ ਦੇਵ ਦੇਵੀ ਦੇਵਤੇ ਤੱਕ ਲੜਦੇ ਰਹੇ ਰਿਸ਼ੀ ਮੁਨੀ ਭਾਲਦੇ ਰਹੇ ਉਹ ਅੰਮ੍ਰਿਤ ਦੀ ਦਾਤ ਪ੍ਰਦਾਨ ਕੀਤੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਤਾਂ ਬੇਅੰਤ ਨੇ ਸਭ ਨਾਲੋਂ ਵੱਡੀ ਬਖਸ਼ਿਸ਼ ਇਹ ਅੰਮ੍ਰਿਤ ਦੀ ਵੀ ਕੀਤੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਫਿਰ ਆਖਿਆ ਸਾਹਮਣੇ ਲੋਕਾਂ ਦੇ ਸੰਗਤ ਦੇ ਸਾਹਮਣੇ ਲਿਆਂਦੇ ਗੁਰਸੰਗਤ ਕੀਨੇ ਖਾਲਸਾ ਇਹ ਪੰਜ ਨੇ ਪਿਆਰੇ ਮੇਰੇ ਇਹਨਾਂ ਨੂੰ ਮੈਂ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਚੌੜੀ ਚ ਪਾਇਆ ਖਾਲਸਾ ਅਕਾਲ ਪੁਰਖ ਕੀ ਫੌਜ ਹੇ ਪਰਮਾਤਮਾ ਹੇ ਅਕਾਲ ਪੁਰਖ ਜਿਵੇਂ ਤੁਸੀਂ ਚਾਹੁੰਦੇ ਸੀ ਮੇਰੇ ਵਾਹਿਗੁਰੂ ਖਾਲਸਾ ਤੇਰਾ ਫਤਿਹ ਤੇਰੀ ਹੋਵੇ ਵਾਹਿਗੁਰੂ ਵਾਹਿਗੁਰੂ ਦੀ ਹੈ ਤੇ ਫਤਿਹ ਵਾਹਿਗੁਰੂ ਦੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਸੋ ਇਸ ਕਰਕੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਜੋ ਸੱਚੇ ਖਾਲਸੇ ਨੇ ਪਾਈ ਅੱਜ ਤੱਕ ਨਾ ਖਾਲਸੇ ਨੇ ਕੋਈ ਬਾਜੀ ਹਾਰੀ ਵਾਹ ਅੱਜ ਤੱਕ ਨਾ ਖਾਲਸੇ ਨੇ ਕੋਈ ਬਾਜੀ ਹਾਰੀ ਅੱਜ ਤੱਕ ਨਾ ਖਾਲਸੇ ਨੇ ਕੋਈ ਬਾਜੀ ਹਾਰੀ ਅੱਜ ਤੱਕ ਨਾ ਖਾਲਸੇ ਨੇ ਕੋਈ ਬਾਜੀ ਹਾਰੀ
ਵਾਧੇ ਘਾਟੇ ਹੁੰਦੇ ਆਏ ਨੇ। ਔਰੰਗਜ਼ੇਬ ਨੇ ਕਿਹਾ ਸੀ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਨੂੰ ਮੈਂ ਆਨੰਦਪੁਰ ਤੋਂ ਉਜਾੜ ਦਿੱਤਾ ਹੈ, ਹੁਣ ਖਤਮ ਹੋ ਜਾਣਗੇ ਸਾਰਾ ਕੁਛ। ਪਰੰਤੂ ਗੁਰੂ ਜੀ ਨੇ ਆਖਿਆ ਸੀ ਔਰੰਗਜ਼ੇਬ ਨਾ ਸਾਜ਼ੋ ਨਾ ਵਾਜ਼ੋ, ਭਾਵੇਂ ਸਾਡੇ ਕੋਲ ਕੋਈ ਸਾਜ਼ ਵਾਜ਼ ਨਹੀਂ ਰਿਹਾ, ਘੋੜਾ ਵੀ ਨਹੀਂ ਰਿਹਾ, ਚਰਨਾਂ 'ਚ ਜੋੜਾ ਵੀ ਨਹੀਂ ਰਿਹਾ, ਕਲਗੀ ਤੋੜਾ ਵੀ ਨਹੀਂ ਰਿਹਾ, ਪਰੰਤੂ ਵੀਰ ਪੁਰਸ਼ ਕਦੇ ਹਾਰ ਨਹੀਂ ਮੰਨਿਆ ਕਰਦੇ। ਔਰੰਗਜ਼ੇਬ ਤੂੰ ਆਪਣੇ ਧਰਮ ਤੋਂ ਹਾਰ ਗਿਆ ਹੈ, ਕੁਰਾਨ ਸ਼ਰੀਫ ਸਾਡੇ ਕੋਲ, ਪਵਿੱਤਰ ਕੁਰਾਨ ਸ਼ਰੀਫ ਸਾਡੇ ਕੋਲ ਪਈ ਹੈ, ਜੋ ਤੂੰ ਆਪਣਾ ਵਚਨ ਹਾਰ ਗਿਆ, ਜੋ ਧਰਮ ਹਾਰ ਗਿਆ, ਉਹ ਹਾਰ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਆਪਣੇ ਧਰਮ ਤੋਂ ਹਾਰ ਗਿਆ ਹੈ, ਪਰੰਤੂ ਅਕਾਲ ਪੁਰਖ ਸਾਡੇ ਨਾਲ ਹੈ, ਅਸੀਂ ਉਸੇ ਤਰ੍ਹਾਂ ਕਾਇਮ ਹਾਂ। ਔਰੰਗਜ਼ੇਬ ਤੇਰਾ ਭੁਲੇਖਾ ਹੈ ਕਿ ਸ਼ਾਇਦ ਖਾਲਸਾ ਖਤਮ ਹੋ ਗਿਆ, ਨਹੀਂ। ਔਰੰਗਜ਼ੇਬ ਕੁੰਡਲੀਆ ਖਾਲਸਾ ਲਿਖਿਆ ਗੁਰੂ ਜੀ ਨੇ ਕੁੰਡਲੀਆ ਜ਼ਫਰਨਾਮੇ ਦੇ ਵਿੱਚ, ਕਿ ਉਹ ਅਜੇ ਜਿਉਂਦਾ ਹੈ। ਸਤਨਾਮ ਸ੍ਰੀ ਵਾਹਿਗੁਰੂ। ਲੰਮੀ ਵਿਚਾਰ ਹੈ ਤੇਰੇ ਕੋਲ, ਸਾਡੇ ਕੋਲ ਸੌ ਸਾਜ਼ ਵਾਜ਼ ਜ਼ਫਰਨਾਮੇ 'ਚ ਲਿਖਿਆ, ਉਹ ਭਾਵੇਂ ਨਹੀਂ ਰਿਹਾ, ਪਰੰਤੂ ਧਰਮ ਸਾਡੇ ਨਾਲ ਹੈ, ਧਰਮ ਸਾਡੇ ਕੋਲ ਹੈ। ਉਹ ਦ੍ਰਿੜਤਾ, ਉਹ ਵਿਸ਼ਵਾਸ, ਉਹ ਭਰੋਸਾ, ਉਹ ਧੀਰਜ ਸਭ ਸਾਡੇ ਕੋਲ ਹੈ, ਤੂੰ ਡੁਲਾ ਨਹੀਂ ਸਕਿਆ। ਬਾਹਰ ਤੌਰ 'ਤੇ ਤੂੰ ਨੁਕਸਾਨ ਭਾਵੇਂ ਕੀਤਾ। ਔਰੰਗਜ਼ੇਬ ਕਿੱਥੇ ਚਲੇ ਗਏ? ਸਤਨਾਮ ਸ੍ਰੀ ਵਾਹਿਗੁਰੂ। ਦਿੱਲੀ ਜਾ ਕੇ ਦੇਖ ਲਓ ਮੁਗਲਾਂ ਦੇ ਉਹ ਕਿਲੇ, ਕਬੂਤਰਾਂ ਨੇ ਅੰਡੇ ਦਿੱਤੇ ਹੋਏ, ਪਰੰਤੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸੀਸ ਗੰਜ ਸਾਹਿਬ ਲੱਖਾਂ ਲੋਕ ਨਤਮਸਤਕ ਹੁੰਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜੀ ਦਾ ਖਾਲਸਾ ਸੰਸਾਰੇ ਦੇ, ਸਾਰੇ ਸੰਸਾਰ ਦੇ ਵਿੱਚ ਨਿਸ਼ਾਨ ਜੂਝਦੇ, ਨਗਾਰੇ ਵੱਜਦੇ। ਔਰੰਗਜ਼ੇਬ ਅਸੀਂ ਨਹੀਂ ਹਾਰੇ, ਤੂੰ ਹਾਰ ਗਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਦੀਨ ਗਵਾਇਓ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲਿਆ ਆਪਣਾ ਹਾਥ, ਜ਼ਫਰਨਾਮਾ ਫਤਿਹ ਦੀ ਚਿੱਠੀ। ਔਰੰਗਜ਼ੇਬ ਪੜ੍ਹ ਕੇ ਫਿਰ ਸੌਂ ਨਹੀਂ ਸਕਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਹਾਲਤ ਦੇ ਵਿੱਚ ਉਹ ਬੇਦੀਨ ਹੋ ਕੇ ਸੰਸਾਰ ਤੋਂ ਗਿਆ, ਤੂੰ ਸਮਝਦਾ ਕਿ ਮੈਂ ਸੱਚਾ ਮੁਸਲਮਾਨ? ਨਹੀਂ, ਅਸੀਂ ਜੇ ਕੁਰਾਨ ਸ਼ਰੀਫ ਦੀ ਕਸਮ ਅਸੀਂ ਚੁੱਕਦੇ, ਅਸੀਂ ਕਦੇ ਨਾ ਤੋੜਦੇ, ਭਾਵੇਂ ਕੁਛ ਵੀ ਹੋ ਜਾਂਦਾ, ਤੇਰੀਆਂ ਸਹਾਂ ਦੇ ਵਿਸ਼ਵਾਸ ਕਰਕੇ ਅਸੀਂ ਆਨੰਦਪੁਰ ਨੂੰ ਛੱਡਿਆ, ਪਰੰਤੂ ਤੂੰ ਧਰਮ ਹਾਰ ਗਿਆ। ਬੋਲ ਸਤਨਾਮ ਸ੍ਰੀ ਵਾਹਿਗੁਰੂ। ਔਰੰਗਜ਼ੇਬ ਤੂੰ ਧਰਮ ਹਾਰ ਗਿਆ, ਬਾਈ ਧਾਰ ਦੇ ਰਾਜੇ ਧਰਮ ਹਾਰ ਗਏ, ਬਚਨਾਂ ਤੋਂ ਖਿਸਕ ਗਏ, ਧਰਮ ਛੱਡ ਦਿੱਤਾ, ਗਊਆਂ ਦੀਆਂ ਕਸਮਾਂ ਤੋੜ ਦਿੱਤੀਆਂ, ਪਵਿੱਤਰ ਗੀਤਾ ਦੀਆਂ ਕਸਮਾਂ ਤੋੜ ਦਿੱਤੀਆਂ, ਪਵਿੱਤਰ ਕੁਰਾਨ ਸ਼ਰੀਫ ਦੀਆਂ ਕਸਮਾਂ ਤੋੜ ਦਿੱਤੀਆਂ, ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰ ਕੇ ਧਰਮ ਦੀ ਲਾਜ ਰੱਖ ਲਈ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ, ਗੁਰੂ ਜੀ ਨੂੰ ਉੱਥੋਂ ਆਨੰਦਪੁਰ ਸਾਹਿਬ ਤੋਂ ਕੱਢ ਹੀ ਨਹੀਂ ਸੀ ਸਕਦਾ। ਗੁਰੂ ਜੀ ਨੇ ਕਿਹਾ ਸੀ ਥੋੜਾ ਸਮਾਂ ਰੁਕੋ, ਪਰੰਤੂ ਗੁਰੂ ਜੀ ਨੇ ਪਵਿੱਤਰ ਕੁਰਾਨ ਸ਼ਰੀਫ ਦੀ ਵੀ ਲਾਜ ਰੱਖੀ, ਗੀਤਾ ਦੀ ਵੀ ਲਾਜ ਰੱਖੀ, ਧਰਮ ਦੀਆਂ ਕਸਮਾਂ ਦੀ ਲਾਜ ਰੱਖੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜੀ ਨੇ ਕਿਹਾ ਤੂੰ ਕਾਹਦਾ ਮੁਸਲਮਾਨ ਹੈ ਔਰੰਗਜ਼ੇਬ, ਜਿਹੜਾ ਧਰਮ ਹੀ ਹਾਰ ਗਿਆ। ਅੱਜ ਤੱਕ ਨਾ ਖਾਲਸੇ ਨੇ ਕੋਈ ਬਾਜੀ ਹਾਰੀ, ਅੱਜ ਤੱਕ ਨਾ ਕੋਈ ਬਾਜੀ ਹਾਰੀ, ਅੱਜ ਤੱਕ ਨਾ ਖਾਲਸੇ ਕੋਈ ਬਾਜੀ ਹਾਰੀ।
ਜੋਤ ਜਪੈ ਨੇ ਸਵਾਸਰ ਏਕ ਬਿਨਾ ਮਨ ਲੈ ਜਨਾਇਆ ਮੈਂ ਅਕਾਲ ਪੁਰਖ ਦੇ ਨਾਲ ਇੱਕ ਹੋ ਗਏ ਨੇ ਤੇ ਖਾਲਸੇ ਨੂੰ ਆਪਣੇ
ਆਪਣੇ ਵਿੱਚ ਅਕਾਲ ਪੁਰਖ ਦੇ ਵਿੱਚ ਭੇਦ ਕਰ ਰਿਹਾ ਹੈ, ਇੱਕ ਹੋ ਗਏ। ਆਤਮ ਰਸ ਦੇ ਜਾਣੇ ਕੋਹਾ ਖਾਸ ਦੇਵ, ਮੈਂ ਮੋਹ ਮੈਂ ਸਾਥ ਮੈਂ ਅੱਜ ਖਾਲਸੇ ਦਾ ਪ੍ਰਗਟ ਦਿਵਸ ਹੈ। 325 ਸਾਲ 325ਵਾਂ ਇਹ ਸਾਜਨਾ ਦਿਵਸ ਹੈ ਭਾਈ। ਸਭ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਭਾਈ ਖਾਲਸੇ ਬਣੋ, ਗੁਰੂ ਦੇ ਚਰਨੀ ਲੱਗੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਕਾਰਾਂ ਨੂੰ ਯਾਦ ਕਰੋ, ਬਖਸ਼ਿਸ਼ਾਂ ਨੂੰ ਯਾਦ ਕਰੋ। ਸ੍ਰੇਣੀ ਰਹਿ ਸੋਈ ਸਿੱਖ ਮੇਰਾ ਪਿਆਰੀ ਖਾਲਸੇ ਨੇ ਸਿੱਖੀ ਨਿਸ਼ਾਨੀ ਪੰਜ ਹੱਥ ਕਾ ਅਰਗ ਦਿਨ ਵਾਸ਼ ਦੀ ਪੰਜ ਮੁਆਫ ਭਾਈ ਨੰਦ ਲਾਲ ਜੀ ਸਿੱਖੀ ਨਿਸ਼ਾਨੀ ਹੀ ਪੰਜ ਹੱਥ ਕਾ ਅਰਗ ਦਿਨ ਵਾਸ਼ ਦੀ ਪੰਜ ਮੁਆਫ ਪਿਆਰੀ ਮੋਜ ਚੋਟਾਂ ਕਿਉਂ ਪੈ ਰਹੀਆਂ ਨੇ ਸਾਨੂੰ, ਕਿਉਂਕਿ ਅਸੀਂ ਗੁਰੂ ਦੇ ਨਹੀਂ ਰਹੇ, ਗੁਰੂ ਤੇ ਭਰੋਸਾ ਨਹੀਂ ਰਿਹਾ। ਦਰ ਦਰ ਚੋਟਾਂ ਖਾਵੇ ਜੀ ਸਿੱਖ ਰਹਿਤ ਕੋ ਬਿਨਾ, ਦਰ ਦਰ ਚੋਟਾਂ ਖਾਵੇ ਜੀ ਸਿੱਖ ਰਹਿਤ ਕੋ ਬਿਨਾ, ਬੋਲੀਏ
विचार करिए अर्थ करिए समा नहीं आ पाई धन गुरु गोविंद सिंह जी बोलो धन गुरु गोविंद सिंह जी भजन भजन मम खालसा खालसा पूज विच जोग सात गोविंद पद खाल दर्श परस मिटे सोग दर्शन करके खालसे दे गुरु दे सोग मिट जांदा जन भजन मम खालसा खालसा पूज जो वाहो वाहो ਸੰਸਾਰ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ਅਤੇ ਤਪੋਵਨ ਦੇ ਵਿੱਚ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਸੋ ਕਲੰਗੀਆਂ ਵਾਲੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਇਹ ਦੇਸ਼ ਅਤੇ ਜੋ ਸਤਿਗੁਰਾਂ ਨੇ ਕਿਰਪਾ ਕੀਤੀਆਂ ਸਾਰੇ ਪੂਰੇ ਸੰਸਾਰ 'ਤੇ ਕੀਤੀਆਂ ਅਤੇ ਉਹ ਅੰਮ੍ਰਿਤ ਵਰਗੀ ਦਾਤ ਵੀ ਬਖਸ਼ਿਸ਼ ਕਰ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਨਿਮਰਤਾ ਨਿਰਮਾਣ ਇਨੇ ਹੀ ਕੀ ਕਿਰਪਾ ਕੇ ਸੱਜੇ ਹਾਂ ਹਮ ਨਿਮੋ ਸੋ ਗਰੀਬ ਕਰੋੜ ਪਰੇ ਇਹੋ ਜਿਹਾ ਪਿਤਾ ਇਹੋ ਜਿਹਾ ਸਤਿਗੁਰੂ ਇਹੋ ਜਿਹਾ ਗੁਰੂ ਸੰਸਾਰ ਦੇ ਵਿੱਚ ਨਾ ਹੋਇਆ ਤੇ ਨਾ ਹੋਣਾ ਗੁਰੂ ਗੋਬਿੰਦ ਸਿੰਘ ਇੱਕੋ ਹੀ ਹੈ ਬੋਲੋ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਤੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਹੈ ਖਾਲਸੇ ਵਿੱਚ ਨਿਵਾਸ ਕਰਦੇ ਨੇ ਬੋਲੋ ਸਤਨਾਮ ਆਪਣੇ ਵਿੱਚ ਮਿਲਾ ਲਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਤਮ ਰਸ ਦੇ ਜਾਨੀ ਸੋਹਾ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ ਇਹ ਤੋਂ ਵੱਡੀ ਹੋਰ ਬਖਸ਼ਿਸ਼ ਹੋਰ ਕਿਆ ਹੋਵੇਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਰੂਪ ਮੁਕਤੀ ਸਰਜ ਮੁਕਤੀ ਆਪਣੇ ਆਪਣਾ ਹੀ ਰੂਪ ਬੋਲੋ ਸਤਨਾਮ ਸ੍ਰੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਪੰਜ ਪਿਆਰੇ ਸਾਹਿਬਾਨ ਚਾਰ ਸਾਹਿਬਜ਼ਾਦੇ ਸ਼ਹੀਦ ਪਰਮਾਤਮਾ ਦੇ ਪਿਆਰੇ ਸੰਤ ਭਗਤ ਸ਼ਰਮਾ ਕੋਲ ਸ਼ਹੀਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਤਸ਼ਾਹੀਆਂ ਰਹਿਮਤ ਕਰਨ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਹੈ ਪ੍ਰਿਆਤ ਰੱਖਣ ਕਲੀਆਂ ਵਾਲੇ ਪਾਤਸ਼ਾਹ ਚੌਜੀ ਪਾਤਸ਼ਾਹ ਨਿਰਗੁਣ ਨਿਆਰੇ ਕੀ ਬੇਨਤੀ ਸੁਣੋ ਗਰੀਬ ਨਿਵਾਸ ਜਿਹੋ ਪੋਤ ਕਪੋਤ ਹੋਂ ਬੋੜ ਪਿਤਾ ਕੋ ਲਾਜ ਹੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਇਹ ਮਨੁੱਖਾ ਜਨਮ ਸਫਲਾ ਹੋਵੇ ਗੁਰੂ ਦੇ ਬਣੀਏ ਸੇਵਾ ਸਿਮਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਭਾਈ ਜ਼ਿੰਦਗੀ ਨਿਕਲਦੀ ਜਾ ਰਹੀ ਹੈ ਸਵਾਸ ਕੱਟਦੇ ਜਾ ਰਹੇ ਨੇ ਇਹ ਤੋਂ ਲਾਭ ਉਠਾਉਣਾ ਚਾਹੀਦਾ ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ ਬੋਲ ਜਵਾਨੋਂ ਨਿਕਲਿਆ ਹੱਥੋਂ ਨਿਕਲਿਆ ਵਕਤ ਮੁੜ ਕੇ ਵਾਪਸ ਨਹੀਂ ਆਉਂਦੇ ਤੀਰ ਕਮਾਨੋਂ ਨਿਕਲਿਆ ਮੁੜ ਕੇ ਵਾਪਸ ਨਹੀਂ ਆਉਂਦੇ ਸੋ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮਿਹਰ ਕਰਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਆ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ ਫਿਰ ਅਰਦਾਸ ਕਰਾਂਗੇ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਬਾਣੀ ਨਾਲ ਜੁੜੋ ਭਾਈ ਵੱਧ ਤੋਂ ਵੱਧ ਬਾਣੀ ਪੜੋ ਸਿਮਰਨ ਕਰੋ
رحت بحت رکھو گرو نال پیار کرو گرو دے بنو گرو جی نے کہا رحت پیارے مجھ کو مینو رحت پیارے سکھ پیارا نہیں رحت تو بنا تا سکھ کھوٹے سکھے ورگا سکا دیکھتا تھا پرنتو کھوٹا کھوٹا سکھے کسی کم جانی ہوندا بولو ساتھ ستنام شری واہ رحت دے بنا سکھ کھوٹا سکھا ہے سو بھجن سمرن بانی جیون تو لاب اٹھاؤ پائی ود تو ود چڑھ دی کلا دے تپو ون والیاں آن والیاں سب سنگتاں نوں ہاتھ جوڑ کے چرنی ہاتھ لا کے بینتی پائی بھجن نال جڑو گرو نال جڑو داسریاں دے کسے نے پیاری ہتھی لاؤنا کسی نے متھا نہیں ٹیکنا گرو نال جوڑو پائی سمرن کرو گانی پڑھو نام جپو ود تو ود تے چڑھدی کلا وچ رہو گرو نال جڑو گے تاں ہی چڑھدی کلا ملنی نہیں تاں چنتاواں دکھاں نے سنسار گھیریا پائی گرو نوں بھل کے پرماتما نوں بھل کے اسی سنسار دے وچ بھل گئے ہاں پائی بچ دنیا دے رہ کے تم دنیا ورگا ہو گیا بچ دنیا دے رہ کے دنیا ورگا ہو گیا ہاں بچ دنیا دے رہ کے دنیا ورگا ہو گیا ہاں بچ دنیا دے رہ کے دنیا ورگا ہو گیا بچ دنیا دے رہ کے سمن کرو بھجن کرو کسی دا ماڑا نہیں کرنا ہم نہیں چنگے برا نہیں کوئے پرنما تنانے کے تارے سوئے سواؤ ہونا نہ سکتے بولو پو لاندی ماں پی بخشو تیرے کبن کبن گن کہہ گا وہاں تو صاحب گنی ندانا تمری مہما بر نہ ساکو تو ٹھاکری اوچ بھگوانا بے پرگٹیو مرد گمڑا بریا میں اکیلا واہ واہ گوبند سنگھ آپے گر چیلا بڑی ہوں بڑا اپار تیرا مرتبا رنگ پرنگ نیک نہ جاپن کرتبا جی اندر جیو سب کچھ جاننا سب کچھ تیرا بس تیرا کر پلا تیرا کر آنند بتائی تو کر من ماتا تیج اپنا آپ جر سرو کلا بھرپور دے سجت کتا نانک داس انداس تو دے آگے دین بتا رام کلی مالا تیجا نند اوکار ستگر پرساد آنند پیا میری مائے ستگرو میں پایا ستگر جاگرتن پروار پری چبد گاونی آئی نانک کے
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ